ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਅੱਜ ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਘੱਟ ਗਿਣਤੀਆਂ ਦੇ ਉੱਪਰ ਹਮਲੇ ਹੁੰਦੇ ਆ ਤੇ ਵੈਸੇ ਤਾਂ ਪਹਿਲਾਂ ਵੀ ਦੁਨੀਆਂ ਦੇ ਵਿੱਚ ਹੁੰਦੇ ਰਹੇ ਆ, ਲੇਕਿਨ ਖਾਸ ਤੌਰ ਤੇ ਸਿੱਖਾਂ ਦੇ ਉੱਪਰ ਪਾਕਿਸਤਾਨ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ। ਹੁਣ ਦੋ ਤਾਜ਼ੀਆਂ ਘਟਨਾਵਾਂ ਵਾਪਰੀਆਂ, ਜਦੋਂ ਨਗਰ ਕੀਰਤਨ ਲਿਜਾ ਰਹੀ ਸੰਗਤ ਉੱਤਰ ਪ੍ਰਦੇਸ਼ ਦੇ ਵਿੱਚ, ਉਹਨਾਂ ਤੇ 55 ਸਿੱਖਾਂ ਤੇ ਮੁਕਦਮੇ ਦਰਜ ਕੀਤੇ ਗਏ ਆ। ਦੂਸਰੇ ਪਾਸੇ ਕੱਲ ਹੀ ਪਾਕਿਸਤਾਨ ਦੇ ਵਿੱਚ ਘਟਨਾ ਵਾਪਰੀ ਆ ਤੇ ਜੋ ਨਨਕਾਣਾ ਸਾਹਿਬ ਜਨਮ ਸਥਾਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਤੇ ਉਹ ਗੁਰਦੁਆਰਾ ਸਾਹਿਬ ਤੇ ਪੱਥਰ ਵੀ ਮਾਰੇ ਗਏ। ਭਾਵੇਂ ਬਾਅਦ ਦੇ ਵਿੱਚ ਉਹ ਵਿਅਕਤੀ ਨੇ ਅੱਜ ਮਾਫ਼ੀ ਵੀ ਮੰਗ ਲਈ ਆ, ਪਰ ਇਹ ਘਟਨਾਵਾਂ ਵਾਪਰਨ ਪਿੱਛੇ ਕੀ ਹੋ ਸਕਦਾ, ਕਿਹੜੀ ਸਾਜਿਸ਼ ਹੋ ਸਕਦੀ ਆ, ਜਾਂ ਅਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹਾਂ? ਸਾਡੇ ਨਾਲ ਅੱਜ ਬਹੁਤ ਹੀ ਸਤਿਕਾਰਯੋਗ ਬਾਬਾ ਬਘੇਲ ਸਿੰਘ ਜੀ ਉਹ ਲਾਈਨ ਤੇ ਹਾਜ਼ਰ ਹਨ, ਤੇ ਇਹਨਾਂ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਜੀ ਬੰਸੀ ਉਹ ਵੀ ਹਾਜ਼ਰ ਹਨ। ਉਹਨਾਂ ਨੂੰ ਹੀ ਸਾਂਝੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੰਸੀ ਜੀ, ਪਹਿਲਾਂ ਅਸੀਂ ਤੁਹਾਡੇ ਵੱਲ ਆਉਣਾ ਚਾਹੁੰਦੇ ਹਾਂ ਕਿ ਕਿਉਂਕਿ ਅੱਜ ਤੁਸੀਂ ਲੰਡਨ ਦੇ ਵਿੱਚ ਇੱਕ ਪ੍ਰੋਟੈਸਟ ਵੀ ਕਰਕੇ ਆਏ ਹਾਂ, ਤੇ ਉਹਦੇ ਬਾਰੇ ਵੀ ਦੱਸ ਦਿਓ। ਤੇ ਜਿਹੜਾ ਮੇਰਾ ਸਵਾਲ ਆ ਕਿ ਆਹ ਜਿਹੜੀਆਂ ਘੱਟ ਗਿਣਤੀਆਂ ਨੂੰ ਹਮੇਸ਼ਾ ਹੀ ਮਤਲਬ ਏਦਾਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ, ਭਾਵੇਂ ਉਹ ਪਾਕਿਸਤਾਨ ਹੋਵੇ, ਭਾਵੇਂ ਭਾਰਤ ਹੋਵੇ, ਜਾਂ ਹੋਰ ਵੀ ਕੋਈ ਦੇਸ਼ ਹੋਵੇ? ਬਹੁਤ ਮਿਹਰਬਾਨੀ ਸਰਦਾਰ ਰਘਵੀਰ ਸਿੰਘ ਜੀ, ਪਹਿਲਾਂ ਤੇ ਧੰਨਵਾਦ ਤੁਹਾਡਾ। ਆਵਾਜ਼ੇ ਕੌਮ ਸਟੂਡੀਓ ਦੇ ਵਿੱਚ ਬੈਠ ਕੇ ਆਪਾਂ ਗੱਲ ਕਰ ਰਹੇ ਹਾਂ, ਔਰ ਮੈਂ ਧੰਨਵਾਦੀ ਹਾਂ ਤੁਹਾਡੇ ਇਸ ਅਦਾਰੇ ਦਾ ਜਿਹੜਾ ਲਗਾਤਾਰ ਗਰਾਊਂਡ 'ਤੇ ਰਹਿ ਕੇ ਕੰਮ ਕਰਦਾ ਔਰ ਜਿਹੜੀਆਂ ਤਾਜ਼ਾ ਮੁੱਦਿਆਂ ਉਹਨਾਂ ਨੂੰ ਲੈ ਕੇ ਸਮਾਜ ਦੇ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਹੁੰਦਾ। ਔਰ ਇਹਦੇ ਨਾਲ ਨਾਲ ਜਿਹੜੀਆਂ ਮੁੱਦੇ ਨੂੰ ਤੁਸੀਂ ਅੱਜ ਟੱਚ ਕੀਤਾ ਹੈਗਾ ਉਹ ਹੈ ਘੱਟ ਗਿਣਤੀਆਂ ਉੱਪਰ ਬਾਰ ਬਾਰ ਥਾਂ ਬਦਲ ਬਦਲ ਕੇ ਵੀ ਔਰ ਲਗਾਤਾਰ ਹਮਲੇ ਹੋਣੇ, ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ। ਇਹ ਹੋ ਕਿਉਂ ਰਿਹਾ ਜਿਹੜਾ ਤੁਹਾਡਾ ਸਵਾਲ ਹੈ, ਇਹਨੂੰ ਡੂੰਘਾਈ 'ਚ ਸਮਝਣ ਦੀ ਜ਼ਰੂਰਤ ਹੈ। ਜਿਸ ਦੇਸ਼ ਦੀ ਅਸੀਂ ਗੱਲ ਕਰਦੇ ਹਾਂ ਜਿੱਥੇ ਸਾਡੇ ਘੱਟ ਗਿਣਤੀਆਂ 'ਤੇ ਉੱਪਰ ਹਮਲੇ ਹੁੰਦੇ ਆ, ਜਿਹੜੀ ਮਾਨਸਿਕਤਾ ਉੱਥੇ ਕੰਮ ਕਰਦੀ ਹੈ, ਉਸ ਮਾਨਸਿਕਤਾ ਨੂੰ ਜੇਕਰ ਆਪਾਂ ਡੂੰਘਾਈ 'ਚ ਜਾਣਾਂਗੇ ਤਾਂ ਫਿਰ ਸਾਨੂੰ ਸਮਝ ਸੌਖੀ ਆ ਜਾਂਦੀ ਹੈ। ਅਸੀਂ ਘੱਟ ਗਿਣਤੀਆਂ ਦੇ ਵਿੱਚ ਹੁੰਦੇ ਹੋਏ ਜਿਹੜੀ ਉੱਥੇ ਮਾਨਸਿਕਤਾ ਕੰਮ ਕਰਦੀ ਹੈ ਉਹ ਹੈ ਜੀ ਮਨੂ ਦੀ ਮਾਨਸਿਕਤਾ। ਠੀਕ, ਚੰਦ ਪਰਸੈਂਟ ਲੋਕ ਹੈ, ਉਹਨਾਂ ਦੀ ਗਿਣਤੀ ਬਹੁਤ ਘੱਟ ਹੈ, 3-3.5% ਆ ਸਿਰਫ, ਪਰ ਕਿਉਂਕਿ ਸੱਤਾ 'ਤੇ ਕਾਬਜ ਹੈ, ਉਹ ਸੱਤਾ 'ਤੇ ਕਾਬਜ ਸੰਪੂਰਨ ਤੌਰ 'ਤੇ ਹਮੇਸ਼ਾ ਰਹਿਣਾ ਚਾਹੁੰਦੇ ਹੈ। ਹਮੇਸ਼ਾ ਰਹਿਣ ਦੇ ਲਈ ਉਹਨਾਂ ਨੂੰ ਕੋਈ ਨਾ ਕੋਈ ਇੱਦਾਂ ਦੀਆਂ ਘੱਟ ਗਿਣਤੀਆਂ ਦੇ ਉੱਪਰ ਹਮਲੇ ਕਰਨੇ ਉਹਨਾਂ ਦਾ ਇੱਕ ਇਖਲਾਕੀ ਜਾਂ ਉਹਨਾਂ ਦਾ ਇੱਕ ਰਾਜਨੀਤਿਕ ਪਹਿਲੂ ਬਣ ਜਾਂਦਾ ਹੈ। ਉਸ ਪਹਿਲੂ ਦੇ ਵਿੱਚ ਅਸੀਂ ਘੱਟ ਗਿਣਤੀਆਂ ਸਿੱਖ ਭਾਈਚਾਰਾ, ਮੁਸਲਿਮ ਭਾਈਚਾਰਾ, ਬੁੱਧਿਸਟ ਭਾਈਚਾਰਾ ਔਰ ਕ੍ਰਿਸਚੀਅਨ ਭਾਈਚਾਰਾ, ਹੋਰ ਜਿੰਨੇ ਵੀ ਮਾਇਨੋਰਿਟੀਜ਼ ਦੇ ਵਿੱਚ ਆਉਂਦੇ ਆ, ਉਹ ਬਾਰ ਬਾਰ ਸ਼ਿਕਾਰ ਹੁੰਦੇ ਆ। ਔਰ ਤਾਜ਼ਾ ਘਟਨਾਵਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਆਪਾਂ ਦੋਨੋਂ ਭਾਈਚਾਰੇ ਇਸ ਵੇਲੇ ਪੂਰੀ ਤਰ੍ਹਾਂ ਸੰਗੀਨ ਰਗੜੇ ਹੋਏ ਆ, ਜਿਹਦੇ ਵਿੱਚ ਕਾਨੂੰਨ ਬਣਾ ਕੇ ਉਹਨਾਂ ਨੇ NRC CAA ਦੇ ਤਹਿਤ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕੀਤਾ, ਔਰ ਕਾਨੂੰਨ ਦੇ ਚੱਲਦਿਆਂ ਚੱਲਦਿਆਂ ਨਾਲ ਹੁਣ ਪੂਰੇ ਦੇਸ਼ ਵਿੱਚ, ਕਦੇ ਉੜੀਸਾ ਵਿੱਚ, ਕਦੇ ਪਾਕਿਸਤਾਨ ਦੇ ਵਿੱਚ, ਕਦੇ ਉਹ UP ਦੇ ਵਿੱਚ ਔਰ ਕਦੇ ਮੱਧ ਪ੍ਰਦੇਸ਼ ਦੇ ਵਿੱਚ ਬਾਰ ਬਾਰ ਸਿਰਫ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ। ਅਸੀਂ ਇਸ ਗੱਲ ਦੀ ਘੋਰ ਨਿੰਦਾ ਕਰਦੇ ਹਾਂ, ਮੈਂ ਔਰ ਮੈਂ ਆਪਣੀ ਪਾਰਟੀ ਵੱਲੋਂ ਘੋਰ ਨਿੰਦਾ ਕਰਦਾ। ਇਹਦਾ ਉਦੇਸ਼ ਜਿਹੜਾ ਜਦੋਂ ਮੋਦੀ ਪ੍ਰਧਾਨ ਮੰਤਰੀ ਬਣਿਆ, ਕਿਉਂਕਿ ਮੋਦੀ ਪ੍ਰਧਾਨ ਮੰਤਰੀ ਹੈ ਪਰ ਉਹਦੇ ਪਿੱਛੇ ਜਿਹੜੀ ਮਾਨਸਿਕਤਾ ਕੰਮ ਕਰਦੀ ਆ, ਜਿਸ ਲਈ ਉਹ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਦਾ 1900 2014 ਦੇ ਵਿੱਚ,
ਤਾਂ ਉਹਦੇ ਭਾਸ਼ਣ ਦੇ ਵਿੱਚ ਉਹਨੇ ਕਿਹਾ ਕਿ ਅਸੀਂ 800 ਸਾਲਾਂ ਬਾਅਦ ਆਪਣਾ ਸੰਘਰਸ਼ ਪੂਰਨ ਤੌਰ ਤੇ ਕੰਪਲੀਟ ਕਰਨ ਜਾ ਰਹੇ ਹਾਂ। 800 ਸਾਲਾਂ ਦਾ ਉਹਨਾਂ ਦਾ ਸੰਘਰਸ਼ ਹੈ ਜਿਹੜਾ RSS ਦੇ ਮਨਸੂਬਿਆਂ ਨੂੰ ਪੂਰਾ ਕਰਨ ਦੇ ਵਿੱਚ ਕੰਮ ਕਰ ਰਿਹਾ ਹੈ। RSS ਦੇ ਮਨਸੂਬੇ ਉਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਂਦੇ ਆ। ਜਦੋਂ ਹਿੰਦੂ ਰਾਸ਼ਟਰ ਬਣਾਉਣ ਦੇ ਆਉਂਦੇ ਆ, ਜਦੋਂ ਤਾਂ ਅਸੀਂ ਆਪਣੇ ਸਿੱਖ ਭਾਈਚਾਰੇ ਵੱਲੋਂ ਗੱਲ ਬੈਠ ਕੇ ਦੇਖੀਏ ਤਾਂ ਅਸੀਂ ਉਹਨਾਂ ਦੇ ਹਰ ਸੁਰੱਖਿਆ ਪ੍ਰਦਾਨ ਕਰਨ ਦੇ ਵਿੱਚ ਮੋਰਲੀ ਕਤਾਰ 'ਚ ਆਉਂਦੇ ਹਾਂ ਹਿੰਦੂ ਭਾਈਚਾਰੇ ਲਈ। ਪਰ ਜਦ ਹਿੰਦੂ ਭਾਈਚਾਰੇ ਵੱਲ ਬੈਠ ਕੇ ਦੇਖਦੇ ਹਾਂ ਤਾਂ ਉਹ ਸਾਨੂੰ ਟਾਰਗੇਟ ਕਰਕੇ, ਸਾਨੂੰ ਹਿੱਟ ਕਰਦੇ ਆ, ਟਾਰਗੇਟ ਕਰਕੇ ਸਾਡੇ ਉੱਪਰ 'ਚ ਕਾਬਜ਼ ਹੋਣਾ ਚਾਹੁੰਦੇ ਆ। ਤਾਂ ਉਹਨਾਂ ਦੇ ਜਿਹੜਾ ਕਾਬਜ਼ ਹੋਣ ਦੀ ਮਾਨਸਿਕਤਾ ਹੈ, RSS ਦੀ ਜਿਹੜੀ ਮਾਨਸਿਕਤਾ ਹੈ, ਉਹ ਇਹ ਕਹਿੰਦੀ ਆ ਕਿ ਘੱਟ ਗਿਣਤੀਆਂ ਨੂੰ ਲਤਾੜ ਕੇ ਰੱਖਿਆ ਜਾਵੇ, ਘੱਟ ਗਿਣਤੀਆਂ ਦੇ ਉੱਪਰ ਤਸ਼ੱਦਦ ਕੀਤਾ ਜਾਵੇ। ਸਾਡੇ ਨੌਜਵਾਨ ਜਿਹੜੇ ਸਜਾਵਾਂ ਭੁਗਤ ਵੀ ਚੁੱਕੇ ਆ, ਕੰਪਲੀਟ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਔਰ ਸਾਡੇ ਤੇ ਵਾਰ ਵਾਰ ਹਮਲੇ ਹੋ ਰਹੇ ਆ। ਜਿਹੜੇ ਸਾਡੇ ਗੁਰੂ ਸਥਾਨ ਹੈਗੇ, ਅਸੀਂ ਬੜੀਆਂ ਮਿਹਨਤਾਂ ਮੁਸ਼ਕਤਾਂ ਕਰਕੇ ਗੁਰੂ ਸਾਹਿਬਾਨ ਦੇ ਸਥਾਨ ਕੰਪਲੀਟ ਕਰਦੇ ਹਾਂ, ਪਰ ਉਹਨਾਂ ਦੇ ਜਿਹੜੇ ਟਾਰਗੇਟ ਨਿਸ਼ਾਨਾ ਕੀਤੇ ਜਾ ਰਹੇ ਇਹ ਜਿਹੜੇ ਮਨਸੂਬੇ ਆ, ਭਲੀ ਭਾਂਤ ਸਾਡੇ ਸਾਹਮਣੇ ਨਜ਼ਰ ਆਉਂਦੇ ਆ। ਸਾਨੂੰ RSS ਦੀ ਮਾਨਸਿਕਤਾ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਆ, ਘੱਟ ਗਿਣਤੀਆਂ ਨੂੰ। ਔਰ ਇਹਦੇ ਜਵਾਬ ਦੇ ਵਿੱਚ ਇੱਕੋ ਹੀ ਇੱਕ ਆਨਸਰ ਆ, ਸਾਨੂੰ ਘੱਟ ਗਿਣਤੀਆਂ ਨੂੰ ਇੱਕ ਝੰਡੇ ਥੱਲੇ ਲਾਮਬੰਦ ਹੋਣਾ ਚਾਹੀਦਾ। ਬੰਸੀ ਜੀ, ਜਿੱਦਾਂ ਹੁਣ ਚਲੋ ਇਹ ਤੇ ਹੋ ਗਿਆ ਭਾਰਤ ਦੀ ਮਾਨਸਿਕਤਾ ਜਾਂ ਉੱਥੋਂ ਦੀ ਤੁਸੀਂ ਗੱਲ ਕੀਤੀ ਹੈ, ਜਿਹੜੇ ਕੱਲ ਘਟਨਾ ਪਾਕਿਸਤਾਨ ਦੇ ਵਿੱਚ ਵਾਪਰੀ ਆ, ਉਹਨੂੰ ਕਿਸ ਨਜ਼ਰੀਏ ਚ ਲਾਉਂਗੇ? ਦੇਖੋ, ਪਾਕਿਸਤਾਨ ਦਾ ਇਸ ਵੇਲੇ ਪ੍ਰਾਈਮ ਮਿਨਿਸਟਰ ਨੂੰ ਮੈਂ ਵੈਲ ਐਜੂਕੇਟਡ ਆਪਣੇ ਭਾਰਤ ਦੇ ਪ੍ਰਾਈਮ ਮਿਨਿਸਟਰ ਨਾਲੋਂ ਵਧੀਆ ਪ੍ਰਾਈਮ ਮਿਨਿਸਟਰ ਮੰਨਦਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬਹੁਤ ਵਾਰੀ ਚੰਗੀਆਂ ਆਫਰਸ, ਚੰਗੇ ਚੰਗੇ ਟੇਬਲ ਤੇ ਟੇਬਲ ਟਾਕ ਲਈ ਵੀ ਆਫਰਸ ਦਿੱਤੀਆਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਪਰ ਇੱਥੋਂ ਦਾ ਪ੍ਰਾਈਮ ਮਿਨਿਸਟਰ ਜਿਹੜਾ ਜਾਂ ਇੱਥੋਂ ਦੇ ਜਿਹੜੇ ਮਨਸੂਬੇ ਆ, ਇਹ ਪਾਕਿਸਤਾਨ ਦੇ ਜਾਂ ਨੇਬਰਸ ਕੰਟਰੀ ਦੇ ਨੇੜੇ ਹੋਣ ਦੇ ਨਹੀਂ ਹੈਗੇ। ਇਹ ਦਿਖਾਵਾ ਜ਼ਰੂਰ ਕਰਦੇ ਆ, ਪਰ ਉਹਨਾਂ ਦੇ ਨਾਲ ਨੇੜਤਾ ਨਹੀਂ ਕਰਦੇ ਹੈਗੇ। ਹੁਣ ਜਿਹੜਾ ਉੱਥੇ ਨਨਕਾਣਾ ਸਾਹਿਬ ਦੇ ਵਿੱਚ ਹਮਲਾ ਹੋਇਆ, ਉਹ ਜਿਹੜਾ ਉੱਥੇ ਪੱਥਰਬਾਜ਼ੀ ਹੋਈ ਆ ਜਾਂ ਜਿਹੜਾ ਉੱਥੇ ਅਟੈਕ ਹੋਇਆ, ਉਹਦੇ ਪਿੱਛੇ ਮੈਂ ਆਪਣੀ ਮਾਨਸਿਕ ਆਪਣੀ ਨਜ਼ਰ ਦੇ ਨਾਲ ਦੇਖਾਂ ਤਾਂ ਉਹਦੇ ਪਿੱਛੇ ਵੀ ਜਿਹੜੀ ਇੱਧਰਲੀ ਸਰਕਾਰ ਆ ਨਾ, ਇਹਦਾ ਹੀ ਇੱਕ ਨਿਸ਼ਾਨਾ ਆ। ਮੈਂ ਇਹਨੂੰ ਹੀ ਟਾਰਗੇਟ ਕਰਦਾ, ਉੱਧਰਲੀ ਸਰਕਾਰ ਨਾਲੋਂ ਮੈਂ ਜ਼ਿਆਦਾ ਇਹਨੂੰ ਕਸੂਰਵਾਰ ਸਮਝਦਾ, ਕਿਉਂਕਿ ਇਹ ਮੁਸਲਿਮ ਭਾਈਚਾਰੇ ਨੂੰ ਇੰਨਾ ਜ਼ਿਆਦਾ ਤਰੀਕੇ ਨਾਲ ਅਟੈਕ ਦੇ ਵਿੱਚ ਲੈ ਰਹੇ ਆ। ਉਹਦਾ ਇੱਕ ਰੋਸ ਪ੍ਰਗਟ ਕਰਨ ਦਾ ਉਹਨਾਂ ਨੇ ਗਲਤ ਤਰੀਕੇ ਨਾਲ ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ। ਆਪਾਂ ਲੈਣੇ ਤੁਹਾਨੂੰ ਬਾਅਦ ਚ, ਕਿਉਂਕਿ ਬਘੇਲ ਸਿੰਘ ਜੀ ਹੁਣਾਂ ਦੇ ਵੀ ਵਿਚਾਰ ਲੈ ਲਈਏ ਇਹਦੇ ਲਈ। ਵੀ ਮੇਰੇ ਕੋਲ ਇੱਕ ਸਵਾਲ ਹੈਗਾ ਬਈ, ਜਿਹੜੀ ਇਹ ਜੇ ਇਹ ਗੱਲ ਹੋਈ ਆ ਤੇ ਕਿਉਂ ਹੋਈ ਆ? ਹਾਂਜੀ, ਪਹਿਲਾਂ ਬਾਬਾ ਬਘੇਲ ਸਿੰਘ ਜੀ ਵੱਲ ਚੱਲਦੇ ਆ। ਹਾਂਜੀ ਬਾਬਾ ਬਘੇਲ ਸਿੰਘ ਜੀ, ਜੋ ਗੁਰਪ੍ਰੀਤ ਸਿੰਘ ਬੰਸੀ ਨੇ ਕਿਹਾ ਆ, ਤੁਹਾਡੀ ਨਜ਼ਰ ਵਿੱਚ ਵੀ ਇਹ ਤੁਹਾਡਾ ਨਜ਼ਰੀਆ ਜਾਂ ਵੱਖਰਾ ਆ? ਕਸਦੇ ਪ੍ਰਥਾਏ ਰਘਵੀਰ ਸਿੰਘ ਜੀ ਪੁੱਛ ਰਹੇ ਜੀ, ਕਿਉਂਕਿ ਪਹਿਲਾਂ ਉਹਨਾਂ ਨੇ ਭਾਰਤ ਦੀ ਗੱਲ ਕੀਤੀ ਆ ਤੇ ਨਨਕਾਣਾ ਸਾਹਿਬ ਦੀ ਗੱਲ ਕਰਦੇ ਆ, ਉਸ ਤੋਂ ਬਾਅਦ ਨਨਕਾਣਾ ਸਾਹਿਬ ਦੀ ਗੱਲ ਕਰਦੇ। ਹਾਂਜੀ, ਦੇਖੋ ਭਾਈ ਰਘਵੀਰ ਸਿੰਘ ਜੀ, ਤੇ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਜਿਸ ਦਾ ਵੀ ਰਾਜ ਆਇਆ ਤੇ ਉਹਨੇ ਆਪਣੇ ਰਾਜ ਨੂੰ ਸਦੀਵੀ ਕਾਇਮ ਰੱਖਣ ਵਾਸਤੇ ਆਪਣਾ ਜ਼ੋਰ ਲਾਇਆ, ਭਾਵੇਂ ਕੋਈ ਵੀ ਸਰਕਾਰ ਹੋਵੇ, ਕੋਈ ਵੀ ਧਰਮ ਹੋਵੇ ਜਾਂ ਕੋਈ ਵੀ ਫਿਰਕਾ ਹੋਵੇ, ਕਿਉਂਕਿ ਜਿਹੜਾ ਵੀ ਬਾਦਸ਼ਾਹ ਗੱਦੀ ਤੇ ਬਹਿੰਦਾ ਤੇ ਉਹ ਚਾਹੁੰਦਾ ਵੀ ਮੇਰੀ ਸਲਤਨਤ ਜਿਹੜੀ ਆ ਉਹ ਸਦੀਵੀ ਕਾਇਮ ਰਹੇ। ਪਰ ਉਹਦੇ ਵਿੱਚ ਦੇਖਣ ਵਾਲੀ ਸੋਚ ਇਹ ਹੁੰਦੀ ਹੈ ਕਿ ਉਹ ਜਿਹੜੀ ਆਪਣੀ ਸਲਤਨਤ ਨੂੰ ਜਿਹੜਾ ਲੋਕਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕਰਕੇ ਇੱਕ ਅਮਨ ਦਾ, ਇੱਕ ਕਾਨੂੰਨ ਦਾ ਰਾਜ ਕਾਇਮ ਕਰਨਾ ਚਾਹੁੰਦਾ ਜਾਂ ਇੱਕ ਜਬਰ ਦਾ ਰਾਜ ਕਾਇਮ ਕਰਨਾ ਚਾਹੁੰਦਾ। ਸੋ ਇਸ ਵਕਤ ਜਿਹੜਾ ਆ, ਕਿਉਂਕਿ ਭਾਰਤ ਜਿਹੜਾ ਆ ਬਹੁਤ ਸਾਰੇ ਧਰਮਾਂ ਦੇ ਨਾਲ ਬੱਝੇ ਹੋਏ ਲੋਕਾਂ ਦਾ ਇੱਕ ਦੇਸ਼ ਹੈ,
ਤੇ ਪਹਿਲੇ ਦਿਨ ਤੋਂ ਹੀ ਜਿਹੜਾ ਆ ਉਹਨਾਂ ਨੂੰ ਭਾਰਤ ਦੇ ਅੰਦਰ ਇਹ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੇ ਵੀ ਮਰਜ਼ੀ ਧਰਮ ਦੀ ਮਾਨਤਾ ਰੱਖਣ, ਆਪਣੀ ਬੋਲੀ ਆਪਣਾ ਪਹਿਰਾਵਾ ਪਹਿਨਣ। ਪਰ ਹੁਣ ਹੋ ਕੀ ਰਿਹਾ ਕਿ ਉਸ ਚੀਜ਼ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ, ਭਾਵੇਂ ਉਹ ਬੋਲੀ ਦੇ ਆਧਾਰ ਤੇ ਹੋਵੇ, ਪਹਿਰਾਵੇ ਦੇ ਆਧਾਰ ਤੇ ਹੋਵੇ, ਜਾਂ ਤੁਹਾਡੇ ਆਪਣੇ ਨਿੱਜੀ ਰੂਪ ਦੇ ਵਿੱਚ ਕਿਸੇ ਧਰਮ ਦੀ ਮਾਨਤਾ ਦੀ ਗੱਲ ਹੋਵੇ। ਸੋ ਜਦੋਂ ਤੁਸੀਂ ਇਹਨਾਂ ਕਾਰਨਾਂ ਨੂੰ ਅੱਗੇ ਰੱਖ ਕਰਕੇ ਆਪਣੇ ਆਪ ਨੂੰ ਅੱਗੇ ਪੇਸ਼ ਕਰੋਗੇ ਤੇ ਦੂਸਰੇ ਧਰਮ ਵਾਲੇ ਲੋਕਾਂ ਦਾ ਜਿਹੜਾ ਹੈ ਉਹ ਤੁਹਾਨੂੰ ਵਿਰੋਧ ਝੱਲਣਾ ਪਵੇਗਾ। ਸੋ ਹਰ ਇੱਕ ਧਰਮ ਨੂੰ ਭਾਈ ਰਘਵੀਰ ਸਿੰਘ ਜੀ ਹੱਕ ਹੈ ਕਿ ਉਹ ਆਪਣੇ ਧਰਮ ਦੀ ਗੱਲ ਕਰੇ ਜਾਂ ਆਪਣੇ ਧਰਮ ਦੇ ਵਾਧੇ ਲਈ ਸੋਚੇ, ਪਰ ਕਿਸੇ ਨੂੰ ਜ਼ਬਰੀ ਧਰਮ ਤਬਦੀਲ ਕਰਨ ਲਈ ਮਜਬੂਰ ਕਰਨਾ ਜਾਂ ਉਹਦੇ ਧਰਮ ਨੂੰ ਨੀਵਾਂ ਵਿਖਾ ਕਰਕੇ ਉਹਦੇ ਹੱਕ ਖੋਹ ਲੈਣੇ, ਇਹ ਕੋਈ ਵੀ ਕਾਨੂੰਨ ਕੋਈ ਵੀ ਧਰਮ ਆਗਿਆ ਨਹੀਂ ਦਿੰਦਾ। ਤੇ ਭਾਰਤ ਦੇ ਵਿੱਚ ਇਹ ਕੰਮ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਕਿ ਇਸ ਵਕਤ ਜਿਹੜੀ ਕਾਨੂੰਨ ਨੂੰ ਸੰਭਾਲਣ ਵਾਲੀ ਜਮਾਤ ਆ ਉਹ ਇੱਕ ਜਮਾਤ ਦੇ ਰੂਪ ਦੇ ਵਿੱਚ ਕਾਬਜ ਹੋ ਕੇ ਬੈਠੀ ਹੈ, ਤੇ ਦੂਸਰੇ ਲੋਕਾਂ ਦੇ ਜਿਹੜੇ ਮੌਲਿਕ ਅਧਿਕਾਰ ਨੇ, ਜਿਹੜੇ ਇੱਕ ਇਨਸਾਨ ਦੇ ਬਰਾਬਰ ਦੇ ਹੱਕ ਹੁੰਦੇ ਨੇ, ਉਹਨਾਂ ਹੱਕਾਂ ਨੂੰ ਵੀ ਖੋਹਿਆ ਜਾ ਰਿਹਾ, ਜਿਹਦੇ ਕਰਕੇ ਭਾਰਤ ਦੇ ਵਿੱਚ ਇਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲ ਰਿਹਾ। ਤੇ ਇਹਦਾ ਮੁੱਖ ਕਾਰਨ ਭਾਈ ਰਘਵੀਰ ਸਿੰਘ ਜੀ ਮੈਂ ਇਹ ਵੀ ਮੰਨਦਾ ਕਿ ਅਸੀਂ ਬਾਰ ਬਾਰ ਡਿਬੇਟਾਂ ਦੇ ਉੱਪਰ ਜਾਂ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਖਾਲਸੇ ਪੰਥ ਨੂੰ ਇਹ ਕਹਿ ਕੇ ਗਏ ਸਨ ਕਿ ਭਾਈ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ, ਅਸੀਂ ਆਪਣੀ ਉਸ ਰੀਤ ਤੋਂ ਉੱਕ ਚੁੱਕੇ ਹਾਂ, ਤਿਆਰ ਬਰ ਤਿਆਰ ਨਹੀਂ ਹੈ, ਇਸੇ ਕਰਕੇ ਹਰ ਵਕਤ ਮਾਰ ਜਿਹੜੀ ਹੈ ਉਹ ਸਹਿਣੀ ਪੈ ਰਹੀ ਜੀ। ਬਘੇਲ ਸਿੰਘ ਜੀ, ਜਿਹੜੀ ਦੂਸਰੀ ਘਟਨਾ ਪਾਕਿਸਤਾਨ ਦੇ ਵਿੱਚ ਵਾਪਰੀ ਆ, ਚਲੋ ਭਾਰਤ ਦੇ ਵਿੱਚ ਤੇ ਵੈਸੇ ਤੇ ਤੁਸੀਂ ਕਲੀਅਰ ਕਰ ਹੀ ਦਿੱਤਾ ਵੀ ਜਿਹਦਾ ਰਾਜ ਹੁੰਦਾ ਰਾਜ ਬਿਤਾਉਣਾ ਚਾਹੁੰਦਾ, ਪਰ ਜਿਹੜੀ ਪਾਕਿਸਤਾਨ ਦੇ ਘਟਨਾ ਵਿੱਚ ਵਾਪਰੀ ਆ, ਇਹਨੂੰ ਕੀ ਇਮਰਾਨ ਖਾਨ ਦੀ ਸਰਕਾਰ ਨੂੰ ਬਲੇਮ ਦੇਵਾਂਗੇ ਜਾਂ ਕੁਝ ਲੋਕਾਂ ਨੂੰ ਦੇਵਾਂਗੇ? ਇਹ ਦੇਖੋ ਭਾਈ ਰਘਵੀਰ ਸਿੰਘ ਜੀ, ਹਰ ਇੱਕ ਧਰਮ ਦੇ ਵਿੱਚ ਚੰਗੇ ਤੇ ਮਾੜੇ ਲੋਕ ਜਿਹੜੇ ਹੋਇਆ ਕਰਦੇ ਆ, ਸੋ ਉੱਥੇ ਜਿਹੜਾ ਇਸ਼ੂ ਬਣਿਆ ਹੋਇਆ ਉਹ ਇੱਕ ਨਿੱਜੀ ਜਿਹੜਾ ਲੜਾਈ ਸੀਗੀ, ਉਸ ਨਿੱਜੀ ਲੜਾਈ ਨੂੰ ਧਾਰਮਿਕ ਰੰਗ ਦੇ ਦਿੱਤਾ ਗਿਆ, ਖਾਸ ਕਰਕੇ ਉਸ ਮੁਸਲਮਾਨ ਵੀਰ ਵੱਲੋਂ ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ ਜਨਮ ਸਥਾਨ ਵਿਖੇ ਜਾ ਕੇ ਰੌਲਾ ਰੱਪਾ ਪਾਉਣਾ, ਤੇ ਉੱਥੇ ਜਿਹੜਾ ਆ ਨੌਜਵਾਨ ਬੱਚਿਆਂ ਨੂੰ ਨਾਲ ਲੈ ਕਰਕੇ, ਜੇਕਰ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ, ਤੇ ਕੋਈ ਵੀ ਸਿਆਣੇ ਬਜ਼ੁਰਗ ਨਹੀਂ ਹੈ, ਮੇਰਾ ਖਿਆਲ ਤਕਰੀਬਨ ਨੌਜਵਾਨ ਬੱਚੇ ਹੀ ਹੈ ਜਿਹੜੇ ਕੋਈ 12-14 ਸਾਲ ਦੇ, ਕੋਈ 20 ਸਾਲ ਦੇ ਹੋਣਗੇ। ਸੋ ਉਸ ਦੀ ਜਿਹੜੀ ਘਟਨਾ ਵਾਪਰੀ ਹੈ, ਕਿਉਂਕਿ ਉਸ ਦਿਨ ਫਰਾਈਡੇ ਦਾ ਦਿਨ ਸੀਗਾ ਜਦੋਂ ਉਹ ਆਪਣੀ ਨਮਾਜ਼ ਅਦਾ ਕਰਦੇ ਨੇ, ਤੇ ਨਮਾਜ਼ ਦੇ ਸਮੇਂ ਤੋਂ ਬਾਅਦ ਉੱਥੋਂ ਹੀ ਉਹ ਸਾਰੇ ਟੋਲੇ ਨੂੰ ਇਕੱਠਾ ਕਰਕੇ ਤੇ ਉਹ ਗੁਰਦੁਆਰਾ ਸਾਹਿਬ ਦੇ ਅੱਗੇ ਪਹੁੰਚੇ ਨੇ। ਸੋ ਇਹਦੇ 'ਚ ਇੱਕ ਫੈਕਟਰ ਭਾਈ ਰਘਵੀਰ ਸਿੰਘ ਜੀ ਇਹ ਆ ਕਿ ਉਸੇ ਪਰਿਵਾਰ ਦੇ ਨਾਲ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਨੇ, ਉਹਨਾਂ ਦੀ ਬੇਟੀ ਜਿਹੜੀ ਹੈ ਉਸ ਮੁਸਲਮਾਨ ਪਰਿਵਾਰ ਦੇ ਕਿਸੇ ਲੜਕੇ ਦੇ ਨਾਲ ਉਹਦਾ ਵਿਆਹ ਉਹਦਾ ਨਿਕਾਹ ਉੱਥੇ ਹੋਇਆ। ਸੋ ਪਰਿਵਾਰ ਦਾ ਕਹਿਣਾ ਸੀਗਾ ਕਿ ਜੀ ਇਹ ਜ਼ਬਰਦਸਤੀ ਬੱਚੀ ਨੂੰ ਜਿਹੜਾ ਧਰਮ ਤਬਦੀਲ ਕਰਵਾਇਆ ਗਿਆ, ਪਰ ਪਰਿਵਾਰ ਦੀਆਂ ਜਿਹੜੀਆਂ ਸਟੇਟਮੈਂਟਾਂ ਆਈਆਂ ਨੇ ਉਹਨਾਂ ਨੇ ਮੀਡੀਆ ਦੇ ਉੱਪਰ ਇਹ ਗੱਲ ਕਹੀ ਹੈ ਵੀ ਤੁਸੀਂ ਲੜਕੀ ਨੂੰ ਪੁੱਛ ਲਓ, ਜੇ ਉਹ ਵਾਪਸ ਘਰ ਜਾਣਾ ਚਾਹੁੰਦੀ ਤੇ ਚਲੀ ਜਾਵੇ, ਅਸੀਂ ਉਹਨੂੰ ਜ਼ਬਰੀ ਨਹੀਂ ਰੱਖਣਾ ਚਾਹੁੰਦੇ, ਪਰ ਉਹਨੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਇਹ ਕਦਮ ਚੁੱਕਿਆ। ਸੋ ਉਸ ਲੜਾਈ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਆਪਸੀ ਦੋ ਪਰਿਵਾਰਾਂ ਦੀ ਲੜਾਈ ਸੀ, ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਹੋਣ ਦੇ ਨਾਤੇ ਉਸ ਵਿਅਕਤੀ ਨੇ ਫਿਰ ਇਸ ਮਸਲੇ ਨੂੰ ਧਾਰਮਿਕ ਰੰਗ ਦੇਣ ਦਾ ਜਿਹੜਾ ਯਤਨ ਕੀਤਾ, ਤੇ ਜਿਹੜੀ ਮੈਂ ਗੱਲ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਭਾਈ ਰਘਵੀਰ ਸਿੰਘ ਜੀ, ਜਦੋਂ ਤੁਸੀਂ ਮੈਜੋਰਿਟੀ 'ਚ ਹੁੰਦੇ ਆ ਨਾ ਕਿਸੇ ਦਾ ਵੀ ਰਾਜ ਹੁੰਦਾ, ਤਾਂ ਉਹ ਫਿਰ ਦੂਜਿਆਂ ਨੂੰ ਦਬਾਉਣਾ ਚਾਹੁੰਦਾ ਕਿ ਜੇ ਇਹਨਾਂ ਦੀ ਗੱਲਬਾਤ ਜੇ ਮੈਂ ਨਹੀਂ ਸੁਣ ਸਕਦਾ ਤਾਂ ਮੈਂ ਆਪਣਾ ਜ਼ੋਰ ਵਿਖਾਵਾਂ, ਤੇ ਉਸ ਵਿਅਕਤੀ ਨੇ ਫਿਰ ਇਹ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਇੱਕ ਮੁਸਲਿਮ ਕੰਟਰੀ ਹੈ, ਆਬਾਦੀ ਦੇ ਪੱਖ ਤੋਂ ਮੁਸਲਮਾਨ ਭਰਾ ਉੱਥੇ ਵੱਧ ਨੇ ਤੇ ਦੂਜੀਆਂ ਕੌਮਾਂ ਘੱਟ ਗਿਣਤੀ 'ਚ ਨੇ, ਇਸੇ ਕਰਕੇ ਉਹਨੇ ਫਿਰ ਇਹ ਧਾਰਮਿਕ ਕਾਰਡ ਖੇਡਣ ਦਾ ਯਤਨ ਕੀਤਾ ਹੈ ਕਿ ਜੀ ਇਸ ਤਰ੍ਹਾਂ ਨਹੀਂ ਤੇ ਅਸੀਂ ਫਿਰ ਆਪਣੇ ਕੌਮ ਨੂੰ ਵਾਸਤਾ ਪਾ ਕੇ ਜਾਂ ਆਪਣੇ ਧਰਮ ਦਾ ਵਾਸਤਾ ਪਾ ਕੇ ਆਪਣੀ ਨਿੱਜੀ ਲੜਾਈ ਨੂੰ ਧਾਰਮਿਕ ਰੰਗ ਦੇਣ ਦਾ ਉਸ ਵਿਅਕਤੀ ਨੇ ਉਹ ਯਤਨ ਕੀਤਾ, ਤੇ ਅਸੀਂ ਬੜੇ ਸਖ਼ਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਕਿ ਜੇਕਰ ਕੋਈ ਪਰਸਨਲ ਰੰਜਿਸ਼ ਸੀ ਤੇ ਉਹਨੂੰ ਆਪਣੇ ਨਤੀਜੇ ਨਾਲ ਹੱਲ ਕਰਨਾ ਚਾਹੀਦਾ ਸੀ, ਗੁਰੂ ਘਰ ਦੇ ਉੱਪਰ ਪਥਰਾਅ ਕਰਨਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ।
ਕਿਉਂਕਿ ਸਿੱਖ ਕਦੇ ਵੀ ਕਿਸੇ ਧਾਰਮਿਕ ਸਥਾਨ ਦੇ ਉੱਪਰ ਕਿਸੇ ਦੂਸਰੇ ਮਤ ਦੇ ਮੰਨਣ ਵਾਲਿਆਂ ਦੇ ਉੱਪਰ ਚੜ੍ਹ ਕੇ ਕਦੇ ਨਹੀਂ ਜਾਂਦਾ, ਪਰ ਜੇਕਰ ਕੋਈ ਚੜ੍ਹ ਕੇ ਆਉਂਦਾ ਹੈ ਤਾਂ ਉਹਨੂੰ ਜਵਾਬ ਜ਼ਰੂਰ ਦਿੱਤਾ ਜਾਂਦਾ ਹੈ। ਸੋ ਇਹ ਇੱਕ ਕਿਸਮ ਦਾ ਮੈਂ ਮੰਨਦਾ ਕਿ ਗੁਰੂ ਘਰ ਦੇ ਉੱਪਰ ਚੜ੍ਹ ਕੇ ਆਉਣ ਵਾਲਾ ਕਾਰਜ ਉਸਨੇ ਕੀਤਾ ਜੀ। ਐਬਗੇਰ ਸਿੰਘ ਜੀ, ਜਿੱਦਾਂ ਗੁਰਪ੍ਰੀਤ ਜੀ ਮਾੜਾ ਜਿਹਾ ਇਸ਼ਾਰਾ ਵੀ ਕਰਕੇ ਗਿਆ ਵੀ ਜਿਹੜੀਆਂ ਭਾਰਤ ਦੇ ਵਿੱਚ ਘਟਨਾਵਾਂ ਵਾਪਰਦੀਆਂ ਤੇ ਇਹਦਾ ਲਿੰਕ ਵੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਜੁੜਦਾ ਆ, ਤੁਸੀਂ ਵੀ ਇੱਦਾਂ ਹੀ ਸੋਚਦੇ ਆ? ਇਹ ਭਾਈ ਰਘਵੀਰ ਸਿੰਘ ਜੀ ਦੇਖੋ, ਇਹ ਜ਼ਾਹਰ ਤੌਰ ਦੇ ਉੱਪਰ ਆਪਾਂ ਸਾਰੇ ਇੱਕ ਇਨਸਾਨ ਆ, ਤੇ ਜਦੋਂ ਕਿਸੇ ਵੀ ਧਰਮ ਦੇ ਮੰਨਣ ਵਾਲੇ ਲੋਕਾਂ ਨੂੰ ਕੋਈ ਐਸੀ ਖਬਰ ਮਿਲਦੀ ਹੈ ਕਿ ਸਾਡੇ ਧਾਰਮਿਕ ਪਰੰਪਰਾਵਾਂ ਦੇ ਵਿੱਚ ਦਖਲ ਅੰਦਾਜ਼ੀ ਹੋ ਰਹੀ ਹੈ ਜਾਂ ਸਾਡੀ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ, ਤੇ ਹਰ ਇੱਕ ਵਿਅਕਤੀ ਜਿਹੜਾ ਉਹ ਭਾਵੇਂ ਧਰਮ ਦੀਆਂ ਰੀਤਾਂ ਦੀ ਪਾਲਣਾ ਕਰਦਾ ਹੋਵੇ ਜਾਂ ਨਾ ਕਰਦਾ ਹੋਵੇ, ਕਹਿਣ ਤੋਂ ਭਾਵ ਕਿ ਧਾਰਮਿਕ ਵਿਅਕਤੀ ਭਾਵੇਂ ਨਾ ਹੋਵੇ ਪਰ ਉਸ ਧਰਮ ਨਾਲ ਸੰਬੰਧ ਰੱਖਦਾ ਹੋਵੇ, ਉਹਨੂੰ ਇਸ ਗੱਲ ਦੇ ਉੱਪਰ ਇਤਰਾਜ਼ ਜ਼ਰੂਰ ਹੁੰਦਾ। ਤੇ ਭਾਰਤ ਦੇ ਵਿੱਚ ਆਏ ਦਿਨ ਜਿਹੜਾ ਆ ਮੁਸਲਮਾਨਾਂ ਦੇ ਨਾਲ ਮਾੜਾ ਸਲੂਕ ਕਰਨਾ, ਉਹਨਾਂ ਦੇ ਖਾਣ ਪੀਣ ਦੇ ਤਰੀਕਿਆਂ ਦੇ ਉੱਪਰ ਕਿੰਤੂ ਪਰੰਤੂ ਕਰਨਾ, ਤੇ ਇੱਥੋਂ ਤੱਕ ਕਿ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਵੀ ਉਹਨਾਂ ਦੀਆਂ ਦਾੜੀਆਂ ਫੜ ਫੜ ਕੇ ਉਹਨਾਂ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਵਾਉਣੇ, ਸੋ ਇਹ ਕਿਤੇ ਨਾ ਕਿਤੇ ਗੁੱਸਾ ਜਿਹੜਾ ਉਹ ਜਾਇਜ਼ ਵੀ ਬਣਦਾ ਹੈ ਕਿ ਜਦੋਂ ਜਿੱਥੇ ਪੇਸ਼ ਨਾ ਚੱਲਦੀ ਹੋਵੇ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹੋਣ ਤੇ ਉਹ ਸਾਰਾ ਭਾਈਚਾਰਾ ਇਸ ਗੱਲ ਤੋਂ ਨਾਰਾਜ਼ ਹੁੰਦਾ ਵੀ ਭਾਈ ਇਸ ਤਰੀਕੇ ਦੇ ਨਾਲ ਸਾਡੇ ਨਾਲ ਵਿਵਹਾਰ ਕੀਤਾ ਜਾ ਰਿਹਾ। ਤੇ ਜਿਵੇਂ ਭਾਰਤ ਦੇ ਵਿੱਚ ਹਰ ਇੱਕ ਮੁਸਲਮਾਨ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਜਾਂਦਾ, ਭਾਵੇਂ ਕਿ ਭਾਰਤ ਦੇ ਵਿੱਚ ਜਿਹੜਾ ਪਾਕਿਸਤਾਨ ਨਾਲੋਂ ਕਾਫੀ ਗਿਣਤੀ ਦੇ ਵਿੱਚ ਮੁਸਲਮਾਨ ਵੱਸਦੇ ਨੇ ਜਿਹੜੇ ਇੱਥੋਂ ਦੇ ਵਸਿੰਦੇ ਨੇ, ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ, ਤੇ 47 ਦੇ ਵਿੱਚ ਵੀ ਇੱਥੋਂ ਛੱਡ ਕੇ ਨਹੀਂ ਸੀ ਗਏ, ਪਰ ਫਿਰ ਵੀ ਭਾਰਤ ਦੇ ਜਿਹੜੇ ਇੱਕ ਪੱਖ ਦੇ ਲੋਕ ਨੇ ਉਹ ਉਹਨਾਂ ਨੂੰ ਇੱਕ ਮੁਸਲਮਾਨ ਦੇ ਰੂਪ ਦੇ ਵਿੱਚ ਪਾਕਿਸਤਾਨੀਆਂ ਦੇ ਰੂਪ 'ਚ ਹੀ ਦੇਖਦੇ ਨੇ। ਸੋ ਕਿਤੇ ਨਾ ਕਿਤੇ ਜਿਹੜੇ ਉੱਥੋਂ ਦੇ ਲੋਕ ਨੇ ਫਿਰ ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਭਾਵੇਂ ਸਿੱਖ ਨੇ, ਭਾਵੇਂ ਹਿੰਦੂ ਨੇ, ਭਾਵੇਂ ਦੂਸਰੀਆਂ ਮਤਾਂ ਨੂੰ ਮੰਨਣ ਵਾਲੇ ਲੋਕ ਨੇ, ਵੀ ਇਹ ਵੀ ਸਾਡੇ ਵਿਰੋਧੀ ਨੇ। ਸੋ ਉਹ ਕਿਤੇ ਨਾ ਕਿਤੇ ਇਸ ਲੈਕ ਆਫ ਨੌਲੇਜ, ਮੈਂ ਕਹਾਂਗਾ ਕਿ ਜਾਣਕਾਰੀ ਦੀ ਘਾਟ, ਤੇ ਜੋ ਕੁਝ ਟੀਵੀ ਤੇ ਜਾਂ ਆਪਣੇ ਸੋਸ਼ਲ ਮੀਡੀਆ ਤੇ ਦੇਖਿਆ, ਤੇ ਉਹਦਾ ਇੱਕ ਕੁਇਕ ਪ੍ਰਤੀਕਰਮ ਹੁੰਦਾ, ਛੇਤੀ ਪ੍ਰਤੀਕਰਮ ਹੁੰਦਾ ਜਿਹਦੇ ਪ੍ਰਥਾਏ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਜੀ। ਬੰਸੀ ਜੀ, ਮੇਰਾ ਖਿਆਲ ਤੁਸੀਂ ਇਹਦਾ ਇਹ ਗੱਲ ਇਹ ਕਰਨੀ ਚਾਹੁੰਦੇ ਸੀ, ਮੈਨੂੰ ਨਹੀਂ ਪਤਾ, ਵੈਸੇ ਤੁਹਾਡੇ ਤੋਂ ਕਲੀਅਰ ਇਹ ਕਰ ਲੈਂਦੇ ਹਾਂ ਕਿ ਜਿਹੜੀਆਂ ਪਾਕਿਸਤਾਨ ਦੇ ਵਿੱਚ ਘਟਨਾਵਾਂ ਵਾਪਰੀਆਂ, ਜਿਹੜੇ ਮੁਸਲਮਾਨਾਂ ਨੂੰ ਅਕਸਾਇਆ, ਵੀ ਇਹਦੇ ਪਿੱਛੇ ਵੀ ਭਾਰਤੀ ਸਰਕਾਰ ਦਾ ਜਾਂ RSS ਦਾ ਹੱਥ ਹੋ ਸਕਦਾ? ਦੇਖੋ, ਮੈਂ ਭਾਈ ਸਾਹਿਬ ਭਾਈ ਬਘੇਲ ਸਿੰਘ ਜੀ ਆਪਣੇ ਮੈਸੇਜ ਦੇ ਵਿੱਚ ਕੁਛ ਕਲੀਅਰ ਕਰ ਗਏ ਬਹੁਤ ਹੱਦ ਤੱਕ, ਥੈਂਕ ਯੂ ਕਰਦਾ ਮੈਂ ਉਹਨਾਂ ਦਾ, ਠੀਕ, ਕਿਉਂਕਿ ਜਿਹੜਾ 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 ਸੋਸ਼ਲ ਮੀਡੀਆ ਆ ਜਾਂ ਜਿਹੜਾ ਜਿਹੜਾ ਮੀਡੀਆ ਆ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਆ, ਠੀਕ ਆ, ਜੋ ਜਿਹੜਾ ਆਮ ਆਮ ਲੋਕਾਂ ਦੀ ਪਹੁੰਚ ਤੱਕ ਆ, ਅੱਜ ਕੱਲ ਸੋਸ਼ਲ ਮੀਡੀਆ ਹਰ ਬੰਦੇ ਦੀ ਪਾਕਟ ਵਿੱਚ ਆ, ਠੀਕ, ਔਰ ਸੋਸ਼ਲ ਮੀਡੀਆ ਤੇ ਅੱਜ ਕੱਲ ਜੋ ਲੇਟੈਸਟ ਪ੍ਰਚਾਰ ਪ੍ਰਸਾਰ ਆਪਾਂ ਨੂੰ ਨਜ਼ਰ ਆਉਂਦਾ ਹੈ ਆਮ ਆਦਮੀ ਨੂੰ, ਆਮ ਸਧਾਰਨ ਆਦਮੀ ਨੂੰ ਘਰ ਬੈਠੇ ਨੂੰ, ਠੀਕ, ਦੋਨਾਂ ਕੰਟਰੀਆਂ ਦੇ ਵਿੱਚ ਖਾਸ ਤੌਰ ਤੇ ਜਾਂ ਖਾਸ ਤੌਰ ਤੇ ਜਿਹੜਾ ਭਾਰਤ ਆ, ਇੱਥੋਂ ਦਾ ਜਿਹੜਾ ਮੀਡੀਆ ਇਲੈਕਟ੍ਰੋਨਿਕ ਮੀਡੀਆ ਵੀ ਪਲੱਸ ਸੋਸ਼ਲ ਮੀਡੀਆ ਵੀ, ਉਹਨਾਂ ਨੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਮੌਕੇ ਦੀ ਸਰਕਾਰ ਨੇ ਸੋਸ਼ਲ ਮੀਡੀਆ ਆਪਣੇ ਕਬਜ਼ੇ 'ਚ ਕੀਤਾ ਹੋਇਆ, ਇੰਜੀਨੀਅਰ IIT ਸੈਂਟਰ ਆਪਣੇ ਕਬਜ਼ੇ 'ਚ ਕਰਕੇ ਬਿਠਾਏ ਹੋਏ ਆ, ਜਿਹੜੇ ਸਿਰਫ ਝੂਠ ਦਾ ਹੀ ਪ੍ਰਚਾਰ ਪ੍ਰਸਾਰ ਕਰਨ ਤੇ ਲੱਗੇ ਹੋਏ ਆ 24 ਘੰਟੇ। ਠੀਕ, ਹੁਣ ਉਹਨਾਂ ਦੇ ਵਿੱਚ ਬਿਲਕੁਲ ਇਹ ਟਾਰਗੇਟ ਕੀਤਾ ਜਾ ਰਿਹਾ ਮਾਇਨੋਰਿਟੀਜ਼ ਨੂੰ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਗੁਆਂਢੀ ਮੁਲਕ ਦੀ ਪਾਪੂਲੇਸ਼ਨ ਜਿਹੜੀ ਆ ਜਾਂ ਗੁਆਂਢੀ ਮੁਲਕ ਦੀ ਜਿਹੜੀ ਹੈਗੀ ਆ ਮਾਇਨੋਰਿਟੀਜ਼ ਕਹਿ ਲਓ ਜਾਂ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਹਰਟ ਕੀਤਾ ਜਾ ਰਿਹਾ ਬਾਰ ਬਾਰ। ਜਿੰਨੀਆਂ ਡਿਬੇਟਸ ਤੁਸੀਂ ਦੇਖ ਲਓ, ਜਿੰਨੀਆਂ ਵੀ ਤੁਸੀਂ ਅੱਜ ਦੇ ਸਮੇਂ 'ਚ TV ਔਨ ਕਰਕੇ ਦੇਖ ਲਓ ਡਿਬੇਟ, ਉੱਥੇ ਸਿਰਫ ਪਾਕਿਸਤਾਨ ਮੁਸਲਮਾਨ, ਬੰਗਲਾਦੇਸ਼ ਮੁਸਲਮਾਨ, ਹਿੰਦੂ ਮੁਸਲਮਾਨ, ਇਹੀ ਕਾਰਡ ਖੇਡਿਆ ਜਾਂਦਾ। ਉਹ ਸੋਸ਼ਲ ਮੀਡੀਆ ਆਲ ਓਵਰ ਵਰਲਡ ਦੇ ਵਿੱਚ ਸੇਮ ਹੈ ਜੀ। ਜਦੋਂ ਆਪਾਂ ਇਹ ਚੀਜ਼ ਬਾਰ ਬਾਰ ਦੇਖਦੇ ਹਾਂ ਤਾਂ ਮਾਨਸਿਕਤਾ 'ਤੇ ਇਹ ਅਸਰ ਕਰਦੀ ਹੈ, ਚਾਹੇ ਉਹ ਇੱਕ ਆਮ ਨੋਰਮਲ ਆਦਮੀ ਹੋਵੇ, ਚਾਹੇ ਉਹ ਕੋਈ ਵੀ ਧਾਰਮਿਕ ਆਦਮੀ ਹੋਵੇ, ਚਾਹੇ ਕੋਈ ਵੀ ਹੋਵੇ, ਉਹਨੂੰ ਬਾਰ ਬਾਰ ਸੁਣਨ ਨੂੰ ਜਦੋਂ ਮਿਲਦੀ ਹੈ ਗੱਲ, ਉਹਦੀ ਮਾਨਸਿਕਤਾ ਨੂੰ ਸੱਟ ਵੱਜਦੀ ਹੈ। ਹੁਣ ਜਿਹੜੇ
ਪਾਕਿਸਤਾਨ ਦੇ ਵਿੱਚ ਅਦਰ ਕਮਿਊਨਿਟੀਜ਼ ਦੇ ਲੋਕ ਰਹਿੰਦੇ ਆ, ਉੱਥੇ ਜਿਹੜੀਆਂ ਘੱਟ ਗਿਣਤੀਆਂ ਦੇ ਲੋਕ ਰਹਿੰਦੇ ਆ, ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਲੋਕ ਜਿਵੇਂ ਆਪਣਾ ਸਿੱਖ ਭਾਈਚਾਰਾ ਜਾਂ ਉੱਥੋਂ ਦੇ ਉੱਥੇ ਰਹਿੰਦੇ ਹਿੰਦੂ ਭਾਈਚਾਰਾ ਜਾਂ ਉੱਥੇ ਕ੍ਰਿਸਚੀਅਨ ਭਾਈਚਾਰਾ, ਤੁਸੀਂ ਦੇਖਿਆ ਹੋਣਾ ਕਦੇ ਕਦੇ ਕ੍ਰਿਸਚੀਅਨ ਭਾਈਚਾਰੇ ਤੇ ਵੀ ਉਹ ਹਮਲਾ ਕਰਦੇ ਆ ਪਾਕਿਸਤਾਨ ਚ ਰਹਿੰਦੇ ਜਿਹੜੇ, ਔਰ ਏਦਾਂ ਹੀ ਜਿਹੜਾ ਸਿੱਖ ਭਾਈਚਾਰਾ ਉੱਥੇ ਉਹ ਵੀ ਘੱਟ ਗਿਣਤੀ ਹੋਣ ਕਰਕੇ, ਜਿਹੜਾ ਭਾਈ ਸਾਹਿਬ ਭਾਈ ਬਘੇਲ ਸਿੰਘ ਜੀ ਨੇ ਇੱਕ ਫੈਮਿਲੀ ਦਾ ਮੈਟਰ ਸਾਂਝਾ ਕੀਤਾ ਹੈਗਾ, ਉਹ ਫੈਮਿਲੀ ਦਾ ਮੈਟਰ ਤਾਂ ਹੈਗਾ, ਉਸ ਫੈਮਿਲੀ ਦੇ ਮੈਟਰ ਨੂੰ ਉਹਨਾਂ ਨੇ ਧਰਮ ਨਾਲ ਰਿਲੇਟਡ ਬਣਾ ਕੇ ਦੇਸ਼ ਦੀ ਜਿਹੜੀ ਮਾਨਸਿਕਤਾ ਆ ਉੱਤੇ ਵੀ ਸੱਟ ਮਾਰੀ ਆ, ਜਿਹੜੀ ਦੇਸ਼ ਨੇ ਮੀਡੀਏ ਦੇ ਜ਼ਰੀਏ ਮਾਨਸਿਕਤਾ ਬਣਾ ਰੱਖੀ ਆ ਹਿੰਦੂ ਮੁਸਲਮਾਨ ਦੀ। ਅਸੀਂ ਜ਼ਰੂਰ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ ਉੱਥੇ ਨਨਕਾਣਾ ਸਾਹਿਬ ਦੇ ਵਿੱਚ, ਹਮਲਾ ਜ਼ਰੂਰ ਗੁਰੂ ਘਰ ਦੇ ਉੱਪਰ ਹੋਇਆ ਹੈਗਾ, ਪਰ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਭਾਰਤ ਦੇਸ਼ ਤੇ ਹਮਲਾ ਕਰਨ ਦੀ ਆ, ਇਹ ਮਾਨਸਿਕਤਾ ਭਾਰਤ ਦੇਸ਼ ਦੀ ਉਸ ਮਾਨਸਿਕਤਾ ਤੇ ਕਰਾਰੀ ਸੱਟ ਆ, ਕਸੂਰਵਾਰ ਟਾਰਗੇਟ ਸਾਨੂੰ ਸਿੱਖ ਭਾਈਚਾਰੇ ਨੂੰ ਕੀਤਾ ਗਿਆ, ਮੈਂ ਇਹਨੂੰ ਇਸ ਐਂਗਲ ਤੋਂ ਦੇਖਦਾ। ਬਾਸੀ ਜੀ, ਜੇ ਆਪਾਂ ਇਹ ਵੀ ਮੰਨ ਲਈਏ ਜਿਹੜੀ ਤੁਸੀਂ ਗੱਲ ਕਹਿੰਦੇ ਆ, ਤੇ ਸਿੱਖਾਂ ਨੇ ਤੇ ਜੇ ਧਾਰਾ 370 ਦੀ ਵੀ ਗੱਲ ਕਰੀਏ ਜਾਂ ਜਿਹੜਾ ਹੁਣ ਨੈਸ਼ਨੈਲਿਟੀ ਦਾ ਜਿਹਦੀ ਆਪਾਂ ਗੱਲ ਪਹਿਲਾਂ ਕਰਕੇ ਹਟੇ, ਇਹਨਾਂ ਮੁੱਦਿਆਂ ਦੇ ਵਿੱਚ ਸਿੱਖ ਤਾਂ ਮਤਲਬ ਮੁਸਲਮਾਨ ਭਾਈਚਾਰੇ ਦੇ ਨਾਲ ਖੜੋ ਕੇ ਉਹਨਾਂ ਦੇ ਨਾਲ ਮਤਲਬ ਧਿਰ ਬਣ ਕੇ ਉਹਨਾਂ ਦੇ ਨਾਲ ਮਤਲਬ ਇੱਕ ਕਿਸਮ ਦਾ ਟੱਕਰ ਲਈ ਆ ਭਾਰਤ ਸਰਕਾਰ ਦੇ ਨਾਲ ਵੀ, ਅਸੀਂ ਇਹਨਾਂ ਦੇ ਹੱਕ ਚ ਆ ਵੀ ਘੱਟ ਗਿਣਤੀਆਂ ਨਾਲ ਜਿਹੜੀ ਆ ਵਧੀਕੀ ਨਹੀਂ ਹੋਣੀ ਚਾਹੀਦੀ, ਫਿਰ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਉੱਪਰ ਉਹਨੂੰ ਮਤਲਬ ਇਹ ਮਜ਼੍ਹਬੀ ਰੰਗ ਦੇਣਾ ਜਾਂ ਇਹ ਕਹੀਏ ਵੀ ਇਹਦੇ ਪਿੱਛੇ ਵੀ ਮਤਲਬ ਭਾਰਤ ਜਿੱਦਾਂ ਮਾਨਸਿਕਤਾ ਜਿਹੜੀ ਮੁਸਲਮਾਨ ਉਹ ਮਾਨਸਿਕਤਾ ਕੰਮ ਕਰਦੀ ਆ ਜਾਂ ਕੋਈ ਹੋਰ ਘਟਨਾ? ਦੇਖੋ ਇਹ ਤੁਸੀਂ ਇੰਟੈਲੈਕਚੁਅਲ ਬ੍ਰੇਨ ਦੇ ਸਾਥੀ ਆ, ਜਿਹੜੇ ਹਰ ਕਮਿਊਨਿਟੀ ਦੇ ਵਿੱਚ ਹਰ ਲੈਵਲ ਦੇ ਲੋਕ ਪਾਏ ਜਾਂਦੇ ਆ, ਚੰਗੀ ਡੂੰਘੀ ਸਮਝ ਰੱਖਣ ਵਾਲੇ ਔਰ ਮੀਡੀਅਮ ਲੈਵਲ ਦੇ ਜਾਂ ਬਿਲਕੁਲ ਗਰਾਊਂਡ ਲੈਵਲ ਤੇ ਜਿਹੜੀ ਸਿਰਫ ਪਿੱਛ ਲੱਗ ਹੁੰਦੇ ਆ, ਇਹਨਾਂ ਦਾ ਆਪਣਾ ਬ੍ਰੇਨ ਨਹੀਂ ਕੰਮ ਕਰਦਾ, ਜਿਹੜੇ ਸਿਰਫ ਪਿੱਛ ਲੱਗ ਹੁੰਦੇ ਆ, ਕੋਈ ਚੀਜ਼ ਦੇਖੀ ਉਹ ਤੋਂ ਭਾਵ ਹੋ ਗਏ ਉਹਦੇ ਮਗਰ ਤੁਰ ਪਏ, ਜਿਹੜੇ ਤਾਂ ਇੰਟੈਲੈਕਚੁਅਲ ਪਰਸਨੈਲਿਟੀ ਜਾਂ ਇੰਟੈਲੈਕਚੁਅਲ ਬ੍ਰੇਨ ਵਾਲੇ ਆ ਉਹ ਸਮਝਦੇ ਆ ਇਸ ਗੱਲ ਨੂੰ ਵੀ ਅਸੀਂ ਸਭ ਘੱਟ ਗਿਣਤੀਆਂ ਵਾਲੇ ਆ, ਆਪਸ ਵਿੱਚ ਹੀ ਲੜਨ ਨਾਲ ਸਾਡੇ ਮਸਲੇ ਹੱਲ ਨਹੀਂ ਹੋਣੇ, ਸਾਨੂੰ ਸਾਡਾ ਦੁਸ਼ਮਣ ਪਹਿਚਾਨਣ ਦੀ ਲੋੜ ਆ। ਉਹ ਲੋਕ ਜਿਹੜੇ ਇੱਦਾਂ ਘੱਟ ਗਿਣਤੀਆਂ ਵਾਲੇ ਘੱਟ ਗਿਣਤੀਆਂ ਉੱਪਰ ਅਟੈਕ ਹਮਲੇ ਕਰਦੇ ਆ, ਉਹਨਾਂ ਦੀ ਚੰਦ ਲੋਕਾਂ ਦੀ ਜਿਹੜੀ ਸਮਝ ਆ ਉਹ ਬੁੱਧੀ ਇੰਨੀ ਡਿਵੈਲਪ ਨਹੀਂ ਹੋ ਪਾਈ ਅਜੇ, ਜੇ ਉਹ ਭਾਈ ਸਾਹਿਬ ਦੀ ਜਾਂ ਉਸ ਫੈਮਿਲੀ ਦੀ ਇੰਨੀ ਬੁੱਧੀ ਡਿਵੈਲਪ ਹੋਈ ਹੁੰਦੀ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਅਸੀਂ ਗਲਵੱਕੜੀਆਂ ਪਾ ਕੇ ਰੱਖਾਂਗੇ ਤਾਂ ਹੀ ਦੁਸ਼ਮਣ ਦਾ ਟਾਕਰਾ ਕਰਾਂਗੇ, ਤੇ ਦੁਸ਼ਮਣ ਪਹਿਚਾਨਣ ਦੀ ਲੋੜ ਹੈ। ਇਸ ਕਰਕੇ ਇਹ ਜਿਹੜਾ ਹਮਲਾ ਹੋਇਆ ਹੈਗਾ ਇਹਦੇ 'ਚ ਇਹ ਮੈਂ ਸਾਰੇ ਭਾਈਚਾਰੇ ਨੂੰ ਟਾਰਗੇਟ ਨਹੀਂ ਕਰਦਾ ਹੈਗਾ, ਮੈਂ ਸਿਰਫ ਉਹਨਾਂ ਘੱਟ ਸਮਝ ਵਾਲੇ ਬੁੱਧੀ ਵਾਲੇ ਲੋਕਾਂ ਨੂੰ ਟਾਰਗੇਟ ਕਰਦਾ ਜਿਹੜੇ ਸਿਰਫ ਮੀਡੀਆ ਤੋਂ ਗੁੰਮਰਾਹ ਹੋ ਕੇ ਇਹਨਾਂ ਚੀਜ਼ਾਂ ਨੂੰ ਵਾਰਦਾਤਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੈਗੇ ਆ। ਤੇ ਜੇ ਇਹਦੇ ਪਿੱਛੇ ਆਪਾਂ ਭਾਰਤੀ ਏਜੰਸੀਆਂ ਦਾ ਜਾਂ RSS ਦਾ ਸਮਝਦੇ ਆ ਤੇ ਕੀ RSS ਇੰਨੀ ਤਕੜੀ ਹੋ ਚੁੱਕੀ ਆ ਵੀ ਉਹਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ? ਦੇਖੋ ਕੋਈ ਵੀ ਮੁਕਾਬਲਾ ਕਰ ਸਕਦੇ ਤੋਂ ਭਾਵ ਇਹ ਹੈਗਾ ਜੀ ਭਾਈ ਸਾਹਿਬ ਜੀ ਕਿ 2 ਸਾਲ ਪਹਿਲਾਂ ਅਮੈਰੀਕਾ ਦੇ ਇੱਕ ਮੈਗਜ਼ੀਨ ਨੇ ਛਾਪ ਦਿੱਤਾ ਸੀਗਾ ਕਿ ਵਰਲਡ ਨੰਬਰ 1 ਟੈਰੋਰਿਸਟ ਆਰਗੇਨਾਈਜੇਸ਼ਨ ਇਜ਼ RSS ਗੋਇੰਗ ਟੂ ਡਿਵੈਲਪ ਇਨ ਇੰਡੀਆ। ਠੀਕ, ਦੁਨੀਆ ਦੇ ਵਿੱਚ ਇੱਕ ਬਹੁਤ ਜ਼ਿਆਦਾ ਤਾਦਾਦ ਵਿੱਚ ਆਪਣੀ ਮੈਂਬਰਸ਼ਿਪ ਵਧਾ ਚੁੱਕੀ ਜਿਹੜੀ ਸੰਸਥਾ ਆ, ਅੱਤਵਾਦੀ ਸੰਗਠਨ ਆ, ਉਹਦਾ ਨਾਂ RSS ਆ। ਇਹ ਅੱਜ ਤੋਂ 2-2.5 ਸਾਲ ਪਹਿਲਾਂ ਅਮੈਰੀਕਾ ਦੇ ਇੱਕ ਸਰਵੇ ਦੇ ਮੈਗਜ਼ੀਨ ਨੇ ਇਹ ਛਾਪ ਦਿੱਤਾ ਸੀ, ਆਪਾਂ ਸੋਸ਼ਲ ਮੀਡੀਆ ਤੇ ਬੜੀਆਂ ਨਿਊਜ਼ ਦੇਖ ਰਹੇ ਹਾਂ ਉਹਦੇ ਬਾਰੇ ਅੱਜ ਵੀ। ਠੀਕ, ਹੁਣ ਉਹ ਗੱਲ ਸਾਬਤ ਹੋ ਚੁੱਕੀ ਆ ਕਿਉਂਕਿ ਜਿਹੜੇ ਉਹਨਾਂ ਦੇ ਮਨਸੂਬੇ ਆ ਉਹ ਮਨਸੂਬਿਆਂ ਦੇ ਵਿੱਚ ਪਹਿਲਾਂ ਹੀ ਘੱਟ ਗਿਣਤੀਆਂ ਤੇ ਲੋਕ ਜਿਹੜੇ ਉਹ ਤਾਂ ਪਹਿਲਾਂ ਹੀ ਵਿਚਾਰੇ ਘੱਟ ਗਿਣਤੀਆਂ 'ਚ ਬੈਠੇ ਆ, ਉਹ ਤਾਂ ਅਜੇ ਸਰਵਾਈਵ ਕਰਨ ਲਈ ਸਟਰਗਲ ਕਰ ਰਹੇ ਆ, ਉਹਨਾਂ ਨੂੰ ਤਾਂ ਅਜੇ ਪੂਰੇ ਹੱਕ ਹਕੂਕ ਵੀ ਨਹੀਂ ਆਪਣੇ ਪਤਾ ਹੈਗੇ ਵੀ ਕੀ ਸਾਡੇ ਅਸਲ ਹੱਕ ਹਕੂਕ ਨੇ, ਅਸੀਂ ਆਪਣੀ
ਬਿਹਤਰ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ। ਹੁਣ ਉਹ ਜਿਹੜੇ ਘੱਟ ਗਿਣਤੀਆਂ ਵਾਲੇ ਲੋਕ ਆ, ਜਿਹੜੀ ਉਹ ਆਰਐਸਐਸ ਸੰਸਥਾ ਆ ਜਾਂ ਜਿਹੜੀ ਉਹ ਆਰਐਸਐਸ ਦੇ ਮਨਸੂਬੇ ਆ, ਜਦੋਂ ਆਪਾਂ ਉਹਨਾਂ ਦਾ ਮੈਨੀਫੈਸਟੋ ਪੜ੍ਹਦੇ ਹਾਂ ਤਾਂ ਉਹਨਾਂ ਦੇ ਉਸ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਆ, ਬਕਾਇਦਾ ਉਹਨੀ ਕੋਟ ਕੀਤਾ ਹੋਇਆ ਕਿ ਘੱਟ ਗਿਣਤੀਆਂ ਨੂੰ ਜਿੰਨਾ ਦਬਾ ਕੇ ਰੱਖਾਂਗੇ, ਕਿਉਂਕਿ ਇਹਨਾਂ ਦੀ ਇਹਨਾਂ ਦੇ ਧਰਮ ਗ੍ਰੰਥ ਕਹਿੰਦੇ ਆ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਸਭ ਤਾੜਨ ਕੇ ਅਧਿਕਾਰੀ, ਇਹਨਾਂ ਨੂੰ ਲਤਾੜ ਕੇ ਰੱਖੋ, ਇਹਨਾਂ ਨੂੰ ਗੁਲਾਮ ਬਣਾ ਕੇ ਰੱਖੋ, ਇਹਨਾਂ ਨੂੰ ਘੱਟ ਗਿਣਤੀਆਂ ਨੂੰ ਜਿੰਨਾ ਇਹਨਾਂ ਨੂੰ ਸਮਝ ਤੋਂ ਦੂਰ ਰੱਖਾਂਗੇ, ਜਿੰਨਾ ਗੁਲਾਮ ਬਣਾ ਕੇ ਰੱਖਾਂਗੇ, ਜਿੰਨਾ ਕਾਨੂੰਨ ਦੇ ਸ਼ਿਕੰਜੇ 'ਚ ਕੱਸ ਕੇ ਰੱਖਾਂਗੇ, ਉਨਾ ਇਹ ਛੇਤੀ ਆਪਣੇ ਕਬਜ਼ੇ 'ਚ ਰਹਿਣਗੇ, ਗੁਲਾਮ ਬਣਨਗੇ। ਤਾਂ ਅਸੀਂ ਲੋਕ ਜਿਹੜੇ ਆ ਉਹ ਅਸਲ ਸਟਰਗਲ ਦੀ ਅਸਲ ਭਾਵਨਾ ਨੂੰ ਸਮਝ ਨਹੀਂ ਰਹੇ ਹੈਗੇ। ਠੀਕ ਹੈ, ਸਾਨੂੰ ਜਿੱਦਾਂ ਭਾਈ ਸਾਹਿਬ ਭਾਈ ਬਘੇਲ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਸਾਨੂੰ ਸੰਵਿਧਾਨਕ ਜੰਗ ਲੜਨੀ ਚਾਹੀਦੀ ਆ, ਮੈਂ ਇਸ ਹੱਕ 'ਚ ਆ। ਆਪਾਂ 370 ਧਾਰਾ ਦਾ ਸਮਰਥਨ ਕੀਤਾ, ਆਪਾਂ 370 ਧਾਰਾ ਦਾ ਵਿਰੋਧ ਕੀਤਾ, ਬਿਲਕੁਲ ਚੰਗੀ ਗੱਲ ਆ। ਆਪਾਂ ਇੱਦਾਂ ਹੀ NRC ਜਿਹੜਾ ਲਾਗੂ ਹੋਣ ਜਾ ਰਿਹਾ ਉਸ ਦੇਸ਼ ਦੇ ਵਿੱਚ, ਬਾਰ ਬਾਰ ਇਹ ਉਹਨਾਂ ਨੇ ਦੇਖੋ ਉਹਨਾਂ ਦੇ ਬਿੱਲ ਪਾਸ ਕਰਨ ਦੇ ਲਈ ਸਦਨ ਦੇ ਤਿੰਨੋਂ ਜਿਹੜੇ ਪੱਖ ਆ, ਚਾਹੇ ਉਹ ਰਾਜ ਸਭਾ, ਚਾਹੇ ਉਹ ਲੋਕ ਸਭਾ ਤੇ ਨਾਲ ਤੀਸਰਾ ਰਾਸ਼ਟਰਪਤੀ ਹੈ, ਰਾਜ ਸਭਾ ਲੋਕ ਸਭਾ ਦੇ ਵਿੱਚ ਉਹਨੀ ਮਤਾ ਪਾਸ ਕਰਕੇ ਰਾਸ਼ਟਰਪਤੀ ਤੋਂ ਮੋਹਰ ਲਾਉਣ ਲਈ, ਤਿੰਨੇ ਹੀ ਪਿੱਲਰ ਉਹਨਾਂ ਦੇ ਆਪਣੇ ਕੰਟਰੋਲ ਦੇ ਵਿੱਚ ਆ, ਮੈਜੋਰਿਟੀ 'ਚ ਹੈਗੇ ਬੈਠੇ। ਇਸ ਵੇਲੇ ਆਪੋਜੀਸ਼ਨ ਬਹੁਤ ਕਮਜ਼ੋਰ ਬੈਠੀ ਆ, ਆਪੋਜੀਸ਼ਨ ਦੇ ਕੋਲ ਉਨੀ ਜਾਣ ਤਾਕਤ ਹੈ ਨਹੀਂ, ਉਨੀ ਮੈਜੋਰਿਟੀ ਹੈ ਨਹੀਂ। ਹੁਣ ਬਿੱਲ ਉਹਨਾਂ ਨੇ ਪਾਸ ਕਰ ਲਿਆ, ਬਿੱਲ ਉਹਨਾਂ ਨੇ ਉਹ ਸੈਕੂਲਰ ਸ਼ਬਦ ਦੇ ਅਗੇਂਸਟ ਪਾਸ ਕੀਤਾ ਜਿਹੜਾ ਸੰਵਿਧਾਨ ਬਾਕੀ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੰਦਾ, ਉਹਨੂੰ ਕੱਟ ਕੇ ਉਹਨਾਂ ਨੇ ਇਹ ਸੈਕੂਲਰ ਸ਼ਬਦ ਨੂੰ ਕੱਟਣਾ ਚਾਹੁੰਦੇ ਆ ਵਿੱਚੋਂ। ਜਾਣੀ ਕਹਿਣ ਤੋਂ ਭਾਵ ਕਿ ਸਾਨੂੰ ਸੰਵਿਧਾਨ ਦੀ ਮੂਲ ਧਾਰਨਾ ਨੂੰ ਸਮਝਣਾ ਪਊਗਾ, ਉਹਦੇ ਪ੍ਰੀਐਂਬਲ ਨੂੰ ਸਮਝ ਕੇ ਉੱਥੋਂ ਦੇ ਮੌਲਿਕ ਅਧਿਕਾਰ ਜਿਹੜੇ ਤਹਿਤ, ਉਹਦੇ ਤਹਿਤ ਅਸੀਂ ਫਾਈਟ ਦੇ ਸਕਦੇ ਹਾਂ ਉਹਨੂੰ। ਜੇ ਅਸੀਂ ਕਹੀਏ ਕਿ ਸੜਕਾਂ ਤੇ ਆ ਕੇ ਅਸੀਂ ਡਾਂਗਾਂ ਜਾਂ ਆਪਣੀਆਂ ਤਲਵਾਰਾਂ ਕਿਰਪਾਨਾਂ ਕੱਢ ਕੇ ਲੜ ਲਈਏ ਉਹਨਾਂ ਦੇ ਨਾਲ, ਉਹ ਜੰਗ ਤਾਂ ਚਾਹੁੰਦੇ ਆ ਇਹ, ਉਹ ਇਹ ਚਾਹੁੰਦੇ ਆ ਕਿ ਸੜਕਾਂ ਤੇ ਆ ਕੇ ਜੰਗ ਲੜਨ, ਅਸੀਂ ਚੱਕ ਕੇ ਇਹਨਾਂ ਨੂੰ ਜੇਲ੍ਹਾਂ 'ਚ ਸੁੱਟ ਦਈਏ, ਗੱਲ ਖਤਮ। ਠੀਕ ਹੈ ਭਾਈ ਬਘੇਲ ਸਿੰਘ ਜੀ, ਜਿਹੜੇ ਗੁਰਪ੍ਰੀਤ ਸਿੰਘ ਹੋਣਾ ਨੇ ਗੱਲ ਕੀਤੀ ਹੈ ਨੈਸ਼ਨਲਿਟੀ ਦੀ, ਜਿੱਦਾਂ ਮਤਲਬ ਜਿਹੜਾ ਲਾਗੂ ਹੋਇਆ ਇਹਦੇ ਲਈ, ਜਿੱਦਾਂ ਮਤਲਬ ਸਾਡੇ ਸਿੱਖਾਂ ਤੇ ਜਿੱਦਾਂ, ਜਾਂ ਆਪਾਂ ਸਿੱਧੇ ਰੂਪ 'ਚ ਕਹਿ ਲੈਂਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ, ਕਿਉਂਕਿ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਵੀ ਇਸ ਬਿੱਲ ਦੀ ਜਿਹੜੀ ਸਪੋਰਟ ਕੀਤੀ ਆ, ਤੇ ਦੂਏ ਪਾਸੇ ਜੇ ਆਪਾਂ ਸਿੱਖਾਂ ਨੂੰ ਲੈ ਲਈਏ, ਬਈ ਅਸੀਂ ਬਾਹਰ ਜਿਹੜੇ ਆਮ ਸਿੱਖ ਆ ਜਾਂ ਤੁਸੀਂ ਆ ਵਿਦੇਸ਼ਾਂ 'ਚ ਬੈਠੇ ਆ, ਤੁਸੀਂ ਇਹਨੂੰ ਕਿਸ ਨਜ਼ਰ 'ਚ ਲੈਂਦੇ ਆ ਜਿਹੜੀ ਇਹ ਨੈਸ਼ਨੈਲਿਟੀ ਐਕਟ ਬਣਾਇਆ? ਭਰਗਵੀਰ ਸਿੰਘ ਜੀ, ਇਹਦੇ ਤੋਂ ਪਹਿਲਾਂ ਮੈਂ ਤੁਹਾਡਾ ਥੋੜਾ ਜਿਹਾ ਇੱਕ ਪੁਆਇੰਟ ਤੇ ਮੈਂ ਗੱਲ ਜ਼ਿਕਰ ਕਰਨਾ ਚਾਹੁੰਦਾ, ਜਿਹੜਾ ਨਨਕਾਣਾ ਸਾਹਿਬ ਵਾਲਾ ਇਸ਼ੂ ਸੀਗਾ, ਉਹਦੇ ਵਿੱਚ ਤੁਸੀਂ ਆਪਣੇ ਭਾਈ ਸਾਹਿਬ ਉਹਨਾਂ ਨਾਲ ਗੱਲ ਕੀਤੀ ਸੀ ਵੀ ਆਰਐਸਐਸ ਇੰਨੀ ਤਕੜੀ ਹੋ ਗਈ ਆ ਜਾਂ ਉਹਨਾਂ ਦਾ ਹੱਥ ਹੈ, ਤੋ ਉੱਥੇ ਵੀ ਭਾਈ ਰਘਵੀਰ ਸਿੰਘ ਜੀ ਦੋ ਜਮਾਤਾਂ ਨੇ, ਇੱਕ ਤਾਂ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆ ਉਹਦੀ ਸੋਚ ਨੂੰ ਸਮਝਣ ਵਾਲੇ ਲੋਕ ਨੇ, ਤੇ ਇੱਕ ਉੱਥੋਂ ਦੇ ਹੀ ਲੀਡਰ ਨੇ ਜਿਹੜੇ ਮੌਲਵੀ ਨੇ ਉੱਥੋਂ ਦੇ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤਾਏ ਬਹੁਤ ਸ਼ਬਦ ਬੋਲੇ ਸੀ। ਹਾਂਜੀ, ਖਾਦਮ ਰਿਜ਼ਵੀ ਉਹਨਾਂ ਜੀ, ਹਾਂਜੀ, ਤੇ ਉਹ ਕਾਦਮ ਰਿਜ਼ਵੀ ਜਿਹੜਾ ਆ ਉਹਦੀ ਵੀ ਬਹੁਤ ਵੱਡੀ ਪਕੜ ਹੈ, ਤੇ ਖਾਸ ਤੌਰ ਦੇ ਉੱਪਰ ਇੱਕ ਧਾਰਮਿਕ ਮੌਲਵੀ ਹੋਣ ਦੇ ਨਾਂ ਦੇ ਉੱਪਰ ਇਹ ਲੋਕ ਧਾਰਮਿਕ ਗੱਲਾਂ ਦਾ ਹਵਾਲਾ ਦੇ ਕਰਕੇ ਲੋਕਾਂ ਨੂੰ ਭੜਕਾਉਂਦੇ ਨੇ, ਤੇ ਇਹ ਜਿਹੜੇ ਬੰਦੇ ਨੇ ਪੱਥਰਬਾਜ਼ੀ ਕੀਤੀ ਹੈ ਇਹ ਉਹਨਾਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਤੇ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਗੱਲ ਇਹ ਪ੍ਰਚਾਰੀ ਜਾ ਰਹੀ ਹੈ ਵੀ ਵਾਕਈ ਭਾਰਤ ਦੇ ਨਾਲੋਂ ਹਜੇ ਪਾਕਿਸਤਾਨ ਦੇ ਵਿੱਚ ਗੁਰਬਤ ਬਹੁਤ ਆ, ਗਰੀਬੀ ਬਹੁਤ ਆ, ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਭਾਰਤ ਦੇ ਮੁਕਾਬਲੇ ਹਜੇ ਉਹਨਾਂ ਲੋਕਾਂ ਦੇ ਵਿੱਚ ਬਹੁਤ ਅੱਤ ਦੀ ਗਰੀਬੀ ਹੈ, ਤੇ ਉਹਨਾਂ ਨੂੰ ਇਸ ਗੱਲ ਤੇ ਭੜਕਾਇਆ ਜਾ ਰਿਹਾ ਵੀ ਲੱਖਾਂ ਕਰੋੜਾਂ ਰੁਪਇਆ ਸ੍ਰੀ ਕਰਤਾਰਪੁਰ ਸਾਹਿਬ ਦੇ ਉੱਪਰ ਖਰਚ ਕਰ ਦਿੱਤਾ ਗਿਆ, ਨਨਕਾਣਾ ਸਾਹਿਬ ਜੀ ਦੇ ਉੱਪਰ ਖਰਚ ਕਰ ਦਿੱਤਾ ਗਿਆ, ਬਾਹਰੋਂ ਗਏ ਹੋਏ ਸਿੱਖਾਂ ਨੂੰ ਜਾਂ ਜਿਹੜੇ ਵੀ ਯਾਤਰੂ ਗਏ ਨੇ ਉਹਨਾਂ ਨੂੰ ਸੁਰੱਖਿਆ ਦੇਣੀ, ਉਹਨਾਂ ਦੇ ਰਹਿਣ ਦੇ ਵਧੀਆ ਪ੍ਰਬੰਧ ਕਰਨੇ,
ਵੀ ਇਮਰਾਨ ਖਾਨ ਜਿਹੜਾ ਆ ਉਹ ਸਿੱਖਾਂ ਦੇ ਉੱਪਰ ਸਾਰੇ ਪੈਸਾ ਲੁਟਾ ਰਿਹਾ ਤੇ ਜਿਹੜਾ ਆਪਣੇ ਮੁਲਕ ਦੇ ਲੋਕ ਆ ਉਹਨਾਂ ਨੂੰ ਕੁਝ ਨਹੀਂ ਦੇ ਰਿਹਾ। ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ ਤੇ ਉਸ ਤਨਜ਼ੀਮ ਨਾਲ ਸੰਬੰਧ ਰੱਖਣ ਵਾਲੇ ਜਿੰਨੇ ਵੀ ਨੌਜਵਾਨ ਆ ਜਾਂ ਜਿੰਨੇ ਵੀ ਉਹਦੇ ਧੜੇ ਦੇ ਬੰਦੇ ਆ ਉਹ ਵੀ ਬਿਲਕੁਲ RSS ਦੀ ਤਰ੍ਹਾਂ ਕਹਿ ਲਓ ਜਾਂ ਭਾਰਤ ਦੀ ਭਾਜਪਾ ਦੀ ਤਰ੍ਹਾਂ ਕਹਿ ਲਓ, ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹੀ ਗੱਲ ਹੈ ਕਿ ਇਹ ਸਾਡਾ ਮੁਲਕ ਹੈ ਤੇ ਸਾਡੇ ਮੁਲਕ ਦੇ ਵਿੱਚ ਕੇਵਲ ਤੇ ਕੇਵਲ ਮੁਸਲਮਾਨਾਂ ਦੀ ਗੱਲ ਹੋਣੀ ਚਾਹੀਦੀ, ਹੋਰ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ, ਉਹ ਸਾਰੇ ਦੇ ਸਾਰੇ ਇਸ ਮੁਲਕ ਚੋਂ ਬਾਹਰ ਹੋ ਜਾਣ। ਜਿਵੇਂ ਅੱਜ ਭਾਈ ਸਾਹਿਬ ਨੇ ਪਹਿਲਾਂ ਗੱਲ ਕੀਤੀ ਵੀ ਇਹਨਾਂ ਦਾ ਏਜੰਡਾ ਹੈ ਵੀ ਜਾਂ ਤੇ ਸਾਰੇ ਹਿੰਦੂ ਬਣ ਜਾਣ ਨਹੀਂ ਤੇ ਸਾਡੇ ਮੁਲਕ ਚੋਂ ਬਾਹਰ ਹੋ ਜਾਣ। ਸੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜਿਹੜਾ NRC ਦੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ। ਸੋ ਇਹ ਭਾਈ ਰਘਵੀਰ ਸਿੰਘ ਦੀ ਗੱਲ ਸਮਝਣ ਵਾਲੀ ਹੈ ਕਿ ਹੁਣ ਇਹਨਾਂ ਨੇ ਇਹਨੂੰ ਇੱਕ ਨਵਾਂ ਰੰਗ ਦਿੱਤਾ ਹੈ ਕਿ ਜੀ ਇਹਦਾ ਕੋਈ ਬਹੁਤਾ ਇਫੈਕਟ ਨਹੀਂ ਪੈਣਾ ਹੈ, ਕੇਵਲ ਤੇ ਕੇਵਲ ਜਨਗਣਨਾ ਹੋਣੀ ਆ, ਇੱਕ ਗਿਣਤੀ ਕੀਤੀ ਜਾਣੀ ਵੀ ਕਿੰਨੀ ਕੁ ਭਾਰਤ ਦੀ ਵਸੋਂ ਹੋ ਚੁੱਕੀ ਆ। ਪਰ ਇਹਦੇ ਵਿੱਚ ਜਿਹੜਾ ਹੈ ਇਹਨਾਂ ਨੇ ਇਸ ਰਜਿਸਟ੍ਰੇਸ਼ਨ ਦੇ ਆਧਾਰ ਦੇ ਉੱਪਰ ਇਹ ਦੇਖਣਾ ਹੈ ਵੀ ਕਿੰਨੇ ਲੋਕ ਹਿੰਦੂਆਂ ਦੇ ਵਿੱਚ ਆਉਂਦੇ ਨੇ, ਕਿੰਨੇ ਸਿੱਖਾਂ 'ਚ ਆਉਂਦੇ ਨੇ, ਕਿੰਨੇ ਕਿਹੜੇ ਮਤ ਦੇ ਵਿੱਚ ਆਉਂਦੇ ਨੇ, ਫਿਰ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਤੇ ਜਿਸ ਤਰ੍ਹਾਂ ਇਹਨਾਂ ਨੇ ਇਹ ਲਿਆਂਦਾ ਕਾਨੂੰਨ, ਇਸੇ ਕਾਨੂੰਨ ਦੇ ਆਧਾਰ ਤੇ ਜਿਹੜਾ ਨਾਗਰਿਕਤਾ ਦਾ ਕਾਨੂੰਨ ਆ ਉਹਦੇ ਅੰਡਰ ਇਹਨਾਂ ਨੇ ਇਸ ਚੀਜ਼ ਨੂੰ ਇਫੈਕਟ ਕਰਨਾ ਤੇ ਉਹਨਾਂ ਲੋਕਾਂ ਨੂੰ ਫਿਰ ਅੱਗੇ ਚੱਲ ਕੇ ਇਸ ਗੱਲ ਦੀਆਂ ਜਿਹੜੇ ਨਤੀਜੇ ਉਹ ਭੁਗਤਣੇ ਪੈਣੇ ਨੇ। ਸੋ ਇਹ ਇੱਕ ਸੋਝੀ ਸਮਝੀ ਚਾਲ ਆ ਕਿ ਜਿਹਨੂੰ ਸਟੈਪ ਬਾਏ ਸਟੈਪ ਜਿਹੜਾ ਉਹ ਜਾਮਾ ਪਹਿਨਾਇਆ ਜਾ ਰਿਹਾ। ਅੱਜ ਭਾਵੇਂ ਸਾਡੇ ਉੱਥੋਂ ਦੇ ਲੋਕਾਂ ਦੀ ਨੌਲੇਜ ਦੇ ਵਿੱਚ ਇਹ ਗੱਲ ਨਹੀਂ ਹੈ ਜਾਂ ਮੀਡੀਆ ਬਿਲਕੁਲ ਬਲੈਕਆਊਟ ਹੈ, ਉੱਥੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ। ਅਸੀਂ ਇੱਕ ਸਧਾਰਨ ਜੀ ਗੱਲ ਕਰਦੇ ਹਾਂ ਜੀ, ਗਿਣਤੀ ਹੋਣੀ ਆ ਵੀ ਪਾਪੂਲੇਸ਼ਨ ਕਿੰਨੀ ਆ, ਪਰ ਇਹਦੇ ਰਿਜ਼ਲਟ ਜਿਹੜੇ ਨੇ ਇਸ ਤੋਂ ਬਾਅਦ ਦੇ ਵਿੱਚ ਨਿਕਲਣੇ ਸ਼ੁਰੂ ਹੋਣੇ ਜੀ। ਠੀਕ ਹੈ ਬੰਸੀ ਜੀ, ਜਿੱਦਾਂ ਜਿਹੜੀ ਆਪਾਂ ਘਟਨਾ ਗੱਲ ਕਰਦੇ 55 ਸਿੱਖਾਂ ਦੇ ਭਾਰਤ ਦੇ ਵਿੱਚ ਵੀ ਇੱਕ ਮਤਲਬ ਧਾਰਮਿਕ ਨਗਰ ਕੀਰਤਨ, ਆਪਾਂ ਇੱਥੇ ਇੰਗਲੈਂਡ ਦੇ ਵਿੱਚ, ਅਮਰੀਕਾ, ਕੈਨੇਡਾ, ਕਿਤੇ ਵੀ ਕਰੀਏ, ਕੋਈ ਬੰਦਿਸ਼ ਨਹੀਂ ਜਿੱਦਾਂ ਦੀ ਮਰਜ਼ੀ ਗੱਲ ਕਰੀਏ, ਲੇਕਿਨ ਉਸ ਦੇਸ਼ ਦੇ ਵਿੱਚ ਜਿੱਥੇ ਜਿਹਨੂੰ ਬਹੁਤ ਧਰਮੀ ਕਿਹਾ ਜਾਂਦਾ ਵੀ ਇੱਕ ਸਿੱਖਾਂ ਦੇ ਧਾਰਮਿਕ ਨਗਰ ਕੀਰਤਨ ਦੇ ਉੱਪਰ ਵੀ ਪਾਬੰਦੀ ਲਾ ਕੇ, ਮਤਲਬ ਧਾਰਾ 144 ਲਾ ਕੇ ਤੇ ਸਿੱਖਾਂ ਦੇ ਉੱਪਰ ਕੇਸ ਦਰਜ ਕਰ ਦੇਣਾ, ਜਿਹਦੇ ਸੰਬੰਧ ਵਿੱਚ ਮੈਨੂੰ ਇਹ ਵੀ ਪਤਾ ਲੱਗਾ ਕਿ ਤੁਹਾਡੀ ਪਾਰਟੀ ਬੀਬੀ ਮਾਇਆਵਤੀ ਨੇ ਵੀ ਤਗੜਾ ਸਟੈਂਡ ਲਿਆ ਵੀ ਅਸੀਂ ਇਹ ਨਹੀਂ ਹੋਣ ਦਿਆਂਗੇ, ਤੁਹਾਡੀ ਪਾਰਟੀ ਦਾ ਇਹਦੇ ਬਾਰੇ ਕੀ ਕਹਿਣਾ ਹੈ, ਕੀ ਸਟੈਂਡ ਆ? ਦੇਖੋ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਹੈ ਜੀ ਵੀ ਜਿਹੜੀਆਂ ਮਾਇਨੋਰਿਟੀਜ਼ ਤੇ ਹਮਲੇ ਹੋ ਰਹੇ ਆ ਇਹ ਸਾਰਾ ਉਸ ਦਾ ਹੀ ਇੱਕ ਘਟਨਾਕ੍ਰਮ ਦਾ ਪਾਰਟ ਆ ਜਿਹੜਾ ਯੂਪੀ ਦੇ ਵਿੱਚ ਪੀਲੀਭੀਤ ਦੇ ਵਿੱਚ ਸ਼ੋਭਾ ਯਾਤਰਾ ਕੱਢਣ ਦੇ ਲਈ ਜਿਹੜਾ ਹਮਲਾ ਹੋਇਆ, ਉੱਥੇ ਸਿੱਖ ਭਾਈਚਾਰੇ ਤੇ 57 ਸਿੰਘਾਂ ਤੇ ਹਮਲੇ ਪਰਚੇ ਦਰਜ ਹੋਏ ਆ। ਹਾਂਜੀ, ਜਿਹੜੀ BSP ਸਾਡੀ ਪਾਰਟੀ ਹੈਗੀ ਆ ਉੱਥੇ ਦੀ 4 ਵਾਰੀ ਸਰਕਾਰ ਅਸੀਂ ਬਣਾ ਚੁੱਕੇ ਹਾਂ, 4 ਵਾਰੀ ਅਸੀਂ ਆਪਣਾ ਰਾਜ ਭਾਗ ਉੱਥੇ ਲਿਆ ਚੁੱਕੇ ਹਾਂ, ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ। ਠੀਕ, ਔਰ ਅਪੋਜੀਸ਼ਨ ਦੇ ਵਿੱਚ ਅਸੀਂ ਉੱਥੇ ਸਟਰੋਂਗ ਆ, ਜਾਣੀ ਅਪੋਜੀਸ਼ਨ ਦੇ ਵਿੱਚ ਵੀ ਸਟਰੋਂਗ ਆ, ਪਰ ਕਿਉਂਕਿ ਜਿਹੜੀ BJP ਹੈ ਉਹਦੇ ਮਨਸੂਬੇ ਜਿਹੜੇ ਆ ਉਹ ਬਹੁਤ ਬਾਖੂਬੀ ਯੂਪੀ ਦੇ ਵਿੱਚ, ਯੂਪੀ ਦਾ ਮੁੱਖ ਮੰਤਰੀ ਜਿਹੜਾ ਸਾਧ ਆ ਉਹ ਮੁੱਖ ਮੰਤਰੀ ਬਣਾ ਕੇ ਬੈਠੇ ਆ, ਔਰ ਉਹ ਲਾਈਫ ਮੈਂਬਰ ਆ RSS ਦਾ, ਦੇਸ਼ ਦਾ ਪ੍ਰਧਾਨ ਮੰਤਰੀ ਲਾਈਫ ਮੈਂਬਰ ਆ RSS ਦਾ, ਦੇਸ਼ ਦਾ ਗ੍ਰਹਿ ਮੰਤਰੀ ਲਾਈਫ ਮੈਂਬਰ ਆ RSS ਦਾ, ਪਿਛਲੇ 35-35 40-40 ਸਾਲਾਂ ਤੋਂ RSS ਦੇ ਲਾਈਫ ਮੈਂਬਰ ਆ, ਜਾਣੀ ਉਹਨਾਂ ਦੇ ਬ੍ਰੇਨ ਵਾਸ਼ ਕੀਤੇ ਪਏ ਆ, ਉਹਨਾਂ ਦੇ ਬ੍ਰੇਨ ਦੇ ਵਿੱਚ ਇੱਕੋ ਹੀ ਗੱਲ ਆ, ਹਿੰਦੂ ਰਾਸ਼ਟਰ ਤੇ ਹਿੰਦੂ ਰਾਸ਼ਟਰ। ਹਾਂਜੀ, ਹੁਣ ਯੂਪੀ ਦੇ ਵਿੱਚ ਜਿਹੜਾ ਇਹ ਹਮਲਾ ਕੀਤਾ ਆ ਸਾਡੇ ਸਾਨੂੰ ਸਾਨੂੰ ਪਹਿਲਾਂ ਤੇ ਅਧਿਕਾਰ ਆ ਸੰਵਿਧਾਨਿਕ ਤੌਰ ਤੇ ਸਾਡੀ ਗੱਲ ਕਹਿਣ ਦਾ, ਅਸੀਂ ਧਾਰਮਿਕ ਤੌਰ ਤੇ ਵੀ ਆਪਣੀ ਗੱਲ ਕਹਿ ਸਕਦੇ ਹਾਂ, ਅਸੀਂ ਅਸੀਂ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਸੜਕਾਂ ਤੇ ਆ ਕੇ ਅਸੀਂ ਆਪਣਾ ਨਗਰ ਕੀਰਤਨ ਸ਼ੋਭਾ ਯਾਤਰਾ ਕੱਢ ਸਕਦੇ ਹਾਂ, ਇਹ ਸਾਨੂੰ ਅਧਿਕਾਰ ਆ। ਜਾਣੀ ਪਹਿਲਾਂ ਉੱਥੇ ਇਨਫੋਰਮੇਸ਼ਨ, ਜਦੋਂ ਆਪਾਂ ਕੋਈ ਸ਼ੋਭਾ ਯਾਤਰਾ ਕੱਢਦੇ ਹਾਂ ਪਹਿਲਾਂ ਇਨਫੋਰਮੇਸ਼ਨ ਦੇ ਲਈ ਆਪਾਂ ਪਰਮਿਸ਼ਨ, ਪਹਿਲਾਂ ਇਨਫੋਰਮੇਸ਼ਨ ਦਿੰਦੇ ਹਾਂ, ਫਿਰ ਆਪਾਂ ਨੂੰ ਪਰਮਿਸ਼ਨ ਮਿਲਦੀ ਆ, ਫਿਰ ਆਪਾਂ ਜਾ ਕੇ ਇਸ ਚੀਜ਼ ਨੂੰ ਅਮਲੀ ਜਾਮਾ ਪਹਿਨਾਉਂਦੇ ਹਾਂ, ਇੱਦਾਂ ਹੀ ਪਰਮਿਸ਼ਨ ਲਈ ਗਈ ਸੀਗੀ। ਉਹਦੇ ਬਾਵਜੂਦ ਵੀ
ਮੌਕੇ ਦੀ ਸਰਕਾਰ ਨੇ ਉੱਥੇ 144 ਧਾਰਾ ਲਾ ਕੇ ਸਾਡੇ ਸਿੱਖਾਂ ਤੇ ਹਮਲਾ ਕੀਤਾ ਜਾਂ ਉਹਨਾਂ ਨੂੰ ਟਾਰਗੇਟ ਕੀਤਾ ਹੈਗਾ। ਹਾਂਜੀ ਤੇ ਜਿਹੜੀ ਸਾਡੀ ਪਾਰਟੀ ਵੱਲੋਂ ਤੁਸੀਂ ਸਵਾਲ ਪੁੱਛਿਆ ਹੈਗਾ, ਅਸੀਂ ਪੂਰੇ ਪੰਜਾਬ ਦੇ ਵਿੱਚ ਵੀ ਹਰ ਜ਼ਿਲ੍ਹੇ ਦੇ ਹਰ ਹੈੱਡਕੁਆਟਰ ਤੇ ਕਮਿਸ਼ਨਰ ਸਾਹਿਬ ਨੂੰ, SDM ਸਾਹਿਬ ਨੂੰ ਬਾਰ ਬਾਰ ਧਰਨੇ ਦੇ ਕੇ ਪ੍ਰੋਟੈਸਟ ਕਰਕੇ ਮੈਮੋਰੰਡਮ ਦੇ ਰਹੇ ਹਾਂ ਉਹਨਾਂ ਸਿੱਖਾਂ ਦੀ ਰਿਹਾਈ ਦੇ ਲਈ, ਉਹਨਾਂ ਸਿੱਖਾਂ ਦੇ ਪਰਚੇ ਦਰਜ ਜਿਹੜੇ ਹੋਏ ਆ ਉਹਨਾਂ ਨੂੰ ਬਿਲਕੁਲ ਕੈਂਸਲ ਕਰਨ ਦੇ ਲਈ। ਔਰ UP ਦੇ ਵਿੱਚ ਵੀ ਅਸੀਂ ਇੱਦਾਂ ਦਬਾਅ ਬਣਾ ਕੇ ਬੈਠੇ ਹਾਂ ਔਰ ਥਾਂ ਥਾਂ ਹਰ ਹੈੱਡਕੁਆਟਰ ਤੇ ਜਾ ਕੇ ਅਸੀਂ ਪ੍ਰੋਟੈਸਟ ਕਰਕੇ ਮੈਮੋਰੰਡਮ ਦੇ ਰਹੇ ਹਾਂ ਰਾਸ਼ਟਰਪਤੀ ਦੇ ਨਾਂ ਤੇ ਭਈ ਇਹ ਜਿਹੜੇ ਪਰਚੇ ਆ ਨਜਾਇਜ਼ ਪਰਚੇ ਹੋਏ ਆ, ਇਹਨਾਂ ਨੂੰ ਕੈਂਸਲ ਕੀਤਾ ਜਾਵੇ, ਇਹਨਾਂ ਨੂੰ ਖਾਰਜ ਕੀਤਾ ਜਾਵੇ। ਹਰ ਇੱਕ ਨੂੰ, ਮਾਇਨੋਰਿਟੀਜ਼ ਨੂੰ ਆਪਣਾ ਆਪਣੀ ਗੱਲ ਕਹਿਣ ਦਾ ਹੱਕ ਅਧਿਕਾਰ ਹੈਗਾ ਆ ਸੰਵਿਧਾਨਿਕ ਤੌਰ ਤੇ, ਇਹ ਉਸ ਸੰਵਿਧਾਨਿਕ ਹੱਕ ਦੀ ਹੀ ਵਰਤੋਂ ਕਰਕੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਅਸੀਂ ਆਪਣੀ ਪਾਰਟੀ ਵੱਲੋਂ ਪੂਰੇ ਹਰ ਹੈੱਡਕੁਆਟਰ ਤੇ ਹਰ ਜ਼ਿਲ੍ਹਾ ਦਫ਼ਤਰ ਤੇ ਇਸ ਗੱਲ ਨੂੰ ਲੈ ਕੇ ਮੈਮੋਰੰਡਮ ਦੇ ਰਹੇ ਹੈਗੇ ਆ, ਇਹਦੀ ਘੋਰ ਨਿੰਦਾ ਕਰਦੇ ਹਾਂ। ਔਰ ਸਾਡੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਵੀ ਇਹਨੂੰ ਕੰਡੈਮ ਕੀਤਾ ਗਿਆ, ਟਵੀਟ ਵੀ ਕੀਤਾ ਗਿਆ, ਬਾਰ ਬਾਰ ਇਹਦੀ ਨਿਖੇਧੀ ਕੀਤੀ ਗਈ ਹੈ। ਬਹੁਤ ਬਹੁਤ ਧੰਨਵਾਦ ਜੀ ਆਪਣੇ ਬਘੇਲ ਸਿੰਘ ਜੀ। ਜਿੱਦਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਬਹੁਤ ਕਰੜਾ ਸਟੈਂਡ ਲਿਆ, ਉਹਨਾਂ ਨੇ ਵੀ ਕਲੀਅਰ ਕੀਤਾ ਵੀ ਕਿਸੇ ਵੀ ਸਿੱਖ ਨੂੰ ਗ੍ਰਿਫਤਾਰ ਵੀ ਨਹੀਂ ਹੋਣ ਦਿੱਤਾ ਜਾਵੇਗਾ, ਨਾ ਮੁਕੱਦਮਾ ਚੱਲਣ ਦਿੱਤਾ ਜਾਵੇਗਾ, ਪੂਰੀ ਉਹਨਾਂ ਦੀ ਜਿੱਦਾਂ ਸਪੋਰਟ ਕੀਤੀ ਜਾਵੇਗੀ। ਹੁਣ ਇਹ ਘਟਨਾਵਾਂ ਜਿਹੜੀਆਂ ਵਾਪਰਦੀਆਂ ਇਹਨਾਂ ਨੂੰ ਰੋਕਣ ਲਈ ਜਿੱਦਾਂ ਮਤਲਬ ਜਿਹੜੀਆਂ ਘੱਟ ਗਿਣਤੀਆਂ ਉਹ ਇੱਕ ਥਾਂ ਕਿਉਂ ਨਹੀਂ ਇਕੱਠੀਆਂ ਹੋ ਰਹੀਆਂ, ਕਾਹਤੇ ਇਹਦੇ ਚ ਕੀ ਦੂਰੀਆਂ ਆ, ਕੀ ਕਾਰਨ ਆ ਜਿਹੜੇ ਇੱਕ ਨਹੀਂ ਹੋ ਰਹੇ? ਬਘੇਲ ਸਿੰਘ ਜੀ। ਹਾਂਜੀ ਭਰਗਵੀਰ ਸਿੰਘ ਜੀ, ਇਹਦੇ ਚ ਬਹੁਤ ਵੱਖ ਵੱਖ ਤਰ੍ਹਾਂ ਦੇ ਕਾਰਨ ਬਣਦੇ ਆ ਜੀ, ਕਿਉਂਕਿ ਜਿਹੜੀ ਰਿਐਲਿਟੀ ਆ, ਮੈਂ ਬਿਲਕੁਲ ਸੱਚਾਈ ਦੀ ਇੱਥੇ ਗੱਲ ਕਰਾਂਗਾ, ਅਸੀਂ ਇਕੱਠੇ ਹੋਣ ਦੀ ਗੱਲ ਕਰਦੇ ਹਾਂ, ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲਣ ਦੀ ਗੱਲ ਕਰਦੇ ਹਾਂ, ਪਰ ਜਦੋਂ ਇਕੱਤਰ ਹੋ ਕੇ ਇਕੱਠੇ ਹੋ ਕੇ ਚੱਲਣ ਦੀ ਗੱਲ ਆਉਂਦੀ ਹੈ ਤੇ ਅਸੀਂ ਜ਼ਰੂਰ ਕਿਤੇ ਨਾ ਕਿਤੇ ਇੱਕ ਦੂਸਰੇ ਦੇ ਨਾਲ ਜਿਹੜਾ ਆ ਉਹ ਫਰਕ ਮਨਾਂ ਦੇ ਵਿੱਚ ਰੱਖ ਦਿੰਦੇ ਹਾਂ, ਤੇ ਜਿਹਦੇ ਨਤੀਜੇ ਸਾਨੂੰ ਫਿਰ ਸਾਰਿਆਂ ਨੂੰ ਭੁਗਤਣੇ ਪੈਂਦੇ ਆ, ਭਾਵ ਕਿ ਭਾਵੇਂ ਉਹ ਧਾਰਮਿਕ ਸਥਾਨਾਂ ਦੀ ਗੱਲ ਹੋਵੇ। ਥੋੜਾ ਕਲੀਅਰ ਕਰਿਓ ਕੀ ਫਰਕ ਰੱਖਦੇ ਆਪਾਂ, ਕੀ ਕਿਹੜੀ ਚੀਜ਼ ਦਾ ਫਰਕ ਰੱਖਦੇ? ਇਹ ਭਾਈ ਰਘਵੀਰ ਸਿੰਘ ਜੀ ਦੇਖੋ, ਇਹਦੇ ਚ ਮੈਂ ਖੁੱਲ੍ਹ ਕੇ ਤੁਹਾਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਜੇਕਰ ਅਸੀਂ ਧਾਰਮਿਕ ਪੱਖ ਤੋਂ ਲਈਏ ਤੇ ਅਸੀਂ ਚਾਹੁੰਦੇ ਜੀ ਸਾਰੇ ਇਕੱਠੇ ਹੋ ਕਰਕੇ ਚੱਲੀਏ, ਪਰ ਧਾਰਮਿਕ ਸਟੇਜਾਂ ਦੇ ਉੱਪਰ ਕੇਵਲ ਅਸੀਂ ਅੱਗੇ ਹੋਵਾਂਗੇ ਤੇ ਦੂਸਰੇ ਧਰਮ ਦੇ ਬੰਦਿਆਂ ਨੂੰ ਅਸੀਂ ਉਹਨਾਂ ਸਤਿਕਾਰ ਨਹੀਂ ਦੇ ਕੇ ਰਾਜੀ। ਇਹੀ ਗੱਲ ਹੈ ਕਿ ਜਦੋਂ ਅਸੀਂ ਲੀਡਰਸ਼ਿਪ ਦੀ ਗੱਲ ਆਉਂਦੀ ਹੈ ਤੇ ਅਸੀਂ ਕਹਾਂਗੇ ਕਿ ਜੀ ਬਾਕੀ ਮਾਜੋਰਿਟੀਆਂ ਸਾਡੇ ਨਾਲ ਰਲ ਕੇ ਚੱਲਣ, ਪਰ ਅਸੀਂ ਉਹਨਾਂ ਦਾ ਕੋਈ ਲੀਡਰ ਮੂਹਰੇ ਨਹੀਂ ਕਰਨਾ, ਮੂਹਰੇ ਅਸੀਂ ਆਪ ਲੱਗਣਾ। ਠੀਕ ਹੈ ਜੀ, ਇਹਦੇ 'ਚ ਮੈਂ ਇਹ ਨਹੀਂ ਕਹਿ ਰਿਹਾ ਕਿ ਜੀ ਮੈਂ ਮੁਖੀ ਬਣਨਾ ਚਾਹੁੰਦਾ ਜਾਂ ਧਾਰਮਿਕ ਸਿੱਖ ਲੀਡਰ ਮੁਖੀ ਬਣਨਾ ਚਾਹੁੰਦੇ ਨੇ, ਜਿਹੜੇ ਆਪਣੇ ਆਪ ਨੂੰ ਜਾਤਾਂ ਪਾਤਾਂ ਦੇ ਵਿੱਚ ਫਸੇ ਹੋਏ ਲੋਕ ਨੇ, ਹਜੇ ਇਸ ਗੱਲ 'ਚੋਂ ਬਾਹਰ ਨਹੀਂ ਨਿਕਲੇ ਕਿ ਜੀ ਨਹੀਂ ਅਸੀਂ ਫਲਾਨੀ ਕੌਮ 'ਚੋਂ ਹਾਂ ਤੇ ਫਲਾਨੀ ਕੌਮ 'ਚੋਂ ਹਾਂ, ਇਸ ਕਰਕੇ ਅਸੀਂ ਇਹਨਾਂ ਦੇ ਨਾਲ ਜਿਹੜਾ ਬਰਾਬਰ ਨਹੀਂ ਬਹਿ ਸਕਦੇ। ਇਹ ਰਿਐਲਿਟੀ ਹਜੇ ਵੀ ਸਾਡੇ ਲੋਕਾਂ ਦੇ ਵਿੱਚ ਹੈ, ਜਿਹੜੀ ਕਈ ਵਾਰ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ ਤੇ ਕਈ ਵਾਰ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀ, ਪਰ ਉਸ ਨੂੰ ਫਿਰ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਫਰਕ ਮਨਾਂ ਦੇ ਵਿੱਚ ਰੱਖਿਆ ਜਾਂਦਾ, ਭਾਵੇਂ TV ਮੀਡੀਆ ਤੇ ਬਹਿ ਕੇ ਜਿੰਨੇ ਮਰਜ਼ੀ ਬਿਆਨ ਦੇ ਦਿੱਤੇ ਜਾਣ। ਤੇ ਨੰਬਰ 2 ਦੇ ਉੱਪਰ ਜਿਹੜਾ ਭਾਰਤ ਸਰਕਾਰ ਦੀ ਗੱਲ ਹੈ ਕਿ ਉਹਨਾਂ ਵੱਲੋਂ ਤੁਹਾਨੂੰ ਸ਼ਾਇਦ ਯਾਦ ਹੋਊਗਾ, ਪਿੱਛੇ ਜੇ ਇਸੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝ ਕੀਤੀ ਸੀ, ਇਹਨਾਂ ਨੇ ਇੱਕ ਕਾਨੂੰਨ ਤਿਆਰ ਕੀਤਾ ਸੀ ਜਿਹਨੂੰ ਭੰਨ ਤੋੜ ਰੋਕੂ ਐਕਟ ਦੇ ਰੂਪ ਦੇ ਵਿੱਚ ਇਹਨਾਂ ਨੇ ਪਾਸ ਕੀਤਾ ਸੀ ਕਿ ਜਿਹੜਾ ਸਰਕਾਰੀ ਪ੍ਰਾਪਰਟੀ ਨੂੰ ਜਾਂ ਦੇਸ਼ ਦੀ ਸੰਪਤੀ ਨੂੰ ਨਸ਼ਟ ਕਰੇਗਾ ਉਹਦੇ ਲਈ ਕਾਨੂੰਨ ਬਣਾਇਆ ਸੀ, ਤੇ ਉਸ ਵਕਤ ਮੈਂ ਇਸ ਕਾਨੂੰਨ ਦੀ ਬਹੁਤ ਵੱਡੇ ਪੱਧਰ ਤੇ ਮੁਖਾਲਫਤ ਵੀ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਉਹ ਜਿਵੇਂ ਤੁਸੀਂ ਨਗਰ ਕੀਰਤਨ ਦੀ ਗੱਲ ਕੀਤੀ ਆ, ਭਾਵੇਂ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਦੀ ਗੱਲ ਕਰ ਲਓ, ਕਿਸੇ ਵੀ ਰੂਪ ਦੇ ਵਿੱਚ ਜਦੋਂ ਤੁਸੀਂ ਸਰਕਾਰ ਦਾ ਵਿਰੋਧ ਕਰੋਗੇ ਤੇ ਉਹ ਐਕਟ ਤੁਹਾਡੇ ਤੇ ਕਾਨੂੰਨੀ ਤੌਰ ਤੇ ਲਾਗੂ ਕਰ ਦੇਣਗੇ ਵੀ ਸਾਨੂੰ ਸਰਕਾਰ ਦੀ ਸੰਪਤੀ ਨਸ਼ਟ ਹੋਣ ਦਾ ਖਤਰਾ, ਲੋਕਾਂ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ, ਇਸੇ ਕਰਕੇ ਅਸੀਂ ਤੁਹਾਡੀ ਪਰਮਿਸ਼ਨ ਵੀ ਰੱਦ ਕਰਦੇ ਹਾਂ ਤੇ ਇੱਥੇ ਝਗੜਾ ਹੋਣ ਦਾ ਡਰ ਆ, ਇਸੇ ਕਰਕੇ ਤੁਹਾਨੂੰ ਇਹ ਕਾਰਜ ਕਰਨ ਦੀ ਪਰਮਿਸ਼ਨ ਅਸੀਂ ਕੈਂਸਲ ਕਰਦੇ ਹਾਂ। ਉਸ ਕਾਨੂੰਨ ਦੇ ਤਹਿਤ ਜਿਹੜਾ ਬੰਦਾ ਬੋਲੇਗਾ ਉਹਦੇ ਸਾਰੇ ਹੱਕ ਬਿਲਕੁਲ ਸਿੱਧੇ ਰੂਪ ਦੇ ਵਿੱਚ ਉਹ ਕਾਨੂੰਨੀ ਤੌਰ ਤੇ ਜਿਹੜਾ ਤੁਹਾਨੂੰ ਰੋਕ ਸਕਦੇ, ਜਿਹੜਾ ਉਹਨਾਂ ਨੇ ਕਾਨੂੰਨ ਪਾਸ ਕੀਤਾ ਸੀ। ਤੇ ਜਿੱਥੇ ਤੱਕ ਇਕੱਠੇ ਹੋਣ ਦੀ ਗੱਲ ਹੈ,
ਅੱਜ ਵੀ ਦੇਖੋ ਮੁਜ਼ਾਹਰੇ ਕਰ ਰਹੇ ਹਾਂ, ਅਸੀਂ ਨਿੰਦਿਆ ਕਰ ਰਹੇ ਹਾਂ, ਪਰ ਫਿਰ ਵੀ ਅਸੀਂ ਇੱਕ ਦੂਜੇ ਦੇ ਨਾਲ ਇਕੱਠੇ ਬਹਿ ਕੇ ਇਹ ਕੰਮ ਨਹੀਂ ਕਰ ਰਹੇ। ਮੈਂ ਆਪਣੇ ਤੌਰ ਤੇ ਕਰ ਰਿਹਾ, ਭਾਈ ਸਾਹਿਬ ਹੁਣੀ ਆਪਣੇ ਤੌਰ ਤੇ ਕਰ ਰਹੇ, ਭਾਵ ਅਸੀਂ ਦੁੱਖ ਜ਼ਰੂਰ ਮਹਿਸੂਸ ਕਰਦੇ ਹਾਂ, ਪਰ ਕਿਤੇ ਨਾ ਕਿਤੇ ਸਾਡੇ ਉਹ ਨਿੱਜੀ ਰੂਪ ਦੇ ਵਿੱਚ ਜਾਂ ਸਾਡੀ ਮਾਨਸਿਕਤਾ ਦੇ ਵਿੱਚ ਉਹ ਜਿਹੜੀ ਦਰਾਰ ਪਈ ਹੋਈ ਹੈ, ਜਿੰਨੀ ਦੇਰ ਤੱਕ ਉਹ ਨਹੀਂ ਮਿਟਦੀ ਉਨੀ ਦੇਰ ਤੱਕ ਭਾਈ ਰਘਵੀਰ ਸਿੰਘ ਜੀ ਅਸੀਂ ਗੱਲਾਂ ਤਾਂ ਵਧੀਆ ਕਰ ਲਵਾਂਗੇ, ਪਰ ਕੰਮ ਜਿਹੜਾ ਚੰਗੇ ਕਦਮ ਜਿਹੜੇ ਉਹ ਤਾਂ ਹੀ ਚੁੱਕੇ ਜਾਣੇ, ਪਹਿਲਾਂ ਸਾਨੂੰ ਆਪਣੇ ਮਾਇੰਡ ਕਲੀਅਰ ਕਰਨੇ ਪੈਣੇ। ਬੰਸੀ ਜੀ ਜਿੱਦਾਂ ਬਘੇਲ ਸਿੰਘ ਨੇ ਗੱਲ ਕੀਤੀ ਹੈ, ਵਾਕਈ ਇਹ ਕਾਰਨ ਆ ਵੀ ਸਾਡੇ ਜਿਹੜੀਆਂ ਦੂਰੀਆਂ, ਕਿਉਂਕਿ ਤੁਸੀਂ ਦੋਨੇ ਹੀ ਨੌਜਵਾਨ ਆ, ਪੜ੍ਹੇ ਲਿਖੇ ਆ, ਆਉਣ ਵਾਲਾ ਸਾਡੀ ਕੌਮ ਦਾ ਭਵਿੱਖ ਵੀ ਆ, ਵੀ ਜੇ ਨੌਜਵਾਨ ਆ, ਚਲੋ ਆਪਾਂ ਬਜ਼ੁਰਗਾਂ ਦੀ ਗੱਲ ਕਰ ਸਕਦੇ, ਪੁਰਾਣੇ ਬੰਦੇ ਲੀਡਰੀ ਨਹੀਂ ਛੱਡਦੇ ਜਾਂ ਉਹਨਾਂ ਦੇ ਵਿੱਚ ਉਹ ਗੱਲਾਂ ਜਿਹੜੀਆਂ ਕੁੱਟ ਕੁੱਟ ਕੇ ਭਰੀਆਂ, ਵੀ ਇਹ ਹੋਰ ਜਾਤ ਦਾ, ਮੈਂ ਹੋਰ ਜਾਤ ਦਾ, ਮੇਰਾ ਸਮਾਜ ਦੇ ਵਿੱਚ ਰੁਤਬਾ ਉੱਚਾ ਆ, ਇਹਦਾ ਨੀਵਾਂ ਆ, ਇਹ ਗੱਲਾਂ ਮਤਲਬ ਕਦੋਂ ਖਤਮ ਹੋਣਗੀਆਂ, ਕਦੋਂ ਅਸੀਂ ਇਕੱਠੇ ਹੋ ਸਕਦੇ, ਕੀ ਕਾਰਨ ਆ, ਇਹਦਾ ਵੱਡਾ ਕਾਰਨ ਕੀ? ਬਹੁਤ ਵਧੀਆ ਸਵਾਲ ਟੱਚ ਕੀਤਾ ਹੈਗਾ ਜੀ ਤੁਸੀਂ, ਮਾਈਨੋਰਿਟੀਜ਼ ਨੂੰ ਇਕੱਠੇ ਕਰਨ ਦਾ। ਹਾਂ, ਮੈਂ ਸਮਝਦਾ ਕਿ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਜ਼ਰੂਰ ਟੇਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ। ਠੀਕ, ਇਸ ਗੱਲ ਦੇ ਵਿੱਚ ਬਹੁਤ ਮੂਲ ਅਸਰ ਹੈਗਾ। ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਸੰਘਰਸ਼, ਜੇ ਗੁਰੂ ਸਾਹਿਬ ਦਾ ਜੀਵਨ ਸੰਘਰਸ਼ ਦੇਖੀਏ ਜਾਂ ਸਾਡੀਆਂ ਸ਼ਹੀਦੀਆਂ ਜਾਂ ਕੁਰਬਾਨੀਆਂ ਦੇਖੀਏ ਸਿੱਖ ਇਤਿਹਾਸ ਦੇ ਵਿੱਚ, ਹਾਂਜੀ, ਉਹ ਸਾਨੂੰ ਏਡੀ ਵੱਡੀ ਪ੍ਰੇਰਣਾ ਦਿੰਦੀਆਂ, ਉਹ ਸਾਨੂੰ ਇੱਕ ਦੂਸਰੇ ਨਾਲ ਗਲਵੱਕੜੀ ਪਾਉਣ ਲਈ ਕਹਿੰਦੀਆਂ, ਪ੍ਰੇਰਿਤ ਕਰਦੀਆਂ, ਉਹ ਸਾਨੂੰ ਇੱਕ ਦੂਸਰੇ ਤੋਂ ਦੂਰ ਹੋਣ ਲਈ ਪ੍ਰੇਰਿਤ ਨਹੀਂ ਕਰਦੀਆਂ, ਉਹ ਸਾਨੂੰ ਹਮੇਸ਼ਾ ਇਕੱਠੇ ਰਹਿਣ ਦੀ ਗੱਲ ਕਰਦੀਆਂ, ਸੰਗਤ ਔਰ ਪੰਗਤ ਸਿਖਾਉਂਦੀਆਂ। ਠੀਕ, ਹੁਣ ਜਿਹੜੀਆਂ ਸਿੱਖ ਮਾਈਂਡਡ ਸੰਸਥਾਵਾਂ ਆ, ਹਾਂਜੀ, ਭਾਈ ਸਾਹਿਬ ਨੇ ਬਹੁਤ ਬਾਖੂਬੀ ਕਹਿਣ ਦਾ ਇਸ਼ਾਰਾ ਜਿਹੜਾ ਇਹਨਾਂ ਦਾ ਬਹੁਤ ਬਾਖੂਬੀ ਕਲੀਅਰ ਆ, ਸਿੱਖ ਮਾਈਂਡਡ ਸੰਸਥਾਵਾਂ ਜਿਹੜੀਆਂ ਉਹ ਨਹੀਂ ਚਾਹੁੰਦੇ, ਜਿਹੜੇ ਉੱਪਰ ਘੜਾਮਾ ਚੌਧਰੀ ਬਣ ਕੇ ਬੈਠੇ ਆ ਉਹ ਨਹੀਂ ਚਾਹੁੰਦੇ ਕਿ ਅਸੀਂ ਇੱਕ ਦੂਸਰੇ ਨਾਲ ਗਲਵੱਕੜੀ ਪਾ ਕੇ ਬੈਠੀਏ, ਉਹ ਨਹੀਂ ਚਾਹੁੰਦੇ ਕਿ ਅਸੀਂ ਇੱਕ ਦੂਸਰੇ ਨਾਲ ਅਸਲ ਅਸਲ ਮੂਲ ਮੂਲ ਧਾਰਨਾ ਨੂੰ ਅਗਾਂਹ ਵਧਾਉਣ ਦੇ ਵਿੱਚ ਆਪਣਾ ਸਹੀ ਦਿਸ਼ਾ 'ਚ ਯੋਗਦਾਨ ਪਾਈਏ। ਹਾਂਜੀ, ਜੇ ਮੈਂ ਰਾਜਨੀਤਿਕ ਤੌਰ ਤੇ ਵੀ ਗੱਲ ਕਰ ਲਵਾਂ ਤਾਂ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਹਾਉਣ ਵਾਲਿਆਂ ਨੇ ਵੀ ਆਪਣੇ ਮੈਨੀਫੈਸਟੋ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੈਨੀਫੈਸਟੋ ਨਹੀਂ ਬਣਾਇਆ ਕਦੇ। ਠੀਕ, ਗੁਰੂ ਗ੍ਰੰਥ ਸਾਹਿਬ ਜੀ ਸਮਤਾ ਸਮਾਨਤਾ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ, ਜੇ ਤੁਸੀਂ ਇੰਨੀ ਗੱਲ ਨੂੰ ਹੀ ਕਹਿ ਲਓ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੈਨੀਫੈਸਟੋ ਬਣਾਉਂਦੇ ਹਾਂ, ਸਮਤਾ ਸਮਾਨਤਾ ਭਾਈਚਾਰਾ ਸਾਰਿਆਂ ਨੂੰ ਇੱਕੋ ਜਿਹੀ ਹੱਕ ਦਿਵਾਉਣ ਦੀ ਗੱਲ ਕਰਾਂਗੇ, ਤਾਂ ਮੈਂ ਕਹਿੰਦਾ ਸਭ ਤੋਂ ਵੱਡੀ ਛੇਤੀ ਨੇੜਤਾ ਹੋ ਸਕਦੀ ਹੈ। ਮੈਨੂੰ ਮਾਣ ਹੈ ਇਸ ਗੱਲ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਕਹਿੰਦੇ ਧੁਰਕੀ ਬਾਣੀ ਆ, ਉਹਨੂੰ ਚਲੋ ਆਪਾਂ ਜਿਹੜਾ ਪਾਰਟੀ ਦਾ ਮੈਨੀਫੈਸਟੋ ਤੇ ਨਹੀਂ ਬਣਾ ਸਕਦੇ, ਉਹਦੇ ਆਦੇਸ਼ਾਂ ਦੇ ਆਧਾਰ ਤੇ ਆਪਾਂ ਮੈਨੀਫੈਸਟੋ ਬਣਾ ਸਕਦੇ। ਧੰਨਵਾਦ ਤੁਹਾਡੇ ਸੁਧਾਰ ਲਈ, ਮੈਂ ਉਹੀ ਕਹਿਣਾ ਚਾਹੁੰਦਾ, ਸਮਤਾ ਸਮਾਨਤਾ ਭਾਈਚਾਰਾ ਏਕਤਾ ਦੀ ਗੱਲ ਕਹਿਣੀ ਚਾਹੁੰਦਾ ਮੈਂ। ਹਾਂਜੀ, ਔਰ ਪਾਰਲੀਮੈਂਟ ਦੇ ਵਿੱਚ ਸਾਡੀ ਸਾਡੇ ਪ੍ਰਧਾਨ ਸਾਡੇ ਮਾਨਯਵਰ ਸਾਹਿਬ ਕਾਂਛੀ ਰਾਮ ਜੀ ਨੇ ਪਾਰਲੀਮੈਂਟ ਦੇ ਵਿੱਚ ਆਪਣੀ ਇੰਟਰਵਿਊ ਚ ਕਿਹਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮੂਲ ਧਾਰਨਾ ਆ ਸਮਤਾ ਸਮਾਨਤਾ ਭਾਈਚਾਰੇ ਦਾ ਸੰਦੇਸ਼ ਜਿਹੜਾ ਉਹ ਸਾਡੀ ਪਾਰਟੀ ਦਾ ਮੈਨੀਫੈਸਟੋ ਆ। ਸਾਨੂੰ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਇਹ ਕੋਈ ਮੈਨੀਫੈਸਟੋ ਨਹੀਂ ਲਾਗੂ ਕਰਦੇ, ਕੋਈ ਮੈਨੀਫੈਸਟੋ ਨਹੀਂ ਦੱਸਦੇ, ਉਹ ਕਹਿੰਦੇ ਅਸੀਂ ਨੀਲੇ ਕਾਰਡ ਪੀਲੇ ਕਾਰਡ ਜਾਂ ਇੱਦਾਂ ਦੇ ਸਾਡੀ ਮੈਨੀਫੈਸਟੋ ਨਹੀਂ ਹੈਗੇ। ਸਾਡਾ ਮੈਨੀਫੈਸਟੋ ਤਾਂ ਗੁਰੂ ਗ੍ਰੰਥ ਸਾਹਿਬ ਦੀ ਮੂਲ ਧਾਰਨਾ ਹੈਗਾ, ਜਿਹੜਾ ਸਮਤਾ ਸਮਾਨਤਾ ਭਾਈਚਾਰੇ ਦਾ ਸੰਦੇਸ਼ ਦਿੰਦਾ, ਉਹਨੂੰ ਅਸੀਂ ਇੱਕ ਪਲੇਟਫਾਰਮ ਤੇ ਸਾਰਿਆਂ ਨੂੰ ਬਰਾਬਰ ਦਾ ਹੱਕ ਲੈ ਕੇ ਦੇਣਾ ਚਾਹੁੰਦੇ ਹਾਂ। ਇਹ ਸਾਡੀ ਜੰਗ ਆ, ਨਾ ਕਿ ਕੁਛ ਚੰਦ ਘਰਾਣਿਆਂ ਨੂੰ ਹੀ ਉਹਦਾ ਅਸੀਂ ਸਿਰਮੌਰ ਬਣਾ ਕੇ ਬੈਠੇ ਰਹੀਏ, ਔਰ ਆਪਣੇ ਦੁਆਲੇ ਉਹ ਕਿਸੇ ਨੂੰ ਕਹੀਏ ਆ ਲੈ ਹਾਰ ਜਿਹਦੇ ਤੂੰ ਪਾ ਦੇਗਾ ਉਹ ਪਿੰਡ ਦਾ ਸਰਪੰਚ ਹੈ ਬਣਾਓ, ਉਹ ਕਹਿੰਦਾ ਲਿਆਓ ਜੀ ਹਾਰ ਮੈਨੂੰ ਫੜਾਤਾ, ਤੁਸੀਂ ਜਿਹਦੇ ਪਾ ਦਊਗਾ ਮੈਂ ਸਰਪੰਚ ਮੰਨੋਗੇ, ਉਹ ਕਹਿੰਦੇ ਹਾਂਜੀ ਮੰਨਾਂਗੇ, ਉਹ ਕਹਿੰਦਾ ਲਓ ਮੈਂ ਆਪਣੇ ਪਾ ਲਿਆ ਮਾਰੋ ਤਾੜੀਆਂ ਮੈਂ ਸਰਪੰਚ ਆ। ਜਾਣੀ ਇੱਦਾਂ ਹੈਗਾ
ਤੁਹਾਡੀ ਨਜ਼ਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਆਪਾਂ ਹੁਣ ਕਹਿੰਦੇ ਰਾਜਨੀਤਿਕ ਪਾਰਟੀ ਵੀ ਆ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਚ ਫੇਲ ਹੋਈ ਆ, ਲੋਕਾਂ ਨੂੰ ਨਾਲ ਜੋੜਨ ਲਈ ਫੇਲ ਹੋਈ ਆ? ਇਹ ਸਾਰੇ ਇੱਕੋ ਸਿੱਕੇ ਦੇ ਦੋ ਪਹਿਲੂ ਆ ਜੀ। ਇਹ ਸਿਰਫ ਨਾਂ ਜ਼ਰੂਰ ਵੱਖਰੇ ਵੱਖਰੇ ਹੈਗੇ ਆ, ਇਹਨਾਂ ਤੇ ਚੱਲਦੀ ਇੱਕ ਪਰਿਵਾਰ ਦੀ ਆ ਇਸ ਵੇਲੇ ਵੀ। ਜੇ ਹੁਣ NRC ਦੀ ਗੱਲ ਵੀ ਕਰ ਲਈਏ, ਜਿਹਦੇ ਚ ਮਾਈਨੋਰਿਟੀਜ਼ ਨੂੰ ਅਟੈਕ ਕੀਤਾ ਗਿਆ, ਮੁਸਲਿਮ ਭਾਈਚਾਰੇ ਤੇ ਅਟੈਕ ਕੀਤਾ ਗਿਆ, ਤੁਸੀਂ ਬਾਹਰ ਵਿਦੇਸ਼ਾਂ 'ਚ ਬੈਠੇ ਤੁਸੀਂ ਤੁਸੀਂ ਦੇਖ ਰਹੇ ਆ ਕਿ ਜ਼ਿੰਦਗੀ ਦਾ ਅਸਲ ਮਕਸਦ ਕੀ ਆ। ਬਾਹਰ ਆ ਕੇ ਪਤਾ ਲੱਗਦਾ ਸਾਨੂੰ ਕਿ ਜ਼ਿੰਦਗੀ ਅਸਲ ਬਿਹਤਰ ਜ਼ਿੰਦਗੀ ਕਿੱਦਾਂ ਜੀਵੀ ਜਾ ਸਕਦੀ ਆ। ਜਦੋਂ ਅਸੀਂ ਇੱਥੇ ਬੈਠ ਕੇ ਪਿੱਛੇ ਝਾਤ ਮਾਰਦੇ ਹਾਂ ਤਾਂ ਫਿਰ ਸਾਨੂੰ ਨਜ਼ਰ ਆਉਂਦਾ ਕਿ ਯਾਰ ਉੱਥੇ ਤਾਂ ਬਹੁਤ ਵੱਡਾ ਪਾੜਾ ਆ। ਹੁਣ ਉਹ ਜਿਹੜਾ ਪਾੜਾ ਆ ਜਿੱਤੋਂ ਇਹ NRC ਦੇ ਵਿੱਚ ਸਾਨੂੰ ਦੀਦਾ ਕਿ ਉਹਨੂੰ ਮੁਸਲਿਮ ਭਾਈਚਾਰੇ ਨੂੰ ਵਾਰ ਵਾਰ ਟਾਰਗੇਟ ਕੀਤਾ ਜਾ ਰਿਹਾ, ਔਰ ਲੋਕ ਲੱਖਾਂ, ਅੱਜ ਹੈਦਰਾਬਾਦ ਦੇ ਵਿੱਚ 2.5 ਲੱਖ ਦੇ ਕਰੀਬ ਲੋਕ ਸਨ ਜਿਹੜੇ ਪ੍ਰਦਰਸ਼ਨਕਾਰੀ ਸਨ। ਤੁਹਾਨੂੰ ਲੋਕਾਂ ਨੂੰ ਦੇਖੋ, ਸਰਕਾਰਾਂ ਨੂੰ ਨਜ਼ਰ ਆਉਣਾ ਚਾਹੀਦਾ ਕਿ ਯਾਰ ਇੰਨੀ ਤਦਾਦ ਦੇ ਵਿੱਚ ਲੋਕ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਰੋਜ਼ ਪ੍ਰੋਟੈਸਟ ਹੋ ਰਿਹਾ। ਅੱਜ ਅਸੀਂ ਇੱਥੇ ਲੰਡਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪ੍ਰੋਟੈਸਟ ਕਰਕੇ ਹਟੇ ਹਾਂ, 26 ਤਰੀਕ ਨੂੰ ਫਿਰ ਲੰਡਨ ਦੇ ਵਿੱਚ ਪ੍ਰੋਟੈਸਟ ਰੱਖਿਆ, ਹਰ ਦੇਸ਼ ਦੇ ਹਰ ਪਾਰਲੀਮੈਂਟ ਹਰ ਦੇਸ਼ ਦੇ ਵਿੱਚ ਹਰ ਵੱਡੇ ਵੱਡੇ ਟਾਊਨ ਸ਼ਹਿਰਾਂ ਦੇ ਵਿੱਚ ਮੈਟਰੋਪੋਲੀਟਨ ਸਿਟੀ ਦੇ ਵਿੱਚ ਇਹ ਪ੍ਰੋਟੈਸਟ ਹੋ ਰਹੇ ਆ। ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਪਰ ਜਿਹੜਾ ਅਕਾਲੀ ਦਲ ਦੇ ਚੁਣੇ ਹੋਏ ਸਿੱਖ ਭਾਈਚਾਰੇ ਦੇ ਚੁਣੇ ਹੋਏ ਜਿਨ੍ਹਾਂ ਨੇ ਸਮਤਾ ਸਮਾਨਤਾ ਭਾਈਚਾਰੇ ਦਾ ਸੰਦੇਸ਼ ਦੇਣਾ ਸੀਗਾ, ਜਿਹੜੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਟਕਿਆਂ ਨੂੰ ਮੋਹਰੇ ਰੱਖ ਕੇ ਗੁਟਕਾ ਸਾਹਿਬ ਨੂੰ ਮੋਹਰੇ ਰੱਖ ਕੇ ਸਹੁੰਆਂ ਖਾ ਕੇ ਇਹ ਗੱਲ ਕਹਿੰਦੇ ਆ ਕਿ ਅਸੀਂ ਪੂਰੀ ਸ਼ਿੱਦਤ ਦੇ ਨਾਲ ਕਹਿੰਦੇ ਆ ਕਿ ਅਸੀਂ ਪੂਰੀ ਇਸ ਗੱਲ ਨੂੰ ਲਾਗੂ ਕਰਾਂਗੇ, ਉਹ ਅੱਜ ਤੱਕ ਇਸ NRC ਦੇ ਹੱਕ ਵਿੱਚ ਖੜੇ ਆ, ਉਹਨੇ ਕਦੇ ਵੀ ਆਵਾਜ਼ ਇਹਦੇ ਅਗੇਂਸਟ ਨਹੀਂ ਲਾਈ। ਮੈਂ ਸਿੱਧੇ ਤੌਰ ਤੇ ਕਹਿੰਦਾ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੇ ਧਰਮ ਪਤਨੀ ਜਿਹੜੀ ਆ ਬੀਬਾ ਜਦੋਂ ਆਪਾਂ ਸਿਰਫ ਇੱਕੋ ਹੀ ਕਮਿਊਨਿਟੀ ਬਾਰ ਬਾਰ ਕਿਸੇ ਸੰਸਥਾ ਦੀ ਜਾਂ ਕਿਸੇ ਸਿਰਮੌਰ ਦੀ ਉਹਦੀ ਬਾਰ ਬਾਰ ਪ੍ਰਧਾਨ ਆਪਣੇ ਆਪ ਨੂੰ ਚੁਣੇ ਜਾਵਾਂਗੇ ਜਾਂ ਮਾਈਨੋਰਿਟੀਜ਼ ਦੀ ਗੱਲ ਨਹੀਂ ਕਰਾਂਗੇ। ਦੇਖੋ ਆਪਾਂ ਗੱਲ ਤਾਂ ਕਰ ਰਹੇ ਹਾਂ ਹਿੰਦੂ ਜਿਹੜਾ ਅਟੈਕ ਕਰ ਰਿਹਾ ਬਾਰ ਬਾਰ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਉੱਪਰ, ਤੇ ਜੇ ਹੁਣ ਇੱਥੇ ਬਹਿ ਕੇ ਗੱਲ ਕਰਕੇ ਦੇਖ ਲਈਏ, ਇਹਨੂੰ ਪੜਚੋਲ ਦੇ ਵਿੱਚ ਲਿਆ ਕੇ ਦੇਖ ਲਈਏ, ਤਾਂ ਕੀ ਇੱਥੇ ਵੀ ਤਾਂ ਇਹ ਅਸੀਂ ਗਾਂਹ ਹੋਰ ਜਿਹੜੀਆਂ ਸਾਡੇ ਤੋਂ ਵੀ ਥੋੜੇ ਕਮਜ਼ੋਰ ਨੇ ਉਹਨਾਂ ਤੇ ਅਟੈਕ ਕਰ ਰਹੇ ਹਾਂ, ਅਸੀਂ ਉਹਨਾਂ ਦਾ ਹੱਕ ਬਣਦਾ ਦੇਣ ਨੂੰ ਤਿਆਰ ਨਹੀਂ ਹੈਗੇ, ਤੇ ਇਸ ਕਰਕੇ ਇਹ ਜਿਹੜੀ ਮਾਨਸਿਕ ਜੀ ਜਿੱਦਾਂ ਚਲੋ ਇਹ ਤਾਂ ਆਪਾਂ ਪਤਾ ਬਈ ਜਿਹੜੇ ਭਾਰਤ ਦੇ ਵਿੱਚ ਜਿਹੜੀਆਂ ਪਾਰਟੀਆਂ ਸਿਆਸੀ ਉਹ ਜਿਹੜਾ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਨਹੀਂ ਲਿਆ, ਪਰ ਆਪਾਂ ਹੁਣ ਗੱਲ ਕਰਦੇ ਵਿਦੇਸ਼ ਦੇ ਵਿੱਚ ਬੈਠੇ, ਆਪਾਂ ਇੰਗਲੈਂਡ ਦੇ ਵਿੱਚ ਬੈਠੇ ਹਾਂ, ਤੁਸੀਂ ਅੱਜ ਫੈਸਟ ਵੀ ਕੀਤਾ ਗਾਂਹ ਵੀ ਕਰੋਗੇ, ਇੱਥੇ ਵੀ ਜਿਹੜੀਆਂ ਪਾਰਟੀਆਂ ਜਿੱਦਾਂ ਜੇ ਭਾਵੇਂ ਸਿੱਖ ਲਾ ਲਈਏ ਜਾਂ ਤੁਸੀਂ ਵੀ ਸਿੱਖ ਸਮਾਜ ਦੇ ਵਿੱਚੋਂ ਤੁਸੀਂ ਬਹੁਜਨ ਸਮਾਜ ਪਾਰਟੀ ਨਾਲ ਸੰਬੰਧਿਤ ਆ, ਤੇ ਤੁਸੀਂ ਵੀ ਜਿੱਦਾਂ ਜਦੋਂ ਕੋਈ ਗੱਲ ਹੁੰਦੀ ਹੈ ਬਹੁਜਨ ਸਮਾਜ ਪਾਰਟੀ ਦੀ ਉਦੋਂ ਜਿਹੜੇ ਬਹੁਤ ਆਦਿ ਸਿੱਖ ਆ ਉਹ ਨਹੀਂ ਜਾਂਦੇ, ਤੇ ਜਦੋਂ ਸਿੱਖਾਂ ਦਾ ਮਸਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਾਂ ਕੋਈ ਹੋਰ ਗੱਲ ਹੁੰਦੀ ਆ ਉਦੋਂ ਤੁਸੀਂ ਨਹੀਂ ਆਉਂਦੇ, ਇਹ ਕਾਰਨ ਕੀ ਆ? ਦੇਖੋ ਮੈਂ ਜਦੋਂ ਦਾ ਆਪਾਂ ਸੰਪਰਕ ਦੇ ਵਿੱਚ ਆਏ ਹੈਗੇ ਆ, ਜਦੋਂ ਦਾ ਤੁਸੀਂ ਜਾਂ ਮੈਂ ਆਪਾਂ ਆਪਸ ਵਿੱਚ ਸੰਪਰਕ ਦੇ ਵਿੱਚ ਆਏ ਹੈਗੇ ਆ, ਠੀਕ ਹੈ, ਸਾਡੀ ਪਾਰਟੀ ਨਾਲ ਸੰਬੰਧਿਤ ਚਾਹੇ ਕੋਈ ਇੰਡੀਆ 'ਚ ਪ੍ਰੋਗਰਾਮ ਹੋਵੇ ਚਾਹੇ ਕੋਈ ਇੱਥੇ ਪ੍ਰੋਗਰਾਮ ਹੋਵੇ, ਮੈਂ ਤੁਹਾਨੂੰ ਹਮੇਸ਼ਾ ਅਪਡੇਟ ਕਰਦਾ, ਮੈਂ ਤੁਹਾਨੂੰ ਹਮੇਸ਼ਾ, ਇਹ ਮੇਰਾ ਕੋਸ਼ਿਸ਼ ਹੁੰਦੀ ਆ, ਉਧਰ KTV ਤੋਂ ਭਾਈ ਸਾਹਿਬ ਭਾਈ ਕਪਤਾਨ ਸਿੰਘ ਜੀ ਹੈਗੇ ਆ ਜਾਂ ਜਿਹੜੇ ਬਾਕੀ ਆਪਣੇ ਮੀਡੀਆ ਸਾਥੀ ਹੈਗੇ ਆ, ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਆਪਾਂ ਸਾਰੇ ਇਨ ਟੱਚ ਹੋ ਕੇ ਰਹੀਏ, ਆਪਾਂ ਇੱਕ ਲਾਮਬੰਦ ਹੋ ਕੇ ਆਵਾਜ਼ ਬੁਲਾਉਂਦੇ। ਮੇਰਾ ਸਵਾਲ ਇਹ ਸੀ ਕਿ ਇੱਥੇ ਦੀਆਂ ਜਥੇਬੰਦੀਆਂ ਜਦੋਂ ਆਪਾਂ ਪ੍ਰੋਟੈਸਟ ਜਿੱਦਾਂ ਹੁਣ ਤੁਸੀਂ ਅੱਜ ਇਹ ਕੀਤਾ ਵੀ ਹੁਣ ਤੁਹਾਡੇ ਤੋਂ ਪਤਾ ਲੱਗਾ ਕਿ ਅੱਜ ਪ੍ਰੋਟੈਸਟ ਸੀਗਾ, ਲੇਕਿਨ ਸਿੱਖ ਜਥੇਬੰਦੀਆਂ ਨੂੰ ਜਿਹੜੀਆਂ ਇੰਗਲੈਂਡ ਦੇ ਵਿੱਚ ਵਿਚਰਦੀਆਂ ਜਿਹੜੀਆਂ ਜਿਹਨਾਂ ਉਹ ਵੀ ਦਾਵਾ ਕਰਦੀਆਂ ਕਿ ਅਸੀਂ ਘੱਟ ਗਿਣਤੀਆਂ ਲਈ ਸਿੱਖ ਹੱਕਾਂ ਲਈ ਖੜੇ ਹਾਂ, ਤੇ ਉਹਨਾਂ ਨੂੰ ਕਿਉਂ ਨਹੀਂ ਨਾਲ ਲਿਆ ਜਾਂਦਾ? ਦੇਖੋ ਇਹ ਪ੍ਰੋਟੈਸਟ ਜਿਹੜਾ ਅਰੇਂਜ ਕੀਤਾ ਗਿਆ, ਇਹ ਪ੍ਰੋਟੈਸਟ
ਮੁਸਲਿਮ ਭਾਈਚਾਰੇ ਨੇ ਅਰੇਂਜ ਕੀਤਾ ਸੀ। ਠੀਕ ਜਿਹੜੀਆਂ ਮੁਸਲਿਮ ਕਮਿਊਨਿਟੀਜ਼ ਆ ਇਹ ਮੈਂ ਜਾਣੀ ਮੈਂ ਅਰੇਂਜ ਨਹੀਂ ਕੀਤਾ, ਸਾਡੇ ਤਾਂ 2 ਦਿਨ ਪਹਿਲਾਂ ਇਸ ਗੱਲ ਦੀ ਇਨਫੋਰਮੇਸ਼ਨ ਪਹੁੰਚੀ ਆ ਕਿ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ, ਤੁਸੀਂ ਸਾਡੇ ਨਾਲ ਆਓਗੇ ਜਾਂ ਕਿੱਦਾਂ ਆ। ਠੀਕ ਹੈ, ਤਾਂ ਮੈਂ ਫਿਰ ਉਸ ਗੱਲ ਦੇ ਨਾਲ ਆਪਣੇ ਸਾਥੀਆਂ ਨਾਲ ਸੰਪਰਕ ਕੀਤਾ, ਸਾਥੀਆਂ ਨਾਲ ਸੰਪਰਕ ਕਰਨ ਤੇ ਫਿਰ ਮੈਂ ਸਾਰੀ ਗੱਲ ਨੂੰ ਪੜਚੋਲ ਦੇ ਵਿੱਚ ਲੈ ਕੇ ਵੀ ਕੌਣ ਕਰਾ ਰਹੇ ਹੈਗੇ ਆ, ਕੀ ਪਰਮਿਸ਼ਨ ਮਿਲ ਗਈ ਹੈਗੀ ਇਹਨਾਂ ਨੂੰ, ਜਾਂ ਸੜਕਾਂ ਤੇ ਜਦੋਂ ਆਉਣਾ ਆ ਤੁਹਾਨੂੰ ਪਤਾ ਸਾਰੀ ਪਰਮਿਸ਼ਨ ਦੇ ਨਾਲ ਹੀ ਇੱਥੇ ਵੀ ਕੰਮ ਹੁੰਦਾ ਆ, ਪਰਮਿਸ਼ਨ ਤਾਂ ਲੈਣੀ ਪੈਣੀ ਆਪਾਂ। ਠੀਕ ਹੈ, ਇਹ ਨਾ ਹੋਵੇ ਕਿ ਜਿਹੜੇ ਸੜਕਾਂ ਤੇ ਆਏ ਆ ਉਹ ਫਿਰ ਵਾਪਸ ਉਦਾਂ ਹੀ ਬਿਨਾਂ ਗੱਲ ਤੋਂ ਵਾਪਸ ਜਾਣ, ਨਿਰਾਸ਼ਾ ਹੁੰਦੀ ਆ। ਠੀਕ ਤਾਂ ਹੈ, ਮੇਰੇ ਕਹਿਣ ਤੋਂ ਭਾਵ ਕਿ ਇਹ ਜਿਹੜਾ ਇੱਥੋਂ ਦਾ ਪ੍ਰੋਟੈਸਟ ਅਰੇਂਜ ਕਰਨ ਵਾਲੇ ਸੀਗੇ, ਜਿਹੜੇ ਪਾਕਿਸਤਾਨੀ ਮੁਸਲਿਮ ਭਾਈਚਾਰਾ ਬੈਠਾ ਇੱਥੇ ਉਹ, ਪਲੱਸ ਇੰਡੀਅਨ ਸਾਊਥ ਇੰਡੀਅਨ ਜਿਹੜਾ ਮੁਸਲਿਮ ਭਾਈਚਾਰਾ ਬੈਠਾ ਇੱਥੇ ਉਹ, ਪਲੱਸ ਜਿਹੜੇ ਬੰਗਲਾਦੇਸ਼ੀ ਮੁਸਲਿਮ ਭਾਈਚਾਰਾ ਬੈਠਾ, ਉਹਨਾਂ ਨੇ ਇਹ ਸਾਰਾ ਪ੍ਰੋਟੈਸਟ ਅਰੇਂਜ ਕੀਤਾ ਸੀਗਾ। ਜਿੱਦਣ ਮੈਂ ਅਰੇਂਜ ਕਰੂੰਗਾ, ਜਿੱਦਣ ਅਸੀਂ ਅਰੇਂਜ ਕਰਾਂਗੇ, ਤਾਂ ਸਾਡੀ ਤੁਹਾਨੂੰ ਸਭ ਤੋਂ ਪਹਿਲਾਂ ਅਪੀਲ ਹੋਊਗੀ ਕਿ ਆਓ ਰਲ ਕੇ ਆਪਾਂ ਪ੍ਰੋਟੈਸਟ ਦੇ ਵਿੱਚ ਹਿੱਸਾ ਕਰੀਏ। ਹੁਣ 26 ਤਰੀਕ ਨੂੰ, 26 ਜਨਵਰੀ ਨੂੰ ਲੰਡਨ ਸਿਟੀ ਦੇ ਵਿੱਚ ਸੈਂਟਰ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਨੂੰ ਪ੍ਰੋਟੈਸਟ ਦੇ ਵਿੱਚ ਮੈਮੋਰੈਂਡਮ ਦਿੱਤਾ ਜਾਣਾ ਹੈਗਾ। ਇਹ ਮੈਂ ਤੁਹਾਨੂੰ ਅੱਜ ਫੇਰ ਬੇਨਤੀ ਅਪੀਲ ਕਰਦਾ ਕਿ ਉਦਣ ਨੂੰ ਆਪਾਂ ਜ਼ਰੂਰ ਇਹਨੂੰ ਕਵਰੇਜ ਦੇ ਵਿੱਚ ਲੈਣਾ ਹੈਗਾ। ਸਿੱਖ ਜਥੇਬੰਦੀਆਂ, ਗੁਰੂ ਸਾਹਿਬਾਨ, ਗੁਰੂ ਜਿਹੜੇ ਸਥਾਨ ਹੈਗੇ ਆ ਗੁਰਦੁਆਰਾ ਸਾਹਿਬ, ਸਾਰਿਆਂ ਨੂੰ ਬੇਨਤੀ ਅਪੀਲ ਤੁਸੀਂ ਆਪਣੇ ਜ਼ਰੀਏ ਕਰੋ ਭਾਈ ਵੀ ਉੱਥੇ ਪਹੁੰਚਣ ਦਾ ਅਪੀਲ। ਬਾਕੀ ਜਿਹੜੇ ਜਿੱਦਣ ਫਿਰ ਉਹ ਆਪਣੇ ਪੰਫਲੈਟ ਬਣਾਵਾਂਗੇ, ਜਿੱਦਣ ਆਪਾਂ ਸਾਰੇ ਪੋਸਟਰ ਵਗੈਰਾ ਰੈਡੀ ਕਰਾਂਗੇ, ਮਟੀਰੀਅਲ ਰੈਡੀ ਕਰਾਂਗੇ, ਉਹ ਵੀ ਤੁਹਾਨੂੰ ਫੋਰਵਰਡ ਕੀਤਾ ਜਾਊਗਾ, ਤੇ ਆਪਾਂ ਰਲ ਕੇ ਕੋਈ ਨਾ ਕੋਈ ਇਹਦਾ ਹੱਲ ਕੱਢੀਏ। ਇਹ ਸਿਰਫ ਕਿਸੇ ਮੁਸਲਿਮ ਭਾਈਚਾਰੇ ਤੇ ਹਮਲੇ ਦੀ ਗੱਲ ਨਹੀਂ ਹੈ, ਵਾਰੀ ਵਾਰੀ ਆਪਾਂ ਸਾਰੇ ਸ਼ਿਕਾਰ ਹੋ ਰਹੇ ਹਾਂ, ਇਕੱਠੇ ਤਾਂ ਹੋਣਾ ਪੈਣਾ ਆਪਾਂ ਨੂੰ, ਇਹ ਗੱਲ ਤਾਂ ਮੰਨਣੀ ਪਊਗੀ ਆਪਾਂ ਨੂੰ। ਬਘੇਲ ਸਿੰਘ ਜੀ, ਇਕੱਠੇ ਤਾਂ ਹੋਣਾ ਪੈਣਾ ਸਾਰਿਆਂ ਨੂੰ, ਘੱਟ ਗਿਣਤੀਆਂ ਨੂੰ, ਜਿੱਦਾਂ ਚਲੋ ਪੰਜਾਬ ਦੀ ਗੱਲ ਜਾਂ ਉੱਥੇ ਦੀ ਸਿਆਸਤ ਨੂੰ ਲੈ ਕੇ ਬਹੁਤ ਸਾਡੇ ਚ ਊਣਤਾਈਆਂ ਹੋ ਸਕਦੀਆਂ, ਜਾਂ ਆਪਣੇ ਆਪਣੇ ਧੜੇ ਨੂੰ ਬਹੁਤ ਅੱਗੇ ਲਿਆਉਣ ਲਈ ਕੁਰਸੀ ਦੀ ਖਾਤਰ ਵੀ ਕਈ ਗੱਲਾਂ ਹੋ ਸਕਦੀਆਂ। ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ, ਤੁਸੀਂ ਵੀ ਜਥੇਬੰਦੀਆਂ ਨਾਲ ਇੱਕ ਸਿੱਖ ਪ੍ਰਚਾਰਕ ਵੀ ਹੋ, ਵਿਚਰਦੇ ਹੋ, ਇਹ ਗੱਲਾਂ ਜਿਹੜੀਆਂ ਬੰਸੀ ਜੀ ਨੇ ਕੀਤੀਆਂ, ਇਹਨਾਂ ਦੇ ਨਾਲ ਬਹੁਜਨ ਸਮਾਜ ਆ ਜਾਂ ਹੋ ਰਿਹਾ, ਇਹਨਾਂ ਦੇ ਨਾਲ ਰਲ ਕੇ ਕਿਉਂ ਨਹੀਂ ਆਪਾਂ ਸਾਂਝੇ ਰੂਪ ਦੇ ਵਿੱਚ ਕੰਮ ਕਰਦੇ? ਦੇਖੋ ਭਾਈ ਰਘਵੀਰ ਸਿੰਘ ਜੀ, ਇਹਦਾ ਜਵਾਬ ਤੇ ਜਥੇਬੰਦੀਆਂ ਦੇ ਆਗੂ ਦੇ ਸਕਦੇ ਆ। ਉਹਨਾਂ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਤੁਸੀਂ ਜਿੰਨੇ ਸਾਨੂੰ ਲਾਈਵ ਲਿਆ, ਉਹਨਾਂ ਨੂੰ ਲਾਈਨ ਤੇ ਲੈ ਕੇ ਉਹਨਾਂ ਨੂੰ ਪੁੱਛੋ ਵੀ ਭਾਈ ਤੁਹਾਡੇ ਜਥੇਬੰਦੀ ਕਿਉਂ ਨਹੀਂ ਇਹਨਾਂ ਦੇ ਵਿੱਚ ਸ਼ਾਮਿਲ ਹੁੰਦੀ, ਫਿਰ ਉਹਦਾ ਜਵਾਬ ਤੇ ਉਹ ਦੇ ਸਕਣਗੇ। ਤੇ ਧਾਰਮਿਕ ਗੁਰਦੁਆਰਿਆਂ, ਗੁਰਦੁਆਰੇ ਅਸਥਾਨਾਂ ਦੇ ਪ੍ਰਧਾਨ ਸਾਹਿਬਾਨ, ਕਮੇਟੀ ਸਾਹਿਬਾਨ ਦੇ ਮੈਂਬਰ ਜਿਹੜੇ ਆ, ਜਿਹੜੇ ਹਰ ਵਾਰੀ ਕੋਚਾਂ ਦਾ ਪ੍ਰਬੰਧ ਕਰਦੇ, ਜਿਹਨਾਂ ਨੇ ਸੰਗਤਾਂ ਨੂੰ ਦੱਸਣਾ, ਇਹਦਾ ਉੱਤਰ ਤਾਂ ਉਹੀ ਦੇ ਸਕਦੇ ਆ ਸਾਨੂੰ। ਤੇ ਅਸੀਂ ਮੁਜ਼ਾਹਰੇ 'ਚ ਜਾਣ ਵਾਸਤੇ ਜੇ ਗੁਰਦੁਆਰਾ ਸਾਹਿਬ ਤੋਂ ਅਪੀਲ ਹੁੰਦੀ ਤਾਂ ਅਸੀਂ ਉੱਥੇ ਵੀ ਜਾਂਦੇ ਹਾਂ, ਤੇ ਜੇ ਸੰਗਤ ਨੂੰ ਕਹਿਣਗੇ ਭਾਈ ਉੱਥੇ ਜਾਓ ਤੇ ਅਸੀਂ ਉੱਥੇ ਵੀ ਜਾਵਾਂਗੇ। ਤੇ ਜਿੱਥੇ ਤੱਕ ਪ੍ਰਚਾਰਕ ਦੇ ਤੌਰ ਤੇ ਗੱਲ ਹੈ, ਪ੍ਰਚਾਰ ਤੋਂ ਅਸੀਂ ਅੱਜ ਤੱਕ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ। ਕੋਈ ਵੀ ਗੁਰਦੁਆਰਾ ਸਾਹਿਬਾਨ, ਭਾਵੇਂ ਕੋਈ ਵੀ ਕਿਸੇ ਵੀ ਮਤ ਨੂੰ ਮੰਨਣ ਵਾਲੇ ਨੇ, ਭਾਵ ਗੁਰੂ ਸਾਹਿਬ ਜੀ ਦੇ ਉੱਪਰ ਭਰੋਸਾ ਰੱਖ ਕੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਨੂੰ ਮੰਨਣ ਵਾਲਾ ਕੋਈ ਵੀ ਸਥਾਨ ਹੋਵੇ, ਅਸੀਂ ਹਮੇਸ਼ਾ ਉਹਦੇ ਤੇ ਜਾਂਦੇ ਹਾਂ। ਪਰ ਇਹਦੇ 'ਚ ਇਹ ਕਾਰਵਾਈ ਬਿਲਕੁਲ ਮੈਂ ਕਹਾਂਗਾ ਕਿ ਸਪਸ਼ਟ ਵੀ ਆ, ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਾਡੇ ਜਿਹੜੇ ਚੁਣੇ ਹੋਏ ਆਗੂ ਨੇ ਸਾਡੇ ਵਿੱਚੋਂ ਹੀ ਨੇ, ਉਹ ਗੱਲ ਏਕੇ ਦੀ ਜ਼ਰੂਰ ਕਰਦੇ ਨੇ, ਪਰ ਕਿਤੇ ਨਾ ਕਿਤੇ ਆ ਕੇ ਫਿਰ ਉਹ ਉਹਨਾਂ ਹੀ ਬੰਦਿਆਂ ਨੂੰ ਸੱਦਣਗੇ, ਉਹਨਾਂ ਹੀ ਬੰਦਿਆਂ ਨੂੰ ਲਾਗੇ ਲੈ ਕੇ ਆਉਣਗੇ ਜਿਹੜੇ ਉਹਨਾਂ ਦੀ ਪ੍ਰੋੜਤਾ ਕਰਨ ਜਾਂ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਸੋਚ ਦੇ ਨਾਲ ਸੰਬੰਧ ਰੱਖਦੇ ਆ। ਨਹੀਂ ਤੇ ਕਿਸੇ ਦੂਜੇ ਪ੍ਰਚਾਰਕ ਨੂੰ ਵੀ ਸਟੇਜ ਤੇ ਸਮਾਂ ਨਹੀਂ ਦਿੱਤਾ ਜਾਂਦਾ ਵੀ ਅਸੀਂ ਕਿਸੇ ਹੋਰ ਬੰਦੇ ਨੂੰ ਸੱਦ ਲਈਏ ਜਿਹੜੇ ਆਪਦੇ ਬਹੁਤੇ ਲਾਗੇ ਹੁੰਦੇ ਨੇ, ਉਹਨਾਂ ਦਾ ਹੀ ਪੱਖ ਪੂਰਿਆ ਜਾਂਦਾ। ਇਹ ਮੈਂ ਗੱਲ ਬੇਧੜਕ ਹੋ ਕੇ ਕਹਿਣਾ ਚਾਹਾਂਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਮਤਲਬ ਧੜੇਬੰਦੀ ਜਿਹੜੀ ਹਰ ਥਾਂ ਹੈਗੀ, ਆਪਾਂ ਇੱਕ ਸਵਾਲ ਮੈਂ ਬੰਸੀ ਜੀ ਨੂੰ ਕੀਤਾ ਸੀ ਕਿ ਜਦੋਂ ਕੋਈ ਘਟਨਾ ਵਾਪਰਦੀ ਆ, ਮੰਨ ਲਓ ਇਹ ਕਹਿ ਲਈਏ ਬਈ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੀ ਜਾਂ ਕੋਈ ਗੱਲ ਹੁੰਦੀ ਆ, ਤੇ ਉਦੋਂ ਸਾਡਾ ਇਹ ਭਾਈਚਾਰਾ ਜਿਹਦੇ ਨਾਲ ਬਹੁਜਨ ਸਮਾਜ ਪਾਰਟੀ ਦੀ ਵੀ ਗੱਲ ਕਰਦੇ ਨੇ, ਬਈ ਉਹ ਬਹੁਤ ਘੱਟ ਤਾਦਾਦ ਦੇ ਵਿੱਚ ਸ਼ਾਮਿਲ ਹੁੰਦੇ ਆ, ਤੇ ਜਦੋਂ ਉਹਨਾਂ ਨਾਲ ਵਾਪਰਦੀ ਕੋਈ ਤੇ ਉਦੋਂ ਅਸੀਂ ਬਹੁਤ ਘੱਟ ਤਾਦਾਦ ਦੇ ਵਿੱਚ ਸਿੱਖ ਜਿਹੜੀ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਲਾ ਲਓ, ਜਾਂ ਆਪਾਂ ਜਥੇਬੰਦੀਆਂ ਦੇ ਵੀ ਪ੍ਰਬੰਧਕ ਲਾ ਲਓ, ਮੋਹਰੀ ਲਾ ਲਓ,
ਉਹਨਾਂ ਦੀ ਮਤਲਬ ਗਿਣਤੀ ਬਹੁਤ ਘੱਟ ਹੁੰਦੀ ਹੈ। ਮੈਂ ਪਿਛਲੇ ਸਾਲ 'ਚ ਇੱਕ ਦੋ ਇਹਨਾਂ ਦੇ ਪ੍ਰੋਟੈਸਟ ਜਿਹੜੇ ਬਹੁਜਨ ਸਮਾਜ ਪਾਰਟੀ ਨੇ ਇੰਗਲੈਂਡ 'ਚ ਕੀਤੇ, ਉੱਥੇ ਮੈਂ ਦੇਖਿਆ, ਤੇ ਜਦੋਂ ਸਿੱਖਾਂ ਨੇ ਹਾਈ ਕਮਿਸ਼ਨ ਦੇ ਮੂਹਰੇ ਜਾ ਕੇ ਪ੍ਰੋਟੈਸਟ ਕੀਤਾ ਤੇ ਉਦੋਂ ਵੀ ਦੇਖਿਆ। ਇਹ ਜਿਹੜੀ ਗੈਪ ਹੈ ਇਹਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ, ਇਹਦਾ ਮਤਲਬ ਕੋਈ ਢੰਗ ਤਰੀਕਾ ਤੁਹਾਡੀ ਨਜ਼ਰ 'ਚ ਹੈ? ਢੰਗ ਤਰੀਕਾ ਤਾਂ ਭਾਈ ਰਘਵੀਰ ਸਿੰਘ ਜੀ ਦੇਖੋ, ਸਾਰਿਆਂ ਨੂੰ ਕੌਨਫੀਡੈਂਸ ਦੇ ਵਿੱਚ ਲੈਣਾ, ਤੇ ਜਿਵੇਂ ਅੱਜ ਤੁਸੀਂ ਸਵਾਲ ਦਾ ਜਵਾਬ ਪਹਿਲਾਂ ਆਪਣੀਆਂ ਗੱਲਾਂ 'ਚ ਹੀ ਦੇ ਗਏ ਆ। ਜਦੋਂ ਪਤਾ ਨਹੀਂ ਹੋਊਗਾ, ਕਿਸੇ ਨੂੰ ਦੱਸਿਆ ਨਹੀਂ ਹੋਊਗਾ, ਤੇ ਉਹਦੇ ਨਾਲ ਸੰਗਤ ਨੂੰ ਪਤਾ ਨਹੀਂ, ਉਹਦੇ ਬਗੈਰ ਜਾਣਕਾਰੀ ਕਿੱਦਾਂ ਮਿਲੇਗੀ। ਹੁਣ ਤੁਸੀਂ ਜਥੇਬੰਦੀਆਂ ਦੇ ਢਾਂਚੇ ਦੇ ਵਿੱਚ ਜਿਹੜਾ ਵਿਚਰੇ ਹੋ, ਕਿ ਜਿਸ ਤਰ੍ਹਾਂ ਇੱਥੇ ਦੀਆਂ ਜਥੇਬੰਦੀਆਂ ਦੀ ਇੱਕ ਟੀਮ ਹੈ ਕਿ ਜਿਹੜੀ ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਜਾਂ ਕੋਈ ਕੰਮ ਕਰਨਾ ਹੁੰਦਾ, ਤੇ ਉਹ ਸਾਰੇ ਰਲ ਕੇ ਜਿਹੜੇ ਆ ਉਹ ਸੁਨੇਹਾ ਪਹੁੰਚਦੇ ਆ। ਹੁਣ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਉਹਦੇ ਵਿੱਚ ਜਿਹੜਾ ਆ, ਸੋ ਮੈਂ ਕਿਸੇ ਕਮਿਊਨਿਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿ ਦੂਸਰੇ ਗੁਰੂ ਘਰਾਂ ਦੇ ਮੈਂਬਰ ਸਾਹਿਬਾਨ ਜਾਂ ਪ੍ਰਬੰਧਕ ਸਾਹਿਬਾਨ ਉਹਨਾਂ ਨੂੰ ਵਿੱਚ ਸ਼ਾਮਿਲ ਕੀਤਾ ਗਿਆ ਜਾਂ ਨਹੀਂ ਕੀ, ਤੇ ਇਸ ਗੱਲ ਨੂੰ ਸਾਨੂੰ ਪਏਗਾ ਕਿ ਕੋਈ ਵੀ ਪਲਾਨ ਕਰਨ ਤੋਂ ਪਹਿਲਾਂ, ਉਲੀਕਣ ਤੋਂ ਪਹਿਲਾਂ ਅਸੀਂ ਹਰ ਇੱਕ ਨੂੰ ਸੱਦਾ ਦਈਏ ਤੇ ਉਹਨਾਂ ਨੂੰ ਮੌਕਾ ਵੀ ਦਈਏ ਵਿਚਾਰ ਰੱਖਣ ਦਾ। ਕੱਲਾ ਇੱਦਾਂ ਹੀ ਨਹੀਂ ਕਿ ਜੀ ਅਸੀਂ ਤੁਹਾਡਾ ਨਾਂ ਵਿੱਚ ਪਾ ਲਿਆ ਤੇ ਜੋ ਪ੍ਰੋਗਰਾਮ ਅਸੀਂ ਬਣਾਤਾ ਤੇ ਤੁਸੀਂ ਬਸ ਕੋਈ ਸਾਡੇ ਨਾਲ ਬਸ ਤੁਰ ਪਾਓ। ਸੋ ਇਸ ਕਰਕੇ ਸਭ ਤੋਂ ਪਹਿਲਾਂ ਜਿਹੜੀ ਪਲੈਨਿੰਗ ਆ ਕਰਨ ਵੇਲੇ, ਹਰ ਇੱਕ ਗੁਰਦੁਆਰਾ ਸਾਹਿਬਾਨ, ਭਾਵੇਂ ਉੱਥੇ ਸੰਗਤ ਥੋੜੀ ਆ ਤੇ ਭਾਵੇਂ ਜ਼ਿਆਦੀ ਆ, ਭਾਵੇਂ ਉਹ ਕਿਸੇ ਮਤ ਨੂੰ ਮੰਨਣ ਵਾਲਾ, ਭਾਵੇਂ ਉਹ ਕਿਸੇ ਮਤ ਨੂੰ, ਪਰ ਮਾਇਨੋਰਿਟੀ ਕਮਿਊਨਿਟੀ ਨਾਲ ਸੰਬੰਧ ਰੱਖਦਾ, ਉਹਨਾਂ ਸਾਰਿਆਂ ਨੂੰ ਸੱਦਾ ਦੇ ਕਰਕੇ ਇੱਕ ਮੀਟਿੰਗ, ਦੋ ਮੀਟਿੰਗ, ਭਾਵੇਂ ਚਾਰ ਮੀਟਿੰਗਾਂ ਕਰਨੀਆਂ ਪੈਣ, ਉਦੋਂ ਬਾਅਦ ਸਟੈਪ ਚੱਕਿਆ ਜਾਵੇ। ਪਰ ਹੁੰਦਾ ਭਾਈ ਰਘਵੀਰ ਸਿੰਘ ਜੀ ਇਹ ਆ ਵੀ ਅਸੀਂ ਪਲਾਨ ਕਰ ਦਿੱਤਾ, ਜਿਹਨੇ ਤੁਰਨਾ ਤੁਰੇ, ਜਿਹੜਾ ਨਹੀਂ ਆਉਂਦਾ ਉਹਨੂੰ ਅਸੀਂ ਇਹ ਕਹਿ ਦਿਆਂਗੇ ਜੀ ਇਹ ਪੰਥਕ ਨਹੀਂ ਹੈ, ਅਸੀਂ ਤਾਂ ਪੰਥ ਦੇ ਨਾਂ ਤੇ ਸੱਦਾ ਦਿੱਤਾ ਸੀ, ਇਹ ਸਾਰਾ ਕੁਝ ਵਰਤ ਰਿਹਾ ਸੀ। ਬਹੁਤ ਬਹੁਤ ਧੰਨਵਾਦ ਜੀ ਬਘੇਲ ਸਿੰਘ ਜੀ। ਆਖਿਰ ਦੇ ਵਿੱਚ, ਕਿਉਂਕਿ ਆਪਣਾ ਟਾਈਮ ਵੀ ਕਾਫੀ ਹੋ ਗਿਆ, ਤੇ ਤੁਸੀਂ ਕੋਈ ਗੱਲ ਜਿਹੜੀ ਮੈਂ ਨਾ ਪੁੱਛੀ ਹੋਵੇ, ਜਿਹੜੇ ਆਪਾਂ ਘਟਨਾਵਾਂ ਤੇ ਗੱਲ ਕਰ ਰਹੇ ਹਾਂ, ਕੋਈ ਗੱਲ ਰਹਿ ਗਈ ਹੋਵੇ ਤਾਂ ਜ਼ਰੂਰ ਕਰ ਸਕਦੇ। ਮੈਂ ਤੇ ਭਾਈ ਰਘਵੀਰ ਸਿੰਘ ਜੀ ਧੰਨਵਾਦ ਕਰਨਾ ਚਾਹੁੰਦਾ ਅੱਜ ਕੌਮ ਟੀਵੀ ਦਾ, ਜਿਹੜਾ ਤੁਸੀਂ ਸਮਾਂ ਦੇ ਕਰਕੇ ਸੰਗਤਾਂ ਦੇ ਰੂਬਰੂ ਕਰਾਉਂਦੇ ਹੋ। ਸੋ ਬਾਕੀ ਕਿਸੇ ਨੂੰ ਭੜਕਾ ਕੇ ਜਾਂ ਸੰਗਤਾਂ ਦੇ ਨਾਲ ਕੋਈ ਉਹਨਾਂ ਦੇ ਮਨ ਦੇ ਵਿੱਚ ਰੋਸ ਪੈਦਾ ਕਰਕੇ ਸਾਨੂੰ ਕੋਈ ਲਾਭ ਨਹੀਂ ਪ੍ਰਾਪਤ ਹੋ ਜਾਣਾ, ਜਿੰਨੀ ਕਿ ਮਹਾਰਾਜ ਨੇ ਸਮਤ ਬਖਸ਼ੀ ਆ ਉਹਦੇ ਮੁਤਾਬਿਕ ਜਿੱਥੇ ਗਲਤ ਹੋ ਰਿਹਾ ਲੱਗਦਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ, ਤੇ ਜਿੱਥੇ ਚੰਗਾ ਕਾਰਜ ਹੋ ਰਿਹਾ ਉਹਦੀ ਸ਼ਲਾਘਾ ਕਰਨੀ ਹਰ ਇੱਕ ਵਿਅਕਤੀ ਦਾ ਫਰਜ਼ ਵੀ ਬਣਦਾ। ਤੇ ਜੇਕਰ ਅਸੀਂ ਸਟੇਜਾਂ ਤੇ ਵਿਚਰ ਕੇ ਸੰਗਤ ਨੂੰ ਕਹਿੰਦੇ ਹਾਂ ਜੀ ਗੁਰੂ ਸਾਹਿਬ ਦਾ ਉਪਦੇਸ਼ ਇਹ ਆ, ਸਤਿਗੁਰੂ ਜੀ ਇਹ ਕਹਿੰਦੇ ਨੇ, ਤੇ ਜਿੱਥੇ ਗਲਤ ਹੋ ਰਿਹਾ ਉਸ ਗਲਤ ਨੂੰ ਗਲਤ ਕਹਿਣਾ ਵੀ ਸਾਡਾ ਫਰਜ਼ ਬਣਦਾ, ਕੇਵਲ ਉੱਥੋਂ ਤੱਕ ਹੀ ਨਹੀਂ ਕਿ ਜਿੱਥੋਂ ਤੱਕ ਸਾਡਾ ਸੰਬੰਧ ਹੈ ਉੱਥੋਂ ਤੱਕ ਗੱਲ ਕਰੀਏ, ਤੇ ਅੱਗੋਂ ਪਿੱਛੋਂ ਜਿਹੜਾ ਅਸੀਂ ਫਿਰ ਜਿਹੜਾ ਇਹ ਨਾ ਸੋਚੀਏ ਵੀ ਕੱਲ ਨੂੰ ਮੇਰਾ ਵਿਰੋਧ ਹੋ ਜਾਣਾ ਜਾਂ ਮੈਂ ਕਿਉਂ ਅੱਗੇ ਲੱਗਾ, ਕੋਈ ਹੋਰ ਅੱਗੇ ਲੱਗ ਕੇ ਬੋਲੇ। ਜੇ ਸਮਾਜ ਨੂੰ ਚੰਗਾ ਬਣਾਉਣਾ, ਜੇ ਇਸ ਸੰਸਾਰ ਨੂੰ ਚੰਗਾ ਬਣਾਉਣਾ, ਤੇ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਆ। ਤੇ ਮੈਂ ਇੰਨੀ ਬੇਨਤੀ ਕਰਾਂਗਾ ਵੀ ਸਾਰੇ ਗਿਲੇ ਸ਼ਿਕਵੇ ਭੁਲਾ ਕਰਕੇ ਜਿੱਥੇ ਤੁਹਾਡਾ ਕੋਈ ਨਿੱਜੀ ਮਫਾਦ ਹੈ ਉਹਨੂੰ ਜ਼ਰੂਰ ਭਾਈ ਆਪਣੇ ਨਿੱਜੀ ਮਫਾਦ ਤੱਕ ਰੱਖੋ, ਪਰ ਆਪਣੀਆਂ ਨਿੱਜੀ ਕਾਰਜਾਂ ਨੂੰ ਜਿਹੜਾ ਧਰਮ ਦਾ ਚੋਗਾ ਪਹਿਨਾ ਕੇ ਪੂਰੇ ਸੰਸਾਰ 'ਚ ਅੱਗ ਲਾਉਣ ਦਾ ਯਤਨ ਕੋਈ ਵੀ ਨਾ ਕਰੇ, ਤੇ ਇਹਨਾਂ ਘਟਨਾਵਾਂ ਦੀ ਬਿਲਕੁਲ ਪੁਰਜ਼ੋਰ ਨਿੰਦਾ ਕਰੀਏ ਜਿੱਥੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਜੀ। ਬਹੁਤ ਬਹੁਤ ਧੰਨਵਾਦ ਜੀ ਬਾਂਸੀ ਜੀ। ਤੁਸੀਂ ਆਖਿਰ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ ਮੈਂ ਨਾ ਪੁੱਛੀ ਹੋਵੇ, ਦੱਸਣੀ ਚਾਹੋ ਤੇ ਜ਼ਰੂਰ ਕਹਿ ਸਕਦੇ। ਥੈਂਕ ਯੂ ਜੀ, ਤੁਹਾਡੇ ਸਵਾਲ ਦਾ ਹੀ ਇੱਕ ਜਵਾਬ ਸੀਗਾ ਭਈ ਜਦੋਂ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੁੰਦੀ ਆ ਜਾਂ ਕਿਸੇ ਸਿੱਖ ਭਾਈਚਾਰੇ ਤੇ ਹਮਲੇ ਦੀ ਗੱਲ ਹੁੰਦੀ ਆ ਤਾਂ ਬਹੁਜਨ ਸਮਾਜ ਪਾਰਟੀ ਦਾ ਉੱਥੇ ਕੋਈ ਬਹੁਤੀ ਜ਼ਿਆਦਾ ਅਪੀਅਰੈਂਸ ਜਾਂ ਨਹੀਂ ਨਜ਼ਰ ਆਉਂਦੀ ਹੈਗੀ। ਮੈਂ ਇਹਦੇ 'ਚ ਇਹਦੇ ਜਵਾਬ ਦੇ ਵਿੱਚ ਇਹ ਗੱਲ ਕਹਿਣੀ ਚਾਹੂੰਗਾ, ਬਰਗਾੜੀ ਕਾਂਡ ਦੇ ਵਿੱਚ ਜਦੋਂ ਵੀ ਕੋਈ ਧਰਨਾ ਪ੍ਰਦਰਸ਼ਨ ਜਾਂ ਬਰਗਾੜੀ ਕਾਂਡ ਦੇ ਵਿੱਚ ਜਦੋਂ ਵੀ ਕੋਈ ਮੋਰਚਾ ਲੱਗਿਆ ਉੱਥੇ ਸਾਡੇ ਸਟੇਟ ਦੇ ਪ੍ਰਧਾਨ ਉਸ ਵੇਲੇ ਰਛਪਾਲ ਸਿੰਘ ਰਾਜੂ ਜੀ ਜਾ ਕੇ ਸਟੇਜ ਤੇ ਬਕਾਇਦਾ ਆਪਣੇ ਵੱਲੋਂ ਆਪਣਾ ਸਮਰਥਨ ਦੇ ਕੇ ਆਏ ਹੈਗੇ। ਤੁਹਾਨੂੰ ਵੀ ਇਸ ਗੱਲ ਦਾ ਅਪਡੇਟ ਆਲਰੇਡੀ ਪਤਾ ਹੈਗਾ। ਹਾਂਜੀ ਹਾਂਜੀ, ਅੱਜ ਵੀ ਜਦੋਂ ਯੂਪੀ ਦੇ ਵਿੱਚ 55 ਸਿੱਖਾਂ ਦੇ ਉੱਪਰ ਹਮਲੇ ਪਰਚੇ ਦਰਜ ਹੋਏ ਆ,
ਅਸੀਂ ਯੂਪੀ ਦੇ ਵਿੱਚ ਵੀ ਪੂਰੇ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹਾਂ, ਹਰ ਜ਼ਿਲ੍ਹਾ ਜ਼ਿਲ੍ਹਾ ਹੈੱਡਕੁਆਰਟਰ ਤੇ ਜਾ ਕੇ ਔਰ ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਕਰ ਰਹੇ ਹਾਂ। ਠੀਕ, ਇਸ ਕਰਕੇ ਅਸੀਂ ਹਰ ਇਹ ਕਿਉਂਕਿ ਸਿੱਖ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਆ, ਸਿੱਖ ਭਾਈਚਾਰਾ ਸਾਡੇ ਤੋਂ ਸਾਡੀ ਦੂਜੀ ਦੀਵਾਲ ਨਹੀਂ ਅਸੀਂ ਕਦੀ ਮਹਿਸੂਸ ਕਰਦੇ, ਅਸੀਂ ਸਿੱਖ ਭਾਈਚਾਰੇ ਦਾ ਹਿੱਸਾ ਆ, ਸਿੱਖ ਭਾਈਚਾਰਾ ਸਾਡਾ ਹਿੱਸਾ ਆ, ਅਸੀਂ ਰਲ ਕੇ ਚੱਲਣਾ ਆ, ਅਸੀਂ ਇੱਕ ਇਕੱਠੇ ਹੋਵਾਂਗੇ ਤਾਂ ਹੀ ਕੋਈ ਗੱਲ ਬਣਨੀ ਆ, ਅਦਰਵਾਈਜ਼ ਅਸੀਂ ਅਸੀਂ ਕੁੱਟਾਂ ਖਾਂਦੇ ਰਵਾਂਗੇ, ਅਸੀਂ ਇਸ ਗੱਲ ਨੂੰ ਸਮਝ ਕੇ ਚੱਲੇ ਹੋਏ ਆ। ਸੋ ਇਸ ਕਰਕੇ ਇਹ ਮੈਂ ਤਾਂ ਸਮਝਦਾ ਹੀ ਨਹੀਂ ਕਿ ਸਿੱਖ ਭਾਈਚਾਰੇ ਤੇ ਹਮਲਾ ਹੋਇਆ, ਇਹ ਸਾਡੇ ਤੇ ਹਮਲਾ ਹੋਇਆ ਹੈਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੈ ਉਹ ਸਾਨੂੰ ਸਾਡੇ ਸਾਡਾ ਹਿੱਸਾ ਆ, ਸਾਡਾ ਅੰਗ ਆ, ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਉਹਦੇ ਲਈ ਫਾਈਟ ਕਰਾਂਗੇ, ਆਪਣੀ ਕੁਰਬਾਨੀ ਦੇਣ ਲਈ ਵੀ ਤਿਆਰ ਬੈਠੇ ਹਾਂ। ਤੋ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਜੀ ਕਿ ਸਾਨੂੰ ਇਹ ਪਹਿਚਾਨਣਾ ਹੋਏਗਾ ਕਿ ਅਸੀਂ ਇਹਨਾਂ ਜਿਹੜੀਆਂ ਘੱਟ ਗਿਣਤੀਆਂ ਤੇ ਹਮਲੇ ਵਾਰ ਵਾਰ ਟਾਰਗੇਟ ਕਰਕੇ ਕੀਤੇ ਜਾ ਰਹੇ ਆ, ਉਹਨਾਂ ਦਾ ਜਵਾਬ ਕਿਵੇਂ ਦੇਣਾ, ਚਾਹੇ ਉਹ ਕੋਈ ਵੀ ਸਿੱਖ ਸੰਸਥਾਵਾਂ ਆ, ਚਾਹੇ ਉਹ ਕੋਈ ਵੀ ਬਹੁਜਨ ਸੰਸਥਾਵਾਂ ਆ, ਚਾਹੇ ਕੋਈ ਵੀ ਸੰਸਥਾਵਾਂ ਆ, ਉਹਨਾਂ ਨੂੰ ਆਪਣੇ ਨਿੱਜੀ ਵਿਵਾਦ ਭੁੱਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਆਉਣਾ ਪੈਣਾ ਸਮਾਜ ਦੇ ਸਾਥੀਓ, ਅਦਰਵਾਈਜ਼ ਇਕੱਲੇ ਇਕੱਲੇ ਕੁੱਟੇ ਕੁੱਟਾਂ ਖਾਂਦੇ ਰਵਾਂਗੇ, ਹੱਲ ਕੋਈ ਨਹੀਂ ਹੋਣਾ। ਅੱਜ ਟਾਰਗੇਟ ਕੀਤਾ ਗਿਆ ਇਹਨਾਂ ਨੇ ਮੁਸਲਿਮ ਭਾਈਚਾਰੇ ਨੂੰ NRC ਦੀ CAA ਦੇ ਜ਼ਰੀਏ, ਉਹ ਵਾਰੀ ਦੂਰ ਨਹੀਂ ਹੈਗੀ, ਸਾਡੀ ਆਉਣ ਵਾਲੀ ਆ, ਸਾਡੀ ਵਾਰੀ ਪੂਰੀਆਂ ਸਟੇਟਾਂ ਦੇ ਵਿੱਚ, ਜਿੱਥੇ ਚਾਹੇ ਉਹ ਮੱਧ ਪ੍ਰਦੇਸ਼ 'ਚੋਂ ਸਾਡੇ ਸਿੱਖ ਭਾਈਚਾਰੇ ਨੂੰ ਘਰ ਤੋੜ ਦਿੱਤੇ ਗਏ ਆ, ਉੱਥੇ 12 ਘਰ ਭੰਨ ਦਿੱਤੇ ਗਏ ਆ, ਜ਼ਮੀਨਾਂ ਤੇ ਕਬਜ਼ਾ ਕਰ ਰਹੇ ਆ, ਬਾਹਰ ਨਾਅਰੇ ਵੀ ਲੱਗ ਰਹੇ ਆ ਕਿ ਇਹਨਾਂ ਨੂੰ ਬਾਹਰ ਕੱਢੋ, ਇੱਥੋਂ ਬਾਹਰ ਕੱਢੋ। ਤੋ ਇਦੋਂ ਪਰੇ ਹੋਰ ਸਾਡੇ ਸਾਹਮਣੇ ਕੋਈ ਪ੍ਰੈਕਟੀਕਲ ਨਜ਼ਰ ਨਹੀਂ ਆ ਸਕਦਾ, ਸਾਨੂੰ ਇਹਨਾਂ ਚੀਜ਼ਾਂ ਨੂੰ ਬਿਲਕੁਲ ਸਮਝਦੇ ਹੋਏ ਉਡੀਕ ਨਾ ਕਰੀਏ ਕਿ ਮੇਰੇ ਹੀ ਜਿੱਦਣ ਪੱਥਰ ਵੱਜੇ ਉਦਣ ਹੀ ਮੈਂ ਜਾਗੂੰਗਾ, ਉਹ ਆਪਣੇ ਹੀ ਪੱਥਰ ਵੱਜ ਰਹੇ, ਆਪਾਂ ਨੂੰ ਜਾਗਣ ਦੀ ਲੋੜ ਹੈ। ਮੈਂ ਸਮਝਦਾ ਕਿ ਮਾਈਨੋਰਟੀਜ਼ ਨੂੰ, ਚਾਹੇ ਉਹ ਦੇਸ਼ ਵਿੱਚ ਭਾਰਤ ਵਿੱਚ ਰਹਿ ਰਹੀਆਂ, ਚਾਹੇ ਉਹ ਦੇਸ਼ ਤੋਂ ਬਾਹਰ ਕਿਸੇ ਵੀ ਵਿਦੇਸ਼ ਵਿੱਚ ਰਹਿ ਰਹੀਆਂ, ਸਾਨੂੰ ਰਲ ਕੇ ਚੱਲਣਾ ਚਾਹੀਦਾ, ਔਰ ਰਲ ਕੇ ਚੱਲਾਂਗੇ ਤਾਂ ਜਾ ਕੇ ਜਿਹੜਾ ਦੁਸ਼ਮਣ ਸਾਨੂੰ ਪਹਿਚਾਣ ਕਰ ਸਕਦਾ, ਅਸੀਂ ਦੁਸ਼ਮਣ ਦੀ ਪਹਿਚਾਣ ਕਰ ਸਕਦੇ ਹਾਂ, ਫਿਰ ਸਾਡੇ ਤੇ ਕੋਈ ਹਮਲਾ ਨਹੀਂ ਕਰ ਸਕਦਾ, ਫਿਰ ਅਸੀਂ ਸੇਫ ਸੁਰੱਖਿਅਤ ਰਵਾਂਗੇ। ਬਹੁਤ ਬਹੁਤ ਧੰਨਵਾਦ ਜੀ ਦਰਸ਼ਕੋ। ਇਹ ਸਨ ਬਾਬਾ ਬਘੇਲ ਸਿੰਘ ਜੀ, ਜਿਹੜੇ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਇੰਗਲੈਂਡ ਅਤੇ ਯੂਰਪ ਦੇ ਵਿੱਚ ਸੇਵਾ ਕਰਦੇ ਆ, ਤੇ ਇਸੇ ਤਰ੍ਹਾਂ ਗੁਰਪ੍ਰੀਤ ਬੰਸੀ ਜੀ, ਜਿਹੜੇ ਬਹੁਜਨ ਸਮਾਜ ਪਾਰਟੀ ਦੇ ਇੰਗਲੈਂਡ ਦੇ ਵਿੱਚ ਜਨਰਲ ਸਕੱਤਰ ਹਨ, ਤੇ ਇਹਨਾਂ ਨੇ ਆਪਣੇ ਵਿਚਾਰ ਜਿਹੜੇ ਦਿੱਤੇ ਆ। ਅਸੀਂ ਇੱਕ ਪ੍ਰੋਗਰਾਮ ਜਿਹੜਾ ਘੱਟ ਗਿਣਤੀਆਂ ਨਾਲ ਵਾਪਰਦਾ ਘਟਨਾਵਾਂ, ਉਹਨੂੰ ਲੈ ਕੇ ਤੁਹਾਡੀ ਕਚਹਿਰੀ ਵਿੱਚ ਰੱਖਿਆ, ਵਿਚਾਰ ਇਹਨਾਂ ਦੇ ਆਪਣੇ ਆ ਤੁਹਾਡੇ ਅੱਗੇ ਰੱਖਿਆ, ਫੈਸਲਾ ਤੁਸੀਂ ਕਰਨਾ ਤੇ ਘੱਟ ਗਿਣਤੀਆਂ ਨੇ ਕਿਵੇਂ ਇਕੱਠੇ ਹੋਣਾ, ਇਹ ਆਪਾਂ ਨੂੰ ਸਾਰਿਆਂ ਨੂੰ ਸੋਚਣ ਲਈ ਜਿਹੜਾ ਅੱਗੇ ਆਉਣਾ ਪਊਗਾ। ਆਖਰੀ ਸਵਾਲ ਆਪਣੇ ਗੁਰਪ੍ਰੀਤ ਸਿੰਘ, ਮੀਡੀਆ ਜਿਹੜਾ, ਮੀਡੀਆ ਦਾ ਵੀ ਬਹੁਤ ਰੋਲ ਹੁੰਦਾ, ਭਾਵੇਂ ਸਾਡਾ ਆਵਾਜ਼ ਕੌਮ ਬਹੁਤ ਛੋਟਾ ਮੀਡੀਆ ਆ, ਲੇਕਿਨ ਜਿਹੜੇ ਕੋਈ ਮਸਲੇ ਹੁੰਦੇ ਕਈ ਵਾਰੀ ਮੀਡੀਆ ਵਿਗਾੜ ਵੀ ਦਿੰਦਾ ਤੇ ਵਧੀਆ ਪੱਖ ਵੀ ਰੱਖ ਦਿੰਦਾ, ਮੀਡੀਆ ਨੂੰ ਰੋਲ ਕਿਹੋ ਜਿਹਾ ਨਿਭਾਉਣਾ ਚਾਹੀਦਾ? ਮੀਡੀਆ ਕਿਸੇ ਵੀ ਦੇਸ਼ ਦਾ ਇੱਕ ਪਿੱਲਰ ਹੁੰਦਾ ਜੀ, ਇੱਕ ਪਿੱਲਰ ਹੁੰਦਾ, ਜਿਹੜੇ ਪੰਜ ਪਿੱਲਰ ਆ ਉਹਨਾਂ ਦੇ ਵਿੱਚੋਂ ਇੱਕ ਪਿੱਲਰ ਮੀਡੀਆ ਵੀ ਹੁੰਦਾ। ਮੀਡੀਆ ਨਿਰਪੱਖ ਹੋ ਕੇ ਚੱਲਣਾ ਚਾਹੀਦਾ। ਮੈਂ ਤੁਹਾਡੇ ਤੋਂ ਬਹੁਤ ਹਮੇਸ਼ਾ ਲਈ ਪ੍ਰੇਰਿਤ ਆ, ਤੁਸੀਂ ਵੱਡੇ ਵੱਡੇ ਚੈਨਲਾਂ ਤੇ ਵੀ ਕੰਮ ਕੀਤਾ ਔਰ ਤੁਸੀਂ ਆਪਣੀ ਗੱਲ ਨੂੰ ਕਹਿਣ ਦੇ ਲਈ ਇੱਕ ਆਪਣਾ ਪਲੇਟਫਾਰਮ ਬਣਾਇਆ, ਆਵਾਜ਼ੇ ਕੌਮ ਬਣਾਇਆ, ਔਰ ਮੈਂ ਇਸ ਗੱਲ ਲਈ ਤੁਹਾਡੇ ਤੇ ਮਾਣ ਮਹਿਸੂਸ ਕਰਦਾ ਕਿ ਤੁਹਾਨੂੰ ਜਦੋਂ ਅਸੀਂ ਆਵਾਜ਼ ਮਾਰੀ ਹੈ, ਚਾਹੇ ਉਹ ਭਾਰਤ ਦੇਸ਼ ਵਿੱਚ ਪੰਜਾਬ ਦੇ ਕਿਸੇ ਪ੍ਰੋਗਰਾਮ ਦੀ ਹੋਵੇ, ਤੁਸੀਂ ਪਹੁੰਚੇ ਆ, ਹਾਜ਼ਰੀ ਲਾਈ ਆਪਣੀ, ਮੈਂ ਇਹ ਸਮਝਦਾ ਕਿ ਜਿਹੜੀਆਂ ਡਿਬੇਟਸ ਹੁੰਦੀਆਂ ਆ ਉਹ ਬੜੀਆਂ ਸਾਰਥਿਕ ਹੋਣੀਆਂ ਚਾਹੀਦੀਆਂ। ਜਿਹੜੀਆਂ ਹਿੰਦੂ ਚੈਨਲ ਚੱਲਦੇ ਆ ਜਾਂ ਜਿਹੜੇ ਦੇਸ਼ ਦੇ ਜਿਹੜੇ ਗੁੰਮਰਾਹ ਕੀਤੇ ਹੋਏ ਚੈਨਲ ਅੱਜ ਭਾਰਤ ਦੇਸ਼ ਵਿੱਚ ਚੱਲ ਰਹੇ, ਤੁਸੀਂ ਉੱਥੇ ਦੀਆਂ ਡਿਬੇਟ ਜਦੋਂ ਦੇਖਦੇ ਆ, ਉਹ ਇੱਕ ਦੂਸਰੇ ਦੇ ਇੰਨਾ ਚਿੱਕੜ ਉਛਾਲਦੇ ਆ, ਇੰਨਾ ਚਿੱਕੜ ਉਛਾਲਣ ਦੇ ਬਾਅਦ ਰਿਜ਼ਲਟ ਕੋਈ ਨਹੀਂ ਨਿਕਲਦਾ। ਮੈਂ ਸਮਝਦਾ ਕਿ ਅੱਜ ਦੀ ਜਿਹੜੀ ਆਪਣੀ ਡਿਬੇਟ ਹੋਈ ਆ, ਇਹਦੇ ਚ ਭਾਈ ਸਾਹਿਬ ਭਾਈ ਬਘੇਲ ਸਿੰਘ ਜੀ ਦੇ ਵਿਚਾਰ, ਤੁਹਾਡੇ ਸਵਾਲ ਔਰ ਸਾਡੇ ਆਪਣੇ ਰਲ ਮਿਲ ਕੇ ਜਿਹੜੇ ਸਵਾਲ ਚੱਲੇ ਆ, ਇੱਕ ਦੂਸਰੇ ਨਾਲ ਸਵਾਲ ਜਵਾਬ ਹੋਏ ਆ, ਉਹਨਾਂ ਦੇ ਵਿੱਚੋਂ ਕੋਈ ਨਿਚੋੜ ਨਿਕਲਿਆ।
ਨਿਚੋੜ ਨਿਕਲਣਾ ਚਾਹੀਦਾ, ਫੇਰ ਹੀ ਕੋਈ ਮੀਡੀਆ ਦਾ ਅਸਲ ਮਕਸਦ ਆਪਾਂ ਕਹਿ ਸਕਦੇ ਹਾਂ ਇੱਕ ਘੰਟਾ ਲਾਉਣ ਦਾ ਕੋਈ ਫਾਇਦਾ ਹੈ। ਔਰ ਤੁਸੀਂ ਬਾਖੂਬੀ ਆਪਣਾ ਸਹੀ ਦਿਸ਼ਾ 'ਚ ਫਰਜ਼ ਨਿਭਾ ਰਹੇ ਹਾਂ, ਮੈਂ ਧੰਨਵਾਦੀ ਹਾਂ ਤੁਹਾਡਾ ਖਾਸ ਤੌਰ ਤੇ ਆਵਾਜ਼ੇ ਕੌਮ ਦਾ, ਔਰ ਆਸ ਕਰਦਾ ਕਿ ਆਵਾਜ਼ੇ ਕੌਮ ਇਸੇ ਤਰੀਕੇ ਨਾਲ ਹੀ ਔਰ ਬਾਕੀ ਜਿਹੜੇ ਮੀਡੀਆ ਵੀ ਹੈਗੇ ਆ, ਕਿਉਂਕਿ ਮੀਡੀਆ ਅੱਜ ਕੱਲ੍ਹ ਜਿਹਨੂੰ ਪੁੱਛ ਲਓ ਮੀਡੀਆ ਬਣਾ ਕੇ ਬੈਠਾ ਹੈ, ਚੈਨਲ ਬਣਾ ਕੇ ਬੈਠਾ ਹੈ, ਔਰ ਇੱਕ ਕਿਸੇ ਦੀ ਇੱਕ ਇੱਕ ਤਰਫਾ ਨਾ ਹੋਵੇ, ਇਹ ਕਿਸੇ ਤੋਂ ਗੁੰਮਰਾਹ ਨਾ ਹੋਵੇ, ਨਿਰਪੱਖ ਹੋ ਕੇ ਗੱਲ ਕਰੇ, ਫਿਰ ਉਹਦਾ ਕੋਈ ਫਾਇਦਾ ਕੀਤਾ ਜਾ ਸਕਦਾ, ਫਿਰ ਉਹਦੇ ਬਾਰੇ ਸੋਚਿਆ ਜਾ ਸਕਦਾ। ਬਹੁਤ ਬਹੁਤ ਧੰਨਵਾਦ ਜੀ ਬਘੇਲ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਉਂਦੇ ਆਖਿਰ ਦੇ ਵਿੱਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ।